ਸਸਿਕਾਲ ਸਲਾਮ ਨਮਸਕਾਰ ਆਦਾਬ ਸਭ ਸਤਿਕਾਰਤ ਸਜਨਾਣੋ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮੰਨਦੇ ਆ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਰਾਜਨੀਤਿਕ ਚਰਚਾ ਲਈ ਐਡਵੋਕੇਟ ਸ੍ਰੀ ਰੇਂਦਰ ਸਿੰਘ ਆਪਣੇ ਨਾਲ ਜੁੜਦੇ ਨੇ ਤੇ ਤੁਸੀਂ ਆਪਣੇ ਇਹਨਾਂ ਪ੍ਰੋਮਾਂ ਨੂੰ ਆਪਣੀ ਵੈਬਸਾਈਟ twana radio.com ਦੇ ਜ਼ਰੀਏ ਲਾਈਵ ਸੁਣਦੇ ਹੋ ਆਪਣੀ ਵੈਬਸਾਈਟ twana radio.com ਤੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲ ਗਈਆਂ ਇੰਸਟਾਲ ਕਰੋ twana radio ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ ਲਾਈਕ ਕਰ ਦਿਓ ਬੈਲ ਆਈਕਨ ਦਵਾ ਦਿਓ ਇਸ ਪ੍ਰੋਮ ਦਾ ਫੇਸਬੁੱਕ ਦਾ ਤੇ YouTube ਦਾ ਲਿੰਕ ਆਪਣੇ WhatsApp ਨੰਬਰ ਤੇ ਮੰਗਾਉਣਾ ਜੇ ਪ੍ਰੋਮ ਦੇ ਵਿੱਚ ਲਾਈਵ ਗੱਲਬਾਤ ਕਰਨੀ ਹੈ ਤਾਂ ਆਪਣਾ WhatsApp ਗਰੁੱਪ ਨੰਬਰ ਹੈ 9876309655 98763096559277809655 ਆਪਣਾ WhatsApp ਗਰੁੱਪ ਨੰਬਰ ਹੈ ਉਸ ਗਰੁੱਪ ਦੇ ਵਿੱਚ ਤੁਹਾਨੂੰ ਵੀਡੀਓ ਦੇ ਤੇ ਰੇਡੀਓ ਪ੍ਰੋਗਰਾਮਾਂ ਦੇ ਲਿੰਕ ਭੇਜ ਦਿੱਤੇ ਜਾਂਦੇ ਨੇ ਤੇ ਰਾਜਨੀਤਿਕ ਚਰਚਾ ਲਈ ਜੁੜੇ ਨੇ ਆਪਣੇ ਐਡਵੋਕੇਟ सुरेंद्र ਸਿੰਘ सुरेंद्र ਜੀ ਸਵਾਗਤ ਸਸਿਕਾਲ ਸਸਿਕਾਲ ਮਿਹਰਬਾਨੀ ਜੀ ਮਿਹਰਬਾਨੀ सुरेंद्र ਜੀ ਬਹੁਤ ਬਹੁਤ ਧੰਨਵਾਦ ਸਿਰਿੰਦਰ ਜੀ ਸ਼ੁਰੂਆਤ ਕਰਦੇ ਹਾਂ ਮਹੂਰਤ ਕਰਦੇ ਹਾਂ ਮਨੀਪੁਰ ਤੋਂ ਮਨੀਪੁਰ ਹਿੰਸਾ ਅਜੇ ਉੱਥੇ ਏਕੜ ਦੁਕੜ ਘਟਨਾਵਾਂ ਜਿਹਨੂੰ ਹਿੰਦੀ ਚ ਛੋਟਪੁੱਟ ਕਹਿ ਦਿੰਦੇ ਆ ਵਾਪਰ ਰਹੀਆਂ ਨੇ ਤੇ ਇਸ ਤਰ੍ਹਾਂ ਹਿੰਸਾ ਦਾ ਜਿਹੜਾ ਸਿਲਸਿਲਾ ਹੈ ਆ ਉਹ ਇਸੇ ਤਰ੍ਹਾਂ ਅਜੇ ਚੱਲੀ ਜਾ ਰਿਹਾ ਭਾਵੇਂ ਕਿ ਸਰਕਾਰਾਂ ਦਾਅਵੇ ਤੇ ਵਾਅਦੇ ਕਰ ਰਹੀਆਂ ਨੇ ਪਰ ਸਥਿਤੀ ਅਜੇ ਵੀ ਨਾਜ਼ੁਕ ਹੈ ਤੇ ਮਨੀਪੁਰ ਹਿੰਸਾ ਦੇ 9 ਮਾਮਲਿਆਂ ਦੀ ਜਾਂਚ ਹੁਣ CBI ਕੋਲ ਹੋਰ ਚੱਲੀ ਗਈ ਹੈ ਸੋ CBI ਦੇ ਕੋਲ ਹੁਣ 17 ਕੇਸ ਨੇ ਮਤੋਈ ਮਹਿਲਾ ਨਾਲ ਗੈਂਗਰੇਪ ਦੀ ਜਾਂਚ ਵੀ ਇਹ ਕਰ ਸਕਦੇ ਜੋ ਪਿਛਲੇ ਦਿਨ ਮਤੋਈ ਮਹਿਲਾਵਾਂ ਨੇ ਦੋਸ਼ ਲਾਇਸੀ ਕਿ ਸਾਡੇ ਨਾਲ ਵੀ ਗੈਂਗਰੇਪ ਹੋਇਆ ਸੋ ਪੀਟੀ ਨਿਊਜ਼ ਏਜੰਸੀ ਦੀ ਖਬਰ ਹੈ ਕਿ ਹੁਣ ਤੱਕ ਕੁੱਲ 17 ਕੇਸ ਨੇ ਸੀਬੀਆਈ ਕੋਲ ਸੀਬੀਆਈ ਨੇ ਹੁਣ ਤੱਕ 8 ਕੇਸ ਦਰਜ ਕੀਤੇ ਨੇ ਤੇ 9 ਹੋਰ ਕਰ ਸਕਦੇ ਨੇ ਟੋਟਲ 17 ਸੋ ਮਨੀਪੁਰ ਦੇ ਵਿੱਚ ਮਹਿਲਾਵਾਂ ਦੇ ਕਿਤੇ ਤਜੋਨ ਉਤਪੀੜਨ ਨਾਲ ਸੰਬੰਧਿਤ ਦੋ ਮਾਮਲੇ ਜਿਹੜੇ ਇਸ ਦੇ ਵਿੱਚ ਸ਼ਾਮਲ ਨੇ ਸੋ ਇਸ ਸੰਬੰਧੀ ਅਧਿਕਾਰੀਆਂ ਦਾ ਕਹਿਣਾ ਕਿ ਸੀਬੀਆਈ ਕੋਲ ਹੋਰ ਕੇਸ ਵੀ ਆ ਸਕਦੇ ਨੇ ਵਿਸਤੁਲਾਵਾ 9 ਅਗਸਤ ਨੂੰ ਮਤੋਈ ਮਹਿਲਾਵਾਂ ਨੇ ਗੰਗਰੇ ਦਾ ਮਾਮਲਾ ਸਾਹਮਣੇ ਲਿਆਂਦਾ ਸੀਗਾ ਤੇ ਇਸ ਦੀ ਜਾਂਚ ਵੀ सीबीआई ਨੂੰ ਦਿੱਤੀ ਜਾ ਸਕਦੀ ਹੈ 160 ਦੇ ਕਰੀਬ ਮੌਤਾਂ ਹੋਈਆਂ ਨੇ ਸੋ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਨੀਪੁਰ ਦੇ ਵਿੱਚ 6523 ਐਫਆਈਆਰ ਦਰਜ ਨੇ ਇਹਨਾਂ ਦੇ ਵਿੱਚ 11 ਕੇਸ ਮਹਿਲਾਵਾਂ ਤੇ ਬੱਚਿਆਂ ਦੀ ਹਿੰਸਾ ਨਾਲ ਜੁੜੇ ਹੋਏ ਨੇ ਜੀ ਸਰੇਂਦਰ ਕੀ ਲੱਗਦਾ ਮਨੀਪੁਰ ਮਾਮਲਾ ਜੀ ਪਰਮਿੰਦਰ ਦੇਖੋ ਸਟੇਟ ਦੀ ਪੁਲਿਸ ਇਨਕੁਆਰੀ ਕਰੇ ਤਦ ਵੀ ਕੁਝ ਨਹੀਂ ਨਿਕਲਣਾ ਸੀਬੀਆਈ ਕਰੇ ਤਦ ਵੀ ਕੁਛ ਨਹੀਂ ਨਿਕਲਣਾ ਸਟੇਟ 'ਚ ਸਰਕਾਰ ਆ ਬੀਜੇਪੀ ਦੀ ਕੇਂਦਰ 'ਚ ਸਰਕਾਰ ਆ ਬੀਜੇਪੀ ਦੀ ਸੀਬੀਆਈ ਕਿਹੜਾ ਉਹੀ ਸੀਬੀਆਈ ਜਿਹਨੂੰ ਪਿੰਜਰੇ ਦਾ ਤੋਤਾ ਕਹਿੰਦੇ ਸੀ ਹੁਣ ਪਿੰਜਰੇ ਦਾ ਤੋਤਾ ਇੱਕ ਥੋੜੀ ਬਚਿਆ ਹੁਣ ਤੇ ਈਡੀਵੀ ਪਿੰਜਰੇ ਦਾ ਤੋਤਾ ਇਨਕਮ ਟੈਕਸ ਵਾਲੇ ਵੀ ਪਿੰਜਰੇ ਦਾ ਤੋਤਾ ਐਨਆਈਏ ਵੀ ਪਿੰਜਰੇ ਦਾ ਤੋਤਾ ਸੀਬੀਆਈ ਤੇ ਰਾ ਵੀ ਪਿੰਜਰੇ ਦਾ ਤੋਤਾ ਤੇ ਆ ਦੂਸਰਾ ਆਈਬੀ ਵੀ ਰਾ ਦਾ ਤੋਤਾ ਹੁਣ ਤਾਂ ਸਾਰਾ ਕੋਈ ਰਾ ਦਾ ਆਪਣਾ ਪਿੰਜਰੇ ਦੇ ਤੋਤੇ ਹੋ ਗਏ So, परमिंद्र निकलना कुछ नहीं है सिर्फ लोग अखा पचा पूछ किया बहुत दर्ज हो चौरासी चोड़िया दर्ज हुई पेल्ला चलो नहीं हुई बाद के बथेरिया दर्ज हुई हो सारे केस एक एक करके कर बंद कर दिते गए सो परमिंदर इतो बहुत कुछ नहीं निकलना ਇਹ ਜੇ ਬਚਾਉਣਾ ਸੀ ਜਿਹੜੀ ਸਟੇਟ 'ਚ ਬੀਜੇਪੀ ਦੀ ਜਾਂ ਉਹਦੇ ਭਾਈਵਾਲਾਂ ਦੀ ਸਰਕਾਰ ਨਾ ਹੁੰਦੀ ਉਹ ਸਟੇਟ ਦੀ ਕਿਸੇ ਏਜੰਸੀ ਨੂੰ ਇਹਦੀ ਇਨਕੁਆਰੀ ਦਿੱਤੀ ਜਾਂਦੀ ਤਦ ਕੁਝ ਨਿਕਲਦਾ ਸੀ ਅਦਰਵਾਈਜ਼ ਕੁਝ ਨਹੀਂ ਨਿਕਲਦਾ ਜੀ ਹਾਲਾਂਕਿ ਇਸ ਸਬੰਧੀ ਜਿਹੜੇ ਸੁਪਰੀਮ ਕੋਰਟ ਨੇ ਹਦਾਇਤਾਂ ਦਿੱਤੀਆਂ ਨੇ ਤਿੰਨ ਜਿਹੜੀ ਮਹਿਲਾ ਜੱਜਾਂ ਦਾ ਪੈਨਲ ਵੀ ਦੋ ਮਹੀਨੇ 'ਚ ਆਪਣੀ ਰਿਪੋਰਟ ਪੇਸ਼ ਕਰੇਗਾ ਕਿਉਂਕਿ ਜਿੰਨਾ ਕ ਰੌਲਾ ਰੱਪਾ ਜੋਰ ਅਜ਼ਮਾਇਸ਼ ਹੋਣੀ ਸੀ ਉਹ ਤਕਰੀਬਨ ਸੰਸਦ 'ਚ ਹੋ ਗਈ ਹੈ ਹੁਣ ਤੇ ਰੱਬ ਅਸਰੇ ਤਾਂ ਨਹੀਂ ਕਵਾਂਗੇ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਕੇ ਸਥਿਤੀ ਕਿਦੋਂ ਤੇ ਕਿਦਾਂ ਕੰਟਰੋਲ ਹੁੰਦੀ ਹੈ ਸੋ ਇਸ ਸਿਲਸਿਲੇ ਦੇ ਵਿੱਚ ਜੇ ਨੂਹ ਦੀ ਹਿੰਸਾ ਦਾ ਜ਼ਿਕਰ ਕਰੀਏ ਮਨੀਪੁਰ ਤੋਂ ਬਾਅਦ ਹਰਿਆਣਾ ਵੱਲੋਂ ਆਈਏ ਤੇ ਹਰਿਆਣਾ ਦੇ ਨੂਹ ਦੇ ਵਿੱਚ ਜੋ ਹਿੰਸਾ ਫੈਲੀ ਸੀ ਉਸ ਮਾਮਲੇ ਦੇ ਵਿੱਚ ਵੀ ਜਾਂਚ ਭਾਵੇਂ ਜੁਡੀਸ਼ਰੀ ਨੇ ਸੁਣਵਾਈ ਜਿਹੜੀ ਹੈ ਪੰਜਾਬ ਹਰਿਆਣਾ ਚੀਫ ਜਸਟ ਜਿਹੜੇ ਚੀਫ ਡਿਸਟ੍ਰਿਕਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਕਰਨੀ ਹੈ ਪਰ ਇਸ ਸਬੰਧੀ ਜਿਹੜੀਆਂ ਖਾਪ ਪੰਚਾਇਤਾਂ ਦੀ ਜਾਂ ਹਿੰਦੂ ਪੰਚਾਇਤ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਹੈ ਕਿ 28 ਤਰੀਕ ਨੂੰ ਜਿਹੜਾ ਹੈਗਾ ਮੁੜ ਕੇ ਫਿਰ ਉਹ ਬ੍ਰਜ ਮੰਡਲ ਯਾਤਰਾ ਸ਼ੁਰੂ ਕਰਨਗੇ ਐ ਕਿਉਂਕਿ ਪਹਿਲਾਂ ਬ੍ਰਜ ਮੰਡਲ ਯਾਤਰਾ ਦੇ ਦੌਰਾਨ ਫਾਇਰਿੰਗ ਹੋਈ ਸੀ ਸੋ ਜਿਸ ਸਿਲਸੇ ਦੇ ਵਿੱਚ ਉਹ ਅਦਵਾਟੇ ਰਹਿ ਗਈ ਸੀ ਸੋ ਕੱਲ ਹਿੰਦੂ ਮਹਾਪੰਚਾਇਤ ਦੇ ਵਿੱਚ ਇਹ ਫੈਸਲਾ ਲਿਆ ਗਿਆ ਤੇ ਕਿ ਮੁੜ ਕੇ ਆ ਜਿਹੜੀ ਬ੍ਰਿਜ ਮੰਡਲ ਯਾਤਰਾ ਉਹ ਇਸ ਨੂ ਦੇ ਉਹੀ ਉਸੇ ਜਿਹੜੇ ਮੰਦਿਰ ਤੋਂ ਸ਼ੁਰੂ ਹੋਏਗੀ ਕੀ ਵੇਖਦੇ ਹੋ ਮਨੀਪੁਰ ਤੋਂ ਬਾਅਦ ਇਸ ਘਟਨਾ ਨੂੰ ਕਿਉਂਕਿ ਇਸ ਨੂੰ ਠੰਡਾ ਵੀ ਕੀਤਾ ਜਾ ਸਕਦਾ ਸੀਗਾ ਤੇ ਜਾਂ ਫਿਰ ਆਪਣੀ ਐਗਜ਼ਿਸਟੈਂਸ ਦਿਖਾਉਣੀ ਆ ਦੁਬਾਰਾ ਉਸ ਯਾਤਰਾ ਨੂੰ ਮੁੜ ਕੇ ਸ਼ੁਰੂ ਕਰਾਉਣਾ ਤੇ ਇੱਕ ਆਪਣੇ ਆਪ ਨੂੰ ਸਵੈਮਾਨ ਦੀ ਗੱਲ ਕਿਦਾਂ ਵੇਖਦੇ ਹੋ ਇਸ ਵਰਤਾਰੇ ਨੂੰ ਜੀ ਭਰਮਿੰਦਰ ਜੀ ਕੋ ਪਹਿਲੀ ਗੱਲ ਤੇ ਇਹ ਆ ਇਹ ਸਾਰੀ ਹਿੰਸਾ ਤੋਂ ਬਾਅਦ ਦੂਜੇ ਭਾਈਚਾਰੇ ਦੇ ਜਿਹੜੇ ਆ ਉਹ ਬਹੁਤਾ ਕੁਝ ਉਹਨਾਂ ਦੀਆਂ ਝੁੱਗੀਆਂ ਚੌਂਪੜੀਆਂ ਉਹਨਾਂ ਦੇ ਘਰ ਢਾ ਦਿੱਤੇ ਗਏ ਆ। ਉਹ ਐਸ ਵੇਲੇ ਹਾਸ਼ੀਏ ਤੇ ਇਹਨਾਂ ਨੇ ਆਪਣੀ ਉੱਥੇ ਜਿਹੜੀ ਆ ਹੋਂਦ ਸਥਾਪਿਤ ਕਰਨੀ ਆ ਕਿ ਹਾਂ ਅਸੀਂ ਹੈਗੇ ਆਂ। ਪਹਿਲਾਂ ਕੀਤਾ ਸੀ ਤੁਸੀਂ ਹੁਣ ਸਾਨੂੰ ਟੱਕਰੋ ਕੌਣ ਟੱਕਰਨਾ ਬੇਸਿਕਲੀ ਤੇ ਇਹ ਦਿਖਾਉਣ ਦੀ ਕੋਸ਼ਿਸ਼ ਆ। ਤੇ ਉਹ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਇਹ ਦੁਬਾਰਾ ਦੇਣ ਜਿਹੜਾ ਉਹ ਨiyet ਕੀਤੀ। ਸਰਕਾਰ ਇਹਨਾਂ ਦੀ ਆ ਕੇਂਦਰ ਚ ਵੀ ਇਹਨਾਂ ਦੀ ਆ ਸਟੇਟ ਚ ਵੀ ਇਹਨਾਂ ਦੀ ਜੋ ਕੁਝ ਮਨੀਪੁਰ ਸੀ ਉਹੀ ਕੁਝ ਇੱਥੇ ਆ ਸੋ ਇਸ ਕਰਕੇ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਤਾਂ ਕੋਈ ਡੇਟ ਦੇ ਹੀ ਨਹੀਂ ਸਕਦਾ ਯਾਤਰਾ ਦੀ ਕਿੱਦਾਂ ਕੋਈ ਜੇ ਸਰਕਾਰ ਇਜਾਜ਼ਤ ਨਾ ਦੇਊਗੀ ਕੋਈ ਯਾਤਰਾ ਕੱਢ ਲੂਗਾ ਰਹਿ ਗਈ ਗੱਲ ਤੁਸੀਂ ਚੀਫ ਜਸਟਿਸ ਆਫ ਪੰਜਾਬ ਰੈਣਾ ਹਾਈ ਕੋਰਟ ਦੀ ਗੱਲ ਕੀਤੀ ਉਹਨਾਂ ਤਾਂ ਸੁਣਵਾਈ ਕਰਨੀਆਂ ਜਿਹੜੀਆਂ ਬਿਲਡਿੰਗਾਂ ਇਹ ਢਾਹ ਰਹੀ ਸੀ ਉਹਦੀ ਕਿਉਂਕਿ ਉੱਤੇ ਸਟੇ ਕੀਤਾ ਕਿ ਅੱਗੇ ਨਹੀਂ ਟਾਉਣੀਆਂ ਉਹ ਉਹਨਾਂ ਨੇ ਸੜਮਾਈ ਉਹਦੀ ਕਰਨੀ ਪਰ ਦੂਜੀ ਇਨਕੁਆਰੀ ਇਹਨਾਂ ਕੋਲੇ ਆ ਸਾਰਾ ਕੁਝ ਸੋ ਸਿਸਟਮ ਜਿਹੜਾ ਸਟੇਟ ਦਾ ਇਹ ਚਲਾ ਰਹੇ ਨੇ ਜੋ ਮਨੀਪੁਰ ਦੀ ਹਾਲਾਤ ਆ ਮਨੀਪੁਰ ਦੇ ਵਿੱਚ ਹੁਣ ਉੱਥੇ ਕੀ ਆ ਕਿ ਉੱਥੇ ਤਿੰਨ ਮਹਿਲਾ ਸਾਫ ਦਾ ਜੱਜ ਨੇ ਉਹਨਾਂ ਦੀ ਕਮੇਟੀ ਬਣਾਈ ਉਹਨਾਂ ਨੇ ਰਿਪੋਰਟ 2 ਮਹੀਨੇ ਚ ਦੇਣੀ ਆਪਣੇ ਆਪ ਉਹ ਕਿੰਨੀ ਕੁ ਰਿਪੋਰਟ ਇਕੱਠੀ ਕਰ ਲੈਣਗੇ ਜਿੱਥੇ ਉਹਨਾਂ ਨੂੰ ਸਟੇਟ ਦੀ ਪੁਲਿਸ ਜਾਂ ਸਟੇਟ ਦਾ ਉਹਨਾਂ ਦਾ ਜਿਹੜਾ ਤੰਤਰ ਆ ਪੂਰੇ ਦਾ ਪੂਰਾ ਉਹ ਜਿੱਥੇ ਲੈ ਕੇ ਜਾਊਗੀ ਬਿਊਰੋਕ੍ਰੇਸੀ ਉਹ ਉੱਥੇ ਜਾਣਗੇ ਆਪਣੇ ਆਪ ਤੋਂ ਕਿਤੇ ਪਹੁੰਚਣ ਹੋ ਰਹੇ ਸੋ ਜਿਹੜੀ ਜਗ੍ਹਾ ਤੇ ਉਹ ਜਾਣਗੇ ਉੱਥੋਂ ਰਿਪੋਰਟ ਇਕੱਠੀ ਕਰਨਗੇ ਤੇ ਸਰਕਾਰ ਕੁਦਰਤੀ ਆਪਣੀ ਫੇਵਰਦੀ ਦੇ ਪੇਗੀ ਆਪਣੇ ਆਪ ਤੋਂ ਠੀਕ ਆ ਕੁਝ ਜਗ੍ਹਾ ਤੇ ਕੋਸ਼ਿਸ਼ ਕਰਨਗੇ ਜਾਣ ਦੀ ਆਪਣੇ ਆਪ ਤੇ ਸਾਰੀ ਜਗ੍ਹਾ ਜਾ ਨਹੀਂ ਸਕਣਗੇ ਤੇ ਦੂਜੀ ਗੱਲ ਜੋ ਸਟੇਟ ਦੀ ਰਿਪੋਰਟ ਹੋਏਗੀ ਮੋਸਟਲੀ ਉਹੀ ਉਹਨਾਂ ਦੀ ਆਏਗੀ ਸੋ ਪਰਮਿੰਦਰ ਚਾਹੇ ਨੂ ਹੋਵੇ ਤੇ ਚਾਹੇ ਹੋਵੇ ਮਨੀਪੁਰ ਦੋਨੋਂ ਸਥਿਤੀਆਂ ਬਿਲਕੁਲ ਸੇਮ ਨੇ ਇੱਕ ਪਾਈਚਾਰਾ ਜਿਹੜਾ ਇੱਥੇ ਮੁਸਲਮਾਨਾਂ ਨੂੰ ਦਬਾਉਣ ਲਈ ਅਤੇ ਈਸਾਈਆਂ ਨੂੰ ਦਬਾਉਣ ਦੇ ਲਈ ਸਿਰਫ ਉਹਨਾਂ ਇਹ ਦੋ ਪਾਈਚਾਰਿਆਂ ਨੂੰ ਅਲੱਗ-ਅਲੱਗ ਦੋ ਸਟੇਟਾਂ 'ਚ ਦਬਾ ਕੇ ਇਹ ਆ ਕਿ ਹਿੰਦੁਸਤਾਨ ਇੱਥੇ Hindu ਰਹੂਗਾ ਜਿਹੜਾ ਹਿੰਦੀ ਬੋਲੂਗਾ ਤੇ ਦੂਜੇ ਕਿਸੇ ਨੂੰ ਰਹਿਣ ਦੀ ਇਜਾਜ਼ਤ ਨਹੀਂ ਜੇ ਰਹਿਣਾ ਤੇ ਫਿਰ ਸਾਡੇ ਥੱਲੇ ਲੱਗ ਕੇ ਰਹਿਣਾ ਪਊਗਾ ਆਦਰਵਾਇਜ਼ ਨਹੀਂ ਰਹਿ ਸਕਦੇ ਆ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ ਆਉ ਤੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਹੁਣ ਇਸ ਨੂਹ ਦੇ ਵਿੱਚ ਜਿਹੜੀ ਅੱਜ ਮਹਾਪੰਚਾਇਤ ਹੋਈ ਹੈ ਹਿੰਦੂ ਭਾਈਚਾਰੇ ਵੱਲੋਂ ਇਸ ਦੇ ਜਿਹੜੇ ਕਈ ਪੱਖ ਸਾਹਮਣੇ ਆਉਣ ਲੱਗੇ ਨੇ ਸੋ ਇਸ سلسلے ਦੇ ਵਿੱਚ ਨੂਹ ਦੇ ਵਿੱਚ ਹਿੰਸਾ ਤੋਂ ਬਾਅਦ ਫਿਰ 8 28 ਤਾਰੀਖ ਨੂੰ ਬ੍ਰਿਜ ਮੰਡਲ ਯਾਤਰਾ ਫਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹਾਲਾਂਕਿ ਇਸ ਤਰ੍ਹਾਂ ਹਿੰਦੂ ਮਹਾਪੰਚਾਇਤ ਨੇ ਜੋ ਫੈਸਲਾ ਕੀਤਾ ਉਸ ਸੰਬੰਧੀ ਪੈਂਡੂਆਂ ਨੂੰ ਜਿਹੜੇ ਨੇ ਅਸਲਾ ਲਾਇਸੈਂਸ ਮੰਗੇ ਨੇ ਤੇ ਨਾਲ ਐਨਆਈਏ ਦੀ ਜਾਂਚ ਮੰਗੀ ਹੈ ਤੇ ਕਾਂਗਰਸ ਦੇ ਐਮਐਲਏ ਨੇ ਜਿਹੜੇ ਮੁਸਲਮ ਭਾਈਚਾਰੇ ਦੇ ਉਹਨਾਂ ਦੀ ਗ੍ਰਿਫਤਾਰੀ ਵੀ ਮੰਗੀ ਗਈ ਹੈ ਸੋ ਪਲਬਲ ਦੇ ਵਿੱਚ ਹੋਈ ਇਸ ਮਹਾਂ ਪੰਚਾਇਤ ਵਿੱਚ ਹਿੰਦੂ ਭਾਈਚਾਰੇ ਦੇ ਹਜ਼ਾਰਾਂ ਲੋਕ ਇਕੱਠੇ ਹੋਏ ਇਸ ਤੋਂ ਅੰਦੀ 28 ਅਗਸਤ ਨੂੰ ਮੁੜ ਯਾਤਰਾ ਕਰਨ ਦਾ ਐਲਾਨ ਕੀਤਾ ਗਿਆ ਧੂਮ ਧੜੱਕੇ ਦੇ ਨਾਲ ਹਾਲਾਂਕਿ ਇਹ ਜਿਹੜਾ ਅੱਜ ਜਿਹੜਾ ਸੌਰੀ ਕੱਲ ਐਤਵਾਰ ਨੂੰ ਜੋ ਫੈਸਲਾ ਹੋਇਆ ਪਲਵਲ ਦੇ ਵਿੱਚ ਸੋ ਇਸ ਸੰਬੰਧੀ ਸੱਤ ਲੋਕਾਂ ਦੀ ਮੌਤ ਹੋਈ ਸੀ ਉਸ ਯਾਤਰਾ ਤੋਂ ਬਾਅਦ ਇਸਵੰਦੀ ਕਾਂਗਰਸ ਦੇ ਜਿਹੜੇ ਫਰੋਜ਼ਪੁਰ ਝਿਰਕਾ ਤੋਂ ਕਾਂਗਰਸ ਦੇ ਐਮਐਲਏ ਨੇ ਮਾਮਨ ਖਾਨ ਉਹਨਾਂ ਨੂੰ ਬਰਖਾਸਤ ਕਰਨ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਮੰਗ ਕੀਤੀ ਗਈ ਹੈ ਇਹ ਦੋਸ਼ ਲਾਇਆ ਗਿਆ ਕਿ ਜਿਵੇਂ ਮੋਨੂ ਮਾਨੇਸਰ ਨੇ ਹੇਟ ਸਪੀਚ ਕੀਤੀ ਸੀ ਉਸ ਤੋਂ ਪਹਿਲਾਂ ਹੇਟ ਸਪੀਚ ਇਸ ਤਰ੍ਹਾਂ ਮਾਮਨ ਖਾਨ ਕਾਂਗਰਸੀ ਐਮਐਲਏ ਨੇ ਕੀਤੀ ਸੀ ਉਸ ਦੀ ਗ੍ਰਿਫਤਾਰੀ ਦਾ ਮਤਾ ਪਾਇਆ ਗਿਆ ਇਸ ਦੇ ਵਿੱਚ ਮੁੱਖ ਚਾਰ ਮੰਗਾ ਇਸ ਮਹਾਪੰਚਾਇਤ ਚੋਭਰੀਆਂ ਨੇ ਕਿ ਸਰਵ ਸੰਮਤੀ ਨਾਲ ਗਠਿਤ ਕੀਤੇ ਗਏ 51 ਲੋਕਾਂ ਦੀ ਕਮੇਟੀ ਨੇ ਨੂਹ ਦੇ ਦੰਗਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਇੱਕ ਇੱਕ ਕਰੋੜ ਰੁਪਈਆ ਮੁਆਵਜ਼ਾ ਮੰਗਿਆ ਸਰਕਾਰੀ ਨੌਕਰੀ ਤੇ ਜ਼ਖਮਿਆਂ ਨੂੰ 50-50 ਲੱਖ ਰੁਪਇਆ ਰਾਸ਼ੀ ਦੀ ਮੰਗ ਕੀਤੀ ਗਈ ਨੂਹ ਜ਼ਿਲ੍ਹੇ ਦੇ ਵਿੱਚ ਖਤਮ ਨੂਹ ਜ਼ਿਲ੍ਹੇ ਨੂੰ ਖਤਮ ਕਰਨ ਤੇ ਨਾਲ ਇਸ ਤੇ ਜਿਹੜੇ ਦੂਸਰੇ ਜ਼ਿਲ੍ਹੇ ਦੇ ਵਿੱਚ ਵੰਡਣ ਦੀ ਵੀ ਡਿਮਾਂਡ ਰੱਖੀ ਗਈ ਯਾਨੀ ਕਿ ਨੂਹ ਨੂੰ ਡਿਸਟ੍ਰਿਕਟ ਹੀ ਖਤਮ ਕਰ ਦਿਓ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਇਸ ਨੂੰ ਮਰਜ ਕਰ ਦਿਓ ਭਾਰਤੀ ਕਿਸਾਨ ਜੂਨੇੰਡ ਦੇ ਰਾਸ਼ਟਰੀ ਜਿਹੜੇ ਸੈਕਟਰੀ ਨੇ ਰਤਨ ਸਿੰਘ ਸਰੋਤ ਨੇ ਆਖਿਆ ਕਿ ਇਹਨਾਂ ਦਗਾਈਆਂ ਦੇ ਉੱਤੇ ਜਿਹੜੇ ਨੂਹ ਦੇ ਵਿੱਚ ਦਰਜ ਕੀਤੇ ਗਏ ਸਾਰੇ ਮੁਕਾਦਮੇ ਨੇ ਉਹ ਗੜਗਾਉਂ ਜਾਂ ਦੂਜੇ ਜ਼ਿਲ੍ਹਿਆਂ ਚ ਟ੍ਰਾਂਸਫਰ ਕੀਤੇ ਜਾਣ ਤੇ ਸੁਣਵਾਈ ਫਾਸਟ ਟਰੈਕ ਤੇ ਹੋਵੇ ਕਿਉਂਕਿ ਨੂਹ ਦੇ ਵਿੱਚ ਬਹੁ ਗਿਣਤੀ ਮੁਸਲਮਾਨਾਂ ਦੀ ਹੈ ਰੈਪਿਡ ਐਕਸ਼ਨ ਫੋਰਸ ਜਿਹੜੀ ਆਰਪੀਐਫ ਹੈ ਜਾਂ ਹਰਿਆਣਾ ਪੁਲਿਸ ਦਾ ਇੱਕ ਬਟਾਲੀਅਨ ਦਾ ਹੈੱਡਕੁਆਰਟਰ ਨੂਹ ਦੇ ਵਿੱਚ ਬਣਾਇਆ ਜਾਵੇ ਸੋ ਨੂਹ ਜਾਂ ਇਸ ਦੇ ਆਸ-ਪਾਸ ਲੱਗਦੇ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਸੈਲਫ ਡਿਫੈਂਸ ਦੇ ਮਕਸਦ ਨਾਲ ਅਸਲਾ ਲਾਇਸੈਂਸ ਦਿੱਤੇ ਜਾਣ ਪ੍ਰਾਇਓਰਿਟੀ ਤੇ ਹਿੰਦੂ ਭਾਈਚਾਰੇ ਨੂੰ ਅਸਲਾ ਲਾਇਸੈਂਸ ਮੰਗੇ ਗਏ ਨੇ ਹਾਲਾਂਕਿ ਇਸ ਦੌਰਾਨ ਜਿਹੜੇ ਕੁਝ ਹਿੰਦੂ ਭਾਈਚਾਰੇ ਦੇ ਲੋਕ ਨੇ ਉਹਨਾਂ ਨੇ ਵਿਰੋਧ ਵੀ ਕੀਤਾ ਕਿ ਤੁਸੀਂ ਇਸ ਤਰ੍ਹਾਂ ਦਾ ਜੋ ਕਟੜਵਾਦ ਕਰ ਰਹੇ ਹੋ ਇਹ ਛਾ ਨਹੀਂ ਹੈ ਸੋ ਪਲਵਲ ਦੇ ਵਿੱਚ ਹੋਈ ਹੈ ਸਰਬਜਾਤੀ ਹਿੰਦੂ ਮਹਾਪੰਚਾਇਤ ਅਧਿਪ੍ਰਧਾਨਗੀ ਮਬਾਦ ਦੇ 40 ਹਿੰਦੂ ਪਾਲ ਤੇ 12 ਮੁਸਲਮਾਨ ਪਾਲ ਤੇ ਜਿਹੜੇ ਪ੍ਰਧਾਨ ਚੌਧਰੀ ਅਰुण ਜਲਦਾਰ ਨੇ ਕੀਤੀ ਸੋ ਇਸ ਮਹਾਪੰਚਾਇਤ ਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਿੰਦੂ ਸਮਾਜ ਦੇ ਕਾਰਕੁੰਨ ਪਹੁੰਚੇ ਇਸ ਮਹਾਪੰਚਾਇਤ ਚ ਹਰਿਆਣਾ ਗੌਰਖਿਆ ਦਲ ਦੇ ਪ੍ਰਧਾਨ ਪਹੁੰਚੇ ਹੋਰ ਵਰਕਰ ਪਹੁੰਚੇ ਹਾਲਾਂਕਿ ਕੁਝ ਜਿਹੜੇ ਪਾਲਸੀ ਉਹਨਾਂ ਨੇ ਇਸ ਦਾ ਬਾਈਕਟ ਵੀ ਕੀਤਾ ਡਾਗਰਪਾਲ ਨੇ ਜਿਹੜੀ ਅਤਵਰ ਸਵੇਰੇ ਕੱਲ ਇਸ ਮਹਾਪੰਚਾਇਤ ਦਾ ਬਾਈਕਟ ਕਰਨ ਦਾ ਫੈਸਲਾ ਕੀਤਾ ਉਸਨੇ ਆਖਿਆ ਉਸ ਦੇ ਬਾਈਕਟ ਕਰਨ ਦੇ ਨਾਲ ਜਿਹੜੇ रावत ਨੇ ਸਹਰਾਵਤ ਨੇ ਚੋਹਾਨ ਨੇ ਤੇਵਰੀਆ ਪਾਲ ਨੇ ਇਹਨਾਂ ਪੰਚਾਂ ਨੇ ਵੀ ਸਹਿਮਤੀ ਦਿੱਤੀ ਕਿ ਅਸੀਂ ਇਸ ਦੇ ਵਿੱਚ ਸ਼ਾਮਲ ਨਹੀਂ ਹੋਣਾ ਇਹਦਾ ਬਾਈਕਟ ਕਰਨਾ ਸੋ ਜਿਸ ਦੀ ਪੋਸਟਿਡ ਡਾਗਰਪਾਲ ਨੇ ਕੀਤੀ ਹੈ ਇਹ ਉਸਤੇ ਪ੍ਰਧਾਨ ਜਿਹੜੇ ਡਾਗਰਪਾਲ ਦੇ ਚੌਧਰੀ ਧਰਮਵੀ ਡਾਗਰ ਨੇ ਆਖਿਆ ਕਿ ਇਹ ਜਿਹੜਾ ਨਿਰਣਾ ਡਾਗਰਪਾਲ ਦੇ ਵੱਡੇ ਪਿੰਡ ਮਡਕੋਲਾ ਦੀ ਪੰਚਾਇਤ ਨੇ ਤੈਅ ਕੀਤਾ ਇਹਨਾਂ ਨੇ ਇਸ ਕਰਕੇ ਉਸ ਦਾ ਬਾਈਕਾਟ ਕੀਤਾ ਧਰਮਵੀ ਡਾਗਰ ਹੋਣਾ ਨੇ ਦੱਸਿਆ ਕਿ ਇਸ ਮਹਾਪੰਚਾਇਤ ਦੇ ਵਿੱਚ ਜਿਹੜਾ ਸਾਡਾ ਖਾਪਾਂ ਦਾ ਕਰਤੱਬ ਹੈ ਸਮਾਜ ਨੂੰ ਜੋੜਨਾ ਨਾ ਕਿ ਤੋੜਨਾ ਜਿਹੜੀ ਮਹਾਪੰਚਾਇਤ ਹੋਈ ਹੈ ਉਸ ਦੇ ਵਿੱਚ ਵਿਸ਼ੂ ਵੀ ਹਿੰਦੂ ਪਰਿਸ਼ਦ ਬਜਰੰਗ ਦਲ ਵਰਗੇ ਲੋਕ ਨੇ ਜਿਹੜੇ ਕਿ ਇੱਕ ਤਰਫਾ ਨੇ ਕੱਟੜ ਨੇ ਹਿੰਦੂ ਤਬ ਦਾ ਏਜੰਡਾ ਲਿਆਉਂਦੇ ਨੇ ਅਸੀਂ ਹਿੰਦੂਇਜ਼ਮ ਦੀ ਗੱਲ ਕਰਨੀ ਹੈ ਨਾ ਕਿ Hindu ਤਬ ਦੀ ਸੋ ਇਸ ਕਰਕੇ ਪੰਜ ਦੇ ਕਰੀਬ ਇਹਨਾਂ ਮਹਾਪੰਚਾਇਤਾਂ ਦੇ ਜਿਹੜੇ ਪ੍ਰਮੁੱਖ ਨੇ ਜਿਸ ਵਿੱਚ ਟੌਗਰੀ ਚੌਧਰੀ ਧਰਮਵੀਰ ਡਾਗਰ ਨੇ ਉਹਨਾਂ ਨੇ ਇਸ ਦਾ ਬਾਈਕਾਟ ਵੀ ਕੀਤਾ ਇਹ ਸਮਾਜ ਜਿਹੜਾ ਮੁਸਲਮਾ ਹੈ ਉਹ ਵੀ ਸਾਡੇ ਚੋਂ ਨੇ ਹਿੰਦੂ ਮੁਸਲਮ ਸਭ ਰਲ ਕੇ ਰਹੀਏ ਸੋ ਇਸ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦਾ ਇਹਨਾਂ ਕੁਝ ਪੰਚਾਇਤਾਂ ਨੇ ਵਿਰੋਧ ਵੀ ਕੀਤਾ ਸੋ ਉਸ ਕਰਕੇ ਇਹ ਨੂੰ ਹੁਣ ਇਸੇ ਕਰਕੇ ਜ਼ਿਲ੍ਹਾ ਵੀ ਖਤਮ ਕਰਨ ਦੀ ਗੱਲ ਕਰਦੇ ਨੇ ਕੋਈ ਕੋਥੇ ਬਹੁ ਗਿਣਤੀ ਮੁਸਲਮਾਨਾਂ ਦੀ ਐ ਸੋ ਇਸ ਸਬੰਧੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਬਜਰੰਗ ਦਲ ਹਰਿਆਣਾ ਨੇ ਪਲਵਲ ਦੇ ਵਿੱਚ ਉਚੇਚਾ ਇਸ ਬ੍ਰਿਜ ਮੰਡਲ ਯਾਤਰਾ ਨੂੰ ਆਪਣੀ ਮੁੱਚਦਾ ਸਵਾਲ ਬਣਾ ਰੱਖਿਆ ਇਸ ਸਿਲਸਲੇ ਵਿੱਚ ਇਹ ਜਿਹੜੀਆਂ ਕੁਝ ਹਿੰਦੂ ਮਹਾਪੰਚਾਇਤਾਂ ਨੇ ਡਾਗਰ ਹੋ ਰਹੀ ਜਾਂ ਹੋਰ ਇਹਨਾਂ ਧਰਮ ਦੀ ਡਾਗਰ ਹੋਣ ਦਾ ਫੈਸਲਾ ਕਿਤੇ ਨਾ ਕਿਤੇ ਲੋਕਤੰਤਰੀ ਵੀ ਹੈ ਕਿੱਦਾਂ ਵੇਖਦੇ ਹੋ ਇਸ ਸਿਲਸਲੇ ਨੂੰ ਜੀ ਸੁਰਿੰਦਰ ਜੀ ਤੇ ਸਰਕਾਰ ਦੀ ਜ਼ਿੰਮੇਵਾਰੀ ਕੀ ਤੈ ਨਹੀਂ ਹੁੰਦੀ ਕਿ ਮਸਾਂ ਗੱਲ ਠੰਡੀ ਹੋਈ ਹੈ ਮੁੜ ਕੇ ਕਿਉਂ ਉਸਨੂੰ ਜ਼ਖਮਾਂ ਤੇ ਤੇ ਜਾ ਪਾਉਣ ਦੀ ਕੋਸ਼ਿਸ਼ ਹੈ ਦੂਸਰੇ ਭਾਈਚਾਰੇ ਦੇਖੋ ਕਿ ਇੱਕ ਧਾਰਮਿਕ ਪ੍ਰੋਸੈਸ ਹੈ ਜੋ ਖਤਮ ਹੋ ਗਿਆ ਸਮਾਂ ਲੰਘ ਗਿਆ ਤੇ ਦੁਬਾਰਾ ਉਸ ਤਰ੍ਹਾਂ ਦੀ ਫਿਰ ਬ੍ਰਿਜ ਮੰਡਲ ਯਾਤਰਾ ਕੱਢਣੀ ਤੇ ਕਿਸੇ ਨਾ ਕਿਸੇ ਤਰ੍ਹਾਂ ਚੁਣੌਤੀ ਵੀ ਹੈ ਦੂਸਰੇ ਭਾਈਚਾਰੇ ਨੂੰ ਜੀ ਸਰੰਦਰ ਪਰ ਮਿੰਦਰ ਸਰਕਾਰ ਤਾਂ ਖੁਦ ਚਾਹੁੰਦੀ ਆ ਸਰਕਾਰ ਇਹਦੇ ਤੇ ਕੋਈ ਐਕਸ਼ਨ ਕਿੱਦਾਂ ਲਾਊਗੀ ਸਰਕਾਰ ਤਾਂ ਖੁਦ ਇਸ ਕੁਝ ਚਾਹੁੰਦੀ ਆ ਸਰਕਾਰ ਖੁਦ ਇਸ ਮਸਲੇ 'ਚ ਇਨਵੋਲ ਆ ਸਰਕਾਰ ਦੀ ਸਹਿਮਤੀ ਨਾਲ ਸਾਰਾ ਕੁਝ ਹੋਰ ਹੈ ਸਰਕਾਰੀ ਦੇ ਦੀ ਚੁੱਪ ਸਰਕਾਰ ਤੇ ਚਾਹੁੰਦੀ ਜਿੰਨਾ ਭਾਂਬੜ ਮਚੇਗਾ ਉਹਦੇ ਵਿੱਚੋਂ 2024 ਨਿਕਲਦਾ ਵੱਡੀਆਂ ਲਪਟਾਂ ਚ ਸਾਰਾ ਕੁਝ ਬਾਹਰ ਆਉਣਾ ਨਾ ਛੋਟੇ ਮੋਟੇ ਮਸਲੇ ਚ ਤਾਂ ਨਹੀਂ ਆਉਣਾ ਮਰੂਗਾ ਸਰਕਾਰ ਦਾ ਥੋੜੀ ਕੋਈ ਮਰੂਗਾ ਮਰਨਗੇ ਤਾਂ ਆਮ ਲੋਕ ਮਰਨਗੇ ਹੂੰ ਹੁਣ ਗੱਲ ਇਹ ਆ ਜ਼ਿਲ੍ਹਾ ਖਤਮ ਕਰਨ ਦੀ ਜ਼ਿਲ੍ਹਾ ਖਤਮ ਕਰ ਦਿਓ ਜਾਂ ਨਾ ਕਰ ਦਿਓ ਗੱਲ ਇਹ ਹੈ ਕਿ ਜਦੋਂ ਲੋਕ ਇੰਨੀ ਦੇਰ ਤੋਂ ਇਕੱਠੇ ਰਹਿੰਦੇ ਆ ਰਹੇ ਤਾਂ ਹੁਣ ਕੀ ਸਮੱਸਿਆ ਖੜੀ ਹੋ ਗਈ ਕੀ ਹੁਣ ਸਾਰੇ ਮੁਸਲਮਾਨਾਂ ਨੂੰ ਕਹੋਗੇ ਵੀ ਬੋਰੀ ਵੇਸਤਰਾ ਬੰਨ ਲਓ ਤੇ ਚਲੋ ਲਾਹੌਰ ਨੂੰ ਸਿੱਧੇ ਹੋ ਜਾਓ ਕਿ ਜਾਂ ਅਫਗਾਨਿਸਤਾਨ ਤੋੜਨੇ ਆ ਕਿੱਥੇ ਤੋੜਨੇ ਸੁਪਰਮਿੰਦਰ ਜਿਹੜਾ ਕੁਝ ਕੀਤਾ ਜਾ ਰਿਹਾ ਇਹਨਾਂ ਸਟ੍ਰੈਟਜੀ ਉਹ ਗੁਜਰਾਤ 'ਚ ਵੀ ਉਹਨਾਂ ਨਾਲ ਇਹੀ ਕੁਝ ਹੁੰਦਾ ਸੀ ਮਹਾਰਾਸ਼ਟਰ 'ਚ ਵੀ ਉਹਨਾਂ ਨਾਲ ਇਹੀ ਕੁਝ ਹੁੰਦਾ ਸੀਗਾ ਤੇ ਫਿਰ ਉਹਨਾਂ ਦੇ ਨਾਲ ਹੁਣ ਦੂਸਰਾ ਹਰਿਆਣੇ 'ਚ ਵੀ ਇਹੀ ਕੁਝ ਸ਼ੁਰੂ ਕਰਤਾ ਤੇ ਉੱਤਰ ਪ੍ਰਦੇਸ਼ 'ਚ ਵੀ ਇਹੀ ਕੁਝ ਪਹਿਲਾਂ ਠੀਕ ਆ ਮਹਾਰਾਸ਼ਟਰ ਤੋਂ ਗੁਜਰਾਤ ਦਾ ਬੜਾ ਨਾਮ ਆਉਂਦਾ ਹੁੰਦਾ ਸੀ ਕਿ ਉੱਥੇ ਉਹਨਾਂ ਨਾਲ ਧੱਕਾ ਹੁੰਦਾ ਇਹ ਕੁਝ ਕੀਤਾ ਜਾਂਦਾ ਤੇ ਹੁਣ ਹਰਿਆਣਾ ਵੀ ਚੱਲ ਪਿਆ ਤੇ ਉੱਤਰ ਪ੍ਰਦੇਸ਼ ਵੀ ਉਸੇ ਰਾਹ ਚੱਲ ਪਿਆ ਠੀਕ ਆ ਬੰਦਾ ਕ੍ਰਿਮੀਨਲ ਆ ਉਹ ਚਾਹੇ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਉਹ ਅੰਦਰ ਜਾਣਾ ਚਾਹੀਦਾ ਜਿਹੜੇ ਲੋਕ ਆਪਣੀ ਰੋਜ਼ਮਰਾਂ ਦੀ ਦੂਸਰਾ ਕਮਾ ਕੇ ਖਾਣ ਵਾਲੇ ਆ ਉਹਨਾਂ ਦੇ ਉੱਤੇ ਤਸ਼ੱਦਦ ਕਿਉਂ ਸਵਾਲ ਤੋਂ ਸਭ ਤੋਂ ਵੱਡਾ ਇਹ ਆ ਉਹਨਾਂ ਨਾਲ ਧੱਕਾ ਕਿਉਂ ਪਰ ਪਰਮੰਦਰ ਜਿਹੜੇ ਬੰਦੇ ਨੂੰ ਤੋੜਿਆ ਹੋਇਆ ਸੂਬਾ ਸਰਕਾਰ ਖੁਦ ਇਹਦੇ ਚ ਇਨਵੋਲਵ ਔਰ ਜਾਣ ਬੁੱਝ ਕੇ ਸਾਰਾ ਕੁਝ ਜਿਹੜਾ ਕਰਵਾਇਆ ਜਾ ਰਿਹਾ ਜਾਣ ਬੁੱਝ ਕੇ ਇਸ ਮਸਲੇ ਨੂੰ ਤੂਲ ਦਿੱਤੀ ਜਾ ਰਹੀ ਹੈ ਕਿ ਜਿੰਨਾ ਪੌਪਲ ਮੱਚੇਗਾ ਓਨਾਂ ਹੀ ਲੋਕ ਇਹਦੇ ਚ ਜਿੰਨੇ ਜ਼ਿਆਦਾ ਇਨਵੋਲਵ ਹੋਣਗੇ ਜਿੰਨਿਆਂ ਨੂੰ ਸੇਕ ਲੱਗੇਗਾ ਉਹਦਾ ਫਾਇਦਾ ਜਿਹੜਾ ਉਹ ਸਰਕਾਰ ਨੂੰ ਹੋਏਗਾ ਸਰਕਾਰ ਉਸ ਦਿਸ਼ਾ ਚ ਜਿਹੜੀ ਹੈ ਉਹ ਚੱਲੀ ਹੋਈ ਹੈ ਜੀ ਬਿਲਕੁਲ ਬਿਲਕੁਲ ਸਰਕਾਰ ਵੈਸੇ ਉਸੇ ਦਿਸ਼ਾ ਨੂੰ ਚੱਲੀ ਹੈ ਤੇ ਸਾਨੂੰ ਸਪੋਰਟ ਕੀਤਾ ਬਲਬੀਰ ਸਿੰਘ ਉਸਮਾਨ ਪਰਿਵਾਰ ਨੇ ਜਿਨ੍ਹਾਂ ਦੇ ਅਮਰੀਕਾ 'ਚ ਕਈ ਸਾਰੇ ਕਾਰੋਬਾਰ ਨੇ ਵਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1201 ਪਾਰਨਰ ਈਸਟ ਹਾਈਵੇ ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ ਈਮੇਲ ਫੈਕਸ ਕਰਨ ਦੀ ਸਹੂਲਤ ਅਤੇ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਟਰੱਕਾਂ ਦਾ ਸਮਾਨ ਸਵਾਰੀ ਖਰੀਦ ਸਕਦੇ ਹੋ ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਚਾ ਲੌਸਟਲ ਟ੍ਰੈਵਲ ਸੈਂਟਰ 14814 ਲੋਮਾ ਸਟਰੀਟ ਲੌਸਟਲ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਚਾਹ ਸ਼ਾਵਰ ਲਾਂਡੀ ਤੋਂ ਬਰਨਟਾਕ ਪਾਰਕਿੰਗ ਫ੍ਰੀ ਹੈ ਨਾਲ ਲੁਕਰ ਸ਼ਾਪ ਹੈ ਫ੍ਰੀ ਨਹੀਂ ਹੈ ਸਤਿਵਜੋਗ ਕਰੋ ਬਲਬੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ ਇਹਨਾਂ ਦੀ ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨ ਵਾਲੇ ਸੱਜਣ ਫਿਊਲ ਫ੍ਰੈਂਚਾਈਜ਼ ਬ੍ਰਾਂਡਡ ਤੇ ਅਨ ਬ੍ਰਾਂਡਡ ਡੀਜ਼ਲ ਖਰੀਦ ਸਕਦੇ ਹੋ ਕੋਈ ਡੀਲ ਬਣਾਉਣੇ ਬਲਬੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਰ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 42523284134252328413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ ਤੇ ਸਾਨੂੰ ਸਪੋਰਟ ਕੀਤਾ ਵਿਸ਼ਿੰਗਟਨ ਫੀਟ ਸਰਵਿਸ ਨੇ ਸੈਟਲ ਦੇ ਲੋਡ ਅਤੇ ਡਾਈਵਨ ਦੀ ਜੌਬ ਲਈ ਹਮੇਸ਼ਾ ਯਾਦ ਰੱਖੋ ਵਿਸ਼ਿੰਗਟਨ ਫੀਟ ਸਰਵਿਸ ਤੋਂ ਜਗਦੇਵ ਸਿੰਘ ਸੰਧੂ ਬਰਾ ਦਾ ਨੰਬਰ 253 266 69 24253 2666924 ਤੇ ਗੈਰੀ ਧਾਲੀਵਾਲ ਦਾ ਨੰਬਰ 206 354 4060 2063544060 ਨੰਬਰ ਹੈ ਗੈਰੀ ਧਾਲੀਵਾਲ ਦਾ ਸੈਟਲ ਦੇ ਲੋਡ ਅਤੇ ਡਾਈਵਨ ਦੀ ਜੌਬ ਲਈ ਵਿਸ਼ਿੰਗਟਨ ਫੀਟ ਸਰਵਿਸ ਹਮੇਸ਼ਾ ਯਾਦ ਰੱਖੋ ਡਿਸਪੈਚ ਪੰਜਾਬੀ ਅੰਗਰੇਜ਼ੀ ਇਸਤੰਦ ਨੇ ਡਰਾਈਵਿੰਗ ਦੀ ਜੌਬ ਦੇ ਬੜੇ ਵਧੀਆ ਵੇਜਸ ਅਦਾ ਕਰਦੇ ਆ। ਸਰੇਂਦਰ ਜੀ ਕਈ ਸਾਰੀਆਂ ਹੁਣ 15 ਅਗਸਤ ਦਾ ਦਿਨ ਚੱਲ ਰਿਹਾ। ਕਈ ਸਾਰੀਆਂ ਜਿਹੜੀਆਂ ਫੜੋਂ ਫੜਾਈਆਂ ਤੇ ਇਸ ਸੰਬੰਧੀ ਤਰਨਤਾਰਨ ਦੇ ਵਿੱਚ ਫਿਰ ਸੁਤੰਤਰਤਾ ਦਿਵਸ ਦੇ ਮੌਕੇ ਮਾਹੌਲ ਖਰਾਬ ਕਰਨ ਦੀ ਪਲੈਨਿੰਗ ਦੇ ਦੋਸ਼ਾਂ ਦੇ ਦੀਨ ਪੰਜਾਬ ਦੇ ਵਿੱਚ ਦਿਨ ਅਤਵਾਦੀ ਮੋਡੂਲ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਲਖਵੀਰ ਸਿੰਘ ਰੋਡੇ ਸਮੇਤ 8 ਲੋਕਾਂ ਤੇ ਤਰਨਤਾਰਨ ਦੇ ਵਿੱਚ ਐਫ ਆਈ ਆਰ ਕੱਟੀ ਗਈ ਹੈ। ਸੋ ਆਜ਼ਾਦੀ ਦਿਵਸ ਦੇ ਮੌਕੇ ਤੇ ਮਾਹੌਲ ਖਰਾਬ ਕਰਨੀ ਦੀ ਯੋਜਨਾ ਵਾਂ ਬਣਾਉਣ ਦਾ ਇਹ ਭਾਂਡਾ ਪੰਨਿਆ ਪੁਲਿਸ ਥਿਉਰੀ ਨੇ ਜੋ ਪੁਲਿਸ ਕਹਾਣੀ ਦੇ ਵਿੱਚ ਦੱਸਿਆ ਹੈ ਇਸ ਮੋਡਿਊਲ ਦੇ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਰੋਡੇ ਹਰਵਿੰਦਰ ਸਿੰਘ ਰੇਂਦਾ ਤੇ ਕੈਨੇਡਾ ਦੇ ਵਿੱਚ ਬੈਠੇ ਲਖਵੀਰ ਸਿੰਘ ਲੰਡਾ ਦਾ ਨਾਮ ਸਾਹਮਣੇ ਆਇਆ ਇਸ ਵੰਦੀ ਐਤਵਾਰ ਨੂੰ ਤਰਨਤਾਰਨ ਦੇ ਸਰਾਲੀ ਥਾਣੇ ਦੇ ਵਿੱਚ ਇਸ ਮੋਡਿਊਲ ਨਾਲ ਜੁੜੇ 8 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਸ ਗਰੁੱਪ ਦੇ ਤਿੰਨ ਮੈਂਬਰ ਸੁਖਮਨ ਪ੍ਰੀਤ ਸਿੰਘ ਪ੍ਰਦੀਪ ਸਿੰਘ ਤੇ ਅਕਸ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਗਰੋਹ ਦੀਆਂ ਗ੍ਰਿਫਤਾਰੀਆਂ ਇਹ ਗਰੋਹ ਨੇ ਵਪਾਰੀਆਂ ਡਾਕਟਰਾਂ ਤੇ ਅਮੀਰ ਪਰਿਵਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੈਸੇ ਵਸੂਲਣ ਦੇ ਦੋਸ਼ ਲਾਏ ਨੇ ਤੇ ਕੈਨੇਡਾ ਦੇ ਵਿੱਚ ਬੈਠੇ ਲੋਕ ਇਹ ਜਿਹੜੇ ਨੇ ਇਹਨਾਂ ਦੇ ਲਈ ਜ਼ਿੰਮੇਵਾਰ ਨੇ ਖਾਸ ਕਰਕੇ ਲਖਵੀਰ ਸਿੰਘ ਲੰਡਾ ਪਾਕਿਸਤਾਨ ਦੇ ਵਿੱਚ ਰਹਿ ਕੇ ਇਸ ਨੂੰ ਹੈਂਡਲ ਕਰ ਰਿਆ ਹਰਵਿੰਦਰ ਸਿੰਘ ਰਿੰਦਾ ਦਾ ਵੀ ਇਸ ਦੇ ਵਿੱਚ ਨਾਂ ਆਇਆ ਸੋ ਇਸ ਸਿਲਸੇ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਫੋੜੋ ਫੜੀਆਂ 8 ਲੋਕਾਂ ਦੇ ਖਿਲਾਫ ਜੋ ਪਰਚੇ ਦਰਜ ਕੀਤੇ ਗਏ ਨੇ ਸੋ ਇਸ ਸਬੰਧੀ ਲਖਵੀਰ ਸਿੰਘ ਲੰਡਾ ਕੈਨੇਡਾ ਹਰਵਿੰਦਰ ਸਿੰਘ ਰੇਂਦਾ ਲਖਵੀਰ ਸਿੰਘ ਰੋਡੇ ਗੁਰਦੇਵ ਸਿੰਘ ਜਸਸਲ ਸਤਨਾਮ ਸਿੰਘ ਸੱਤਾ ਯੂਰਪ ਦੇ ਵਿੱਚ ਹੈ ਫਿਲਹਾਲ ਯਾਦਵਿੰਦਰ ਸਿੰਘ ਯਾਦਾ ਚੰਬਾ ਕਲਾਂ ਗੁਰਚਰਨ ਸਿੰਘ ਗੁਰੀ ਸ਼ੇਰੋਂ ਗੁਰਵਿੰਦਰ ਸਿੰਘ ਗਿੰਦਾ ਚੰਬਾ ਕਲਾਂ ਅਰਸ਼ਪ੍ਰੀਤ ਸਿੰਘ ਨੂਰਦੀ ਜੋਵਨਪ੍ਰੀਤ ਸਿੰਘ ਮਾਲੀਆ ਤੇ ਸੁਖਮਨਪ੍ਰੀਤ ਸਿੰਘ ਸ਼ੇਰੋਂ ਤੇ ਪ੍ਰਦੀਪ ਸਿੰਘ ਸ਼ੇਰੋਂ ਦਾ ਨਾਮ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਇਹ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੇ ਮੁਤਲਕ ਅੰਮ੍ਰਿਤਸਰ ਦੇ ਵਿੱਚ ਕਾਫੀ ਜਾਨੀ ਸਾਰੇ ਪੰਜਾਬ ਦੇ ਵਿੱਚ ਹੀ ਇੱਕ ਤਰੀਕੇ ਨਾਲ ਅਲਰਟ ਜਿਹਾ ਚੱਲ ਰਿਹਾ ਹੈ ਜੀ ਸੁਰਿੰਦਰ ਪਰਮੰਦਰ ਦੇਖੋ ਚਾਹ 15 ਅਗਸਤ ਹੋਵੇ ਜਾਂ 26 ਜਨਵਰੀ ਹੋਵੇ ਉਹਦੇ ਤੇ ਚੌਕਸੀ ਵਧਾ ਦਿੰਦੇ ਨੇ ਦੂਸਰੀ ਗੱਲ ਇਹ ਫੜੋ ਫੜਾਈ ਤੇ ਚੱਲਦੀ ਰਹਿੰਦੀ ਆ ਕੁਦਰਤੀ ਇਹਨਾਂ ਦੇ ਇਹਨਾਂ ਦਿਨਾਂ ਤੇ ਜਿਆਦਾ ਹਾਈਲਾਈਟ ਹੋ ਜਾਂਦੀ ਆ ਪਹਿਲਾਂ ਕਿਹੜਾ ਨਹੀਂ ਕੋਈ ਫੜਿਆ ਗਿਆ ਇਹ ਕੋਈ ਪਹਿਲਾ ਦਿਨ ਥੋੜੀ ਹੈ ਇਹ ਫੜੋ ਫੜਾਈਆਂ ਤੁਰੀਆਂ ਰਹਿਣੀਆਂ ਨੇ ਇਹਨਾਂ ਦਿਨਾਂ ਤੇ ਹਾਈਲਾਈਟ ਹੋ ਗਈਆਂ 15 ਅਗਸਤ ਆ ਉਹਦੇ ਤੇ ਆਜ਼ਾਦੀ ਦਾ ਦਿਨ ਕੁਦਰਤੀ ਹੈ ਸ਼ਹਿਰਾਂ ਨੂੰ ਸਵਾਰਨਾ ਸਵਾਰਨਾ ਕਿਉਂਕਿ ਕਿਤੇ ਮੁੱਖ ਮੰਤਰੀ ਨੇ ਆਉਣਾ ਕਿਤੇ ਮੰਤਰੀਆਂ ਨੇ ਆਉਣਾ ਕਿਤੇ ਪ੍ਰਧਾਨ ਮੰਤਰੀ ਨੇ ਜਾਣਾ ਪਰ ਇਹ سلسلہ ਚੱਲਦਾ ਰਹਿੰਦਾ ਅੱਗੇ ਪਿੱਛੇ ਭਾਵੇਂ ਸਾਰੇ ਸ਼ਹਿਰ ਦੀਆਂ ਲਾਈਟਾਂ ਬੰਦ ਹੋਣ ਤੇ 15 ਅਗਸਤ ਤੋਂ 4 ਦਿਨ ਪਹਿਲਾਂ ਜਿਹੜਾ ਸਾਰਾ ਸ਼ਹਿਰ ਜਗਮਗਾ ਉੱਠਣਾ ਤੇ ਜਿੱਦਣ 15 ਅਗਸਤ ਲੰਘ ਗਿਆ ਉਹਦੇ ਬਾਅਦ ਫੇਰ ਉਹੀ ਕਾਲੀ ਬੋਲੀ ਰਾਤ ਹੋ ਜਾਣੀ ਸੋ ਪਰਮਿੰਦਰ ਇਹ ਸਿਲਸਲੇ ਚੱਲਦੇ ਰਹੇ ਨੇ ਕੌਣ ਕਿਸ ਦੇ ਨਾਲ ਸੰਬੰਧ ਦਾ ਕਿਸ ਦੇ ਨਾਲ ਨਹੀਂ ਸੰਬੰਧ ਦਾ ਗੱਲ ਤਾਂ ਹਾਈਲਾਈਟ ਹੋਣਦੀ ਹੈ ਜਦੋਂ ਹਾਈਲਾਈਟ ਹੋ ਗਿਆ ਕੁਦਰਤੀ ਲੋਕਾਂ 'ਚ ਇੱਕ ਮੈਸੇਜ ਜਾਊਗਾ ਕਿ ਪੁਲਿਸ ਨੇ ਬਹੁਤ ਚੰਗਾ ਕੰਮ ਕੀਤਾ ਹੁਣ ਗੱਲ 'ਚ ਈ ਹੈ ਕਿ ਕੀ ਹੈ ਕੱਲੇ 15 ਅਗਸਤ ਲਈ ਬੈਠੇ ਸੀ ਬਿਲਕੁਲ ਸਵਾਲ ਇਹ ਹੈ ਕਿ 15 ਅਗਸਤ 'ਤੇ ਇਹਨਾਂ ਕੁਝ ਕਰਨਾ ਸੀ ਅੱਗੇ ਪਿਛੇ ਇਹਨਾਂ ਕੁਝ ਨਹੀਂ ਸੀ ਕਰਨਾ ਹੁਣ ਜੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਉਹ ਕੀ 26 ਜਨਵਰੀ ਜਾਂ 15 ਅਗਸਤ ਦੇ ਦੌਰਾਨ ਹੋਇਆ ਸੀ ਪਰ ਇਸ ਦੌਰਾਨ ਦੂਸਰੇ ਪਾਸੇ ਜਿਹੜਾ ਪੱਖ ਇਹ ਵੀ ਹੈ ਨਾ ਸਰेंद्र ਸਿੰਘ ਜਿਵੇਂ ਗੁਰਪਤਵੰਨ ਸਿੰਘ ਪਰ ਨੂੰ ਹੋਰਾਂ ਵੱਲੋਂ ਲਗਾਤਾਰ ਵੀਡੀਓ ਵੀਡੀਓ ਪਾ ਰਹੀਆਂ ਨੇ ਉਹ ਵੀ ਇੱਕ ਕਾਰਨ ਬਣ ਜਾਂਦਾ ਸੋ ਇਸ ਦੌਰਾਨ ਜਿਹੜੀ ਵੀ ਕੋਈ ਘਟਨਾ ਘਟਦੀ ਹੈ ਉਹ ਨੂੰ ਦੇਸ਼ ਦੇ ਸੁਰੱਖਿਆ ਸਿਸਟਮ ਨਾਲ ਜੋੜ ਕੇ ਵੇਖਿਆ ਜਾਂਦਾ ਕਿਉਂਕਿ ਇਸ ਤਰ੍ਹਾਂ ਜਿਹੜੀਆਂ ਵੀਡੀਓ ਆਉਂਦੀਆਂ ਨੇ ਸਰਕਾਰ ਫਿਰ ਉਸ ਦਾ ਵੀ ਜਵਾਬ ਉਸ ਤਰੀਕੇ ਨਾਲ ਦਿੰਦੀ ਹੈ ਲੋਕਾਂ ਦੇ ਵਿੱਚ ਥੋੜਾ ਰਾਜਿਕਤਾ ਦਾ ਮਾਹੌਲ ਵੀ ਬਣਦਾ ਹੈ ਸਤਰਕਤਾ ਵੀ ਵਰਤੀ ਜਾਂਦੀ ਹੈ ਕਿਉਂਕਿ ਵੀਆਈਪੀ ਲੋਕ ਸਾਰੇ ਆਮ ਪਿੰਡੂ ਹਲਕਿਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਝੰਡਾ ਚਲਾਉਣ ਜਾਂ ਹੋਰ ਕਾਰਜਾਂ ਲਈ ਆਉਂਦੇ ਨੇ ਜੀ ਪਰਮੰਦਰ ਸਭ ਤੋਂ ਪਹਿਲੀ ਗੱਲ ਤੇ ਆ ਹੋਰ ਕਿਸੇ ਦੀ ਗੱਲ ਤੋਂ ਮੰਨ ਲਈਏ ਗੁਰਪਤਵੰਤ ਪੰਨੂ ਕੋਲੇ ਜ਼ਿੰਮੇਵਾਰੀ ਕੀ ਦੀ ਹੈ ਜਿਹੜਾ ਉਹਨੇ ਕੋਈ ਆਪ ਕੰਮ ਕੀਤਾ ਹੀ ਨਹੀਂ ਹੁੰਦਾ ਨਾ ਉਹਨੇ ਕਰਵਾਇਆ ਹੁੰਦਾ ਉਹਦੀ ਉਹਨੇ ਜ਼ਿੰਮੇਵਾਰੀ ਲਈ ਦੂਸਰੀ ਗੱਲ ਕਿਸੇ ਵੀ ਦੇਸ਼ 'ਚ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਖਾਲਸਤਾਨ ਲਿਖਣ ਨਾਲ ਜਾਂ ਪੰਜਾਬ 'ਚ ਕਿਸੇ ਮਿੰਨੀ ਸਕੱਤਰ ਦੇ ਬਾਅਦ ਕਿਸੇ ਡਿਪਟੀ ਕਮਿਸ਼ਨਰ ਦੀ ਰਹਿਸ਼ਤੇ ਕਿਸੇ ਐਸਐਸਪੀ ਦੀ ਰਹਿਸ਼ਤੇ ਜਾਂ ਹੋਰ ਕਿਤੇ ਖਾਲਸਤਾਨ ਲਿਖਣਾ ਖਾਲਸਤਾਨ ਬਣ ਗਿਆ ਹਾਂ ਇੰਨਾ ਜ਼ਰੂਰ ਆ ਗੁਰਪਤਵੰਤ ਪੰਨੂ ਦੇ ਉੱਤੇ ਡਾਲਰ ਇਕੱਠੇ ਹੋ ਜਾਂਦੇ ਤੇ ਇੱਥੇ ਦੀ ਜਿਹੜੀ ਸਰਕਾਰ ਆ ਉਹਦੀ EVM ਫੁੱਲ ਹੋ ਜਾਂਦੀ ਆ ਸਿਰਫ ਇੰਨਾ ਹੀ ਫਰਕ ਆ ਹੂੰ ਹੂੰ ਹੋਰ ਕੁਝ ਨਹੀਂ ਪੈਂਦਾ ਬਾਕੀ ਸلسلਾ ਨਹੀਂ ਹਾਂ ਅਲੱਗ ਅਲੱਗ ਚੈਨਲ ਜਿਹੜੇ ਆ ਉਹ ਉਹਦੇ ਤੇ ਸਟੋਰੀ ਘੇਟੇ ਘੰਟੇ ਦੀ ਕਰ ਦੇਣਗੇ ਉਹਨਾਂ ਦੇ ਵਿਊ ਚੰਗੇ ਆ ਜਾਣਗੇ ਉਹਨਾਂ ਕੋਲ ਵੀ ਕੋਈ ਚਾਰ ਦਾ ਮੜੇ ਆ ਜਾਣਗੇ ਇੰਨਾ ਕੰਮ ਹੋ ਜਾਂਦਾ ਹੋਰ ਇਹਦੇ ਚੋਂ ਨਿਕਲਣ ਵਾਲਾ ਇੱਕ ਅੱਖ ਨਹੀਂ ਹੈ ਹੂੰ ਪਰਵਿੰਦਰ ਗੱਲ ਤੇ ਆ ਕਿ ਜਿਹੜੀ ਪਾਣੀ ਚ ਮਧਾਣੀ ਪਾਈ ਹੋਈ ਆ ਉਹਦੇ ਚੋਂ ਉਹਦੇ ਚੋਂ ਨਿਕਲਿਆ ਕੀ ਆ ਨਾ ਕੁਝ ਨਿਕਲਿਆ ਨਾ ਨਿਕਲਣਾ ਗੁਰਪ੍ਰਤਮਦ ਬੰਨੂ ਆ ਉਹਨੇ ਲਾਲਾ ਲਾਲਾ ਲਾ ਰੱਖਣੀ ਉਹਦੀ ਲਾਲਾ ਲਾਲਾ ਚੋ ਅੱਜ ਤੱਕ ਦੱਸੋ ਨਿਕਲਿਆ ਕੀ ਹੈ ਦੇਖੋ ਇੱਕ ਪਾਸੇ ਜਿੱਥੇ ਇਹ ਇਹਨਾ ਚਲੋ ਬੰਨਿਆ ਕਿ ਨਾ ਤਸਕਰਾਂ ਨੂੰ ਵੀ ਪਤਾ ਆਮ ਲੋਕਾਂ ਨੂੰ ਵੀ ਪਤਾ ਕਿ ਨਾਕੇ ਹੈ ਚੈਕਿੰਗ ਹੈ ਜਦਾ ਜਗਾ ਜਗਾ ਸਕਿਉਰਿਟੀ ਟਾਈਟ ਹੈ ਆਮ ਥਾਣਿਆਂ 'ਚ ਕੰਮ ਰੁਕ ਜਾਂਦੇ ਨੇ ਤੇ ਸ਼ਾਦਤਾਂ ਰੁਕ ਜਾਂਦੀਆਂ ਨੇ ਜਿਹੜੀਆਂ ਗਵਾਹੀਆਂ ਨੇ ਉਹ ਰੁਕ ਜਾਂਦੀਆਂ ਨੇ ਕੇਸ ਦੀ ਇਨਵੈਸਟੀਗੇਸ਼ਨ ਨਾ ਰੁਕ ਜਾਂਦੀ ਹੈ ਆਈਓ ਸਕਿਉਰਿਟੀ ਤੇ ਲੱਗ ਜਾਂਦੇ ਨੇ ਇਸ ਸਬਕਾਸ਼ੀ ਦੇ ਦੌਰਾਨ ਜੇ ਮਤਲਬ ਜਿਨ੍ਹਾਂ ਦਾ ਕੰਮ ਕੱਲੀ ਤਸਕਰੀ ਹੈ ਇਸ ਰਾਮ ਜਿਹੜੀਆਂ ਅਤਵਾਦੀ ਗਤੀਵਿਧੀਆਂ ਨਹੀਂ ਉਹ ਤਾਂ ਟਿਕ ਜਾਣ ਪਰ ਜੇ ਉਹਨਾਂ ਨੂੰ ਇੰਨਾ ਡਰ ਪਾ ਹੋਵੇ ਤੁਸੀਂ ਵੇਖੋ ਕਿ ਕੱਲ 24 ਕਰੋੜ 50 ਲੱਖ ਦੀ ਹੈਰਨ ਬੀਐਸਐਫ ਨੇ ਮਰਸਾ ਤੇ ਫਰੋਜ਼ਪੁਰ ਦੇ ਵਿੱਚੋਂ ਫੜੀ ਹੈ ਇਸ ਬੰਦੀ ਤਰਨਤਾਰਨ ਦੇ ਸਰਾਦੀ ਪਿੰਡ ਦੇ ਵਿੱਚ ਬੋਰੀ ਦੇ ਵਿੱਚ ਛਿਪਾ ਕੇ ਇਸ ਨੂੰ ਰੱਖਿਆ ਗਿਆ ਸੀ ਤੇ ਡਰੋਨ ਵੀ ਜਬਤ ਕੀਤਾ ਗਿਆ ਤੇ ਤਿੰਨ ਲੋਕਾਂ ਨੂੰ ਤਿੰਨਾਂ ਨੂੰ ਇਸ ਮਾਮਲੇ 'ਚ ਜਿਹੜਾ ਜਾਂਚ ਤੇ ਘੇਰੇ ਦੇ ਵਿੱਚ ਲਿਆਂਦਾ ਗਿਆ ਇਸਵੰਦੀ ਬੀਐਸਐਫ ਨੇ ਭਾਰਤ-ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਦੇ ਬਸੇ ਤਰਨਤਾਰਨਜੇ ਨੇ ਦੇ ਪਿੰਡ ਲਖਨਾ ਦੇ ਵਿੱਚੋਂ ਡਰੋਨ ਹੋਣ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ ਇਸ ਤੋਂ ਬਾਅਦ ਬੀਐਸਐਫ ਤੇ ਪੰਜਾਬ ਪੁਲਿਸ ਨੇ ਉੱਥੇ ਜੁਆਇੰਟ ਆਪਰੇਸ਼ਨ ਚਲਾਇਆ ਤੇ ਇਸ ਲਖਨਾ ਪਿੰਡ ਦੇ ਬਾਹਰੀ ਇਲਾਕੇ ਦੇ ਵਿੱਚ ਇੱਟਾਂ ਨਾਲ ਭਰੀ ਬੋਰੀ ਦੀ ਮਦਦ ਨਾਲ ਬੰਦ ਕੀਤੇ ਗਏ ਇੱਕ ਖੂਹ ਦੇ ਵਿੱਚੋਂ ਟੁੱਟਿਆ ਹੋਇਆ ਡਰੋਨ ਬਰਾਮਦ ਕੀਤਾ ਡਰੋਨ ਨੂੰ ਖੂਹ ਦੇ ਵਿੱਚ ਛਿਪਾਇਆ ਹੋਇਆ ਸੀ ਤੇ ਪੁਲਿਸ ਨੇ ਉਸ ਨੂੰ ਜ਼ਬਤ ਕੀਤਾ ਤੇ ਇਸ ਤਰ੍ਹਾਂ ਨੰਮਰਸਰ ਦੇ ਪਿੰਡ ਧਨੋਆ ਕਲਾਂ ਦੇ ਵਿੱਚੋਂ ਵੀ ਖੇਪ ਮਿਲੀ ਹੈ ਤੇ ਇਸ ਕਰਕੇ ਇਹ ਜਿਹੜੀ ਵੱਖ-ਵੱਖ ਸਮਾਂ ਤੋਂ ਇਸ ਤਰ੍ਹਾਂ ਦਾ سلسلہ ਕਿ ਡਰੋਨ ਦੇ ਰਾਹੀਂ ਇਹ ਖੇਪ ਸੁੱਟੀ ਗਈ ਸੀ ਤੇ ਵੱਖ-ਵੱਖ ਸਮਾਂ ਤੋਂ ਇਹ ਜਿਹੜੀ ਜਿਸ ਤਰ੍ਹਾਂ ਫਿਰੋਜ਼ਪੁਰ ਦੇ ਵਿੱਚੋਂ ਬੀਐਸਐਫ ਨੇ ਮਾਛੀਵਾੜਾ ਏਰੀਆ ਫਿਰੋਜ਼ਪੁਰ ਦੇ ਮਾਛੀਕਾ ਏਰੀਆ ਦੇ ਵਿੱਚੋਂ 3 ਕਿਲੋ ਹੈਰਨ ਜਿਹੜੀ ਹੈ ਬਰਾਮਦ ਕੀਤੀ ਹੈ ਤੇ ਇੱਕ ਪਾਸੇ ਇਸ ਤਰ੍ਹਾਂ ਦਾ ਸਾਰਾ سلسلہ ਚੱਲ ਰਿਹਾ ਤੇ ਦੂਸਰੇ ਪਾਸੇ ਇਸ ਤਰ੍ਹਾਂ ਦੀ ਮਤਲਬ ਸਿਕਿਉਰਿਟੀ ਦੀ ਫੋੜਫੜਾਈ ਵੀ ਚੱਲ ਰਹੀ ਹੈ ਤੇ ਹਰਾਨੀ ਆ ਕਿ ਚਲੋ ਨਸ਼ੇ ਵਾਲੇ ਤਾਂ ਰੁਕ ਜਾਣ ਜੇ ਹਾਲਾਤ ਇਦਾਂ ਦੇ ਨੇ ਜੇ ਸਕਿਉਰਿਟੀ ਇੰਨੀ ਟਾਈਟ ਹੋਵੇ ਤੇ ਉਹ ਆਪਣੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਰੋਕਦੇ ਨਹੀਂ ਜਾਂ ਫਿਰ ਇਹ ਹੈ ਕਿ ਉਹਨਾਂ ਦਾ ਰੱਖਿਆ ਉਸਮਾਨ ਪੁਲਿਸ ਸਰਚ ਆਪਰੇਸ਼ਨ ਦੇ ਦੌਰਾਨ ਲੱਭ ਲੈਂਦੀ ਹੈ ਜੀ ਪਰਮਿੰਦਰ ਸਰਚ ਦੌਰਾਨ ਕੁਝ ਨਹੀਂ ਲੱਭਦਾ ਕੋਈ ਨਾ ਕੋਈ ਬੰਦਾ ਪਕੜਿਆ ਗਿਆ ਕਿਸੇ ਮੁਖਬਰੀ ਤੋਂ ਉਹਦੀ ਖਿੱਚ ਤੂ ਹੁੰਦੀ ਹੈ ਤੇ ਉਹ ਦੱਸ ਦਿੰਦਾ ਫੁਲਾਨੀ ਜਗ੍ਹਾ ਚੀਜ਼ ਪਈ ਆ ਪਰਮਿੰਦਰ ਉੱਥੋਂ ਜਾ ਕੇ ਪਕੜੀ ਜਾਂਦੀ ਹੈ ਦੂਜੀ ਗੱਲ ਜਦੋਂ 15 ਅਗਸਤ ਤੇ 26 ਜਨਵਰੀ ਆਉਂਦੀ ਆ ਬਹੁਤ ਕੁਝ ਉਹ ਹੁੰਦਾ ਜਿਹੜਾ ਪੁਲਿਸ ਨੇ ਪਹਿਲਾਂ ਹੀ ਆਥੀ ਕੀਤਾ ਹੁੰਦਾ ਤੇ ਉਹ ਮੌਕੇ ਤੇ ਸ਼ੋਅ ਕਰ ਦਿੱਤਾ ਜਾਂਦਾ ਇਹ ਦਿਖਾਉਣ ਦੇ ਲਈ ਕਿ ਦੇਖੋ ਜੀ ਸਟੇਟ ਜਿਹੜੀ ਆ ਉਹ ਬੜੀ ਸਤਾਰਕ ਆ ਜਦੋਂ ਕੋਈ ਪਰਮਿੰਦਰ ਉਹ ਮੌਕੇ ਦਾ ਨਹੀਂ ਹੁੰਦਾ ਉਹ ਕੋਈ ਸਮਾਂ ਪਹਿਲਾਂ ਦਾ ਆਥੀ ਕੀਤਾ ਹੁੰਦਾ ਇਹ ਆ ਚੀਜ਼ਾਂ ਆਪਾਂ ਦੇਖੀਆਂ ਐ ਅੱਜ ਕੋਈ ਨਵੀਆਂ ਥੋੜੀਆਂ ਇਸੇ ਤਰ੍ਹਾਂ ਸلسਲਾ ਚੱਲੀ ਜਾਣਾ ਰਹਿ ਗਈ ਗੱਲ ਦੇਖੋ ਜਦੋਂ ਸਖਤਾਈ ਹੁੰਦੀ ਆ ਥਾਂ ਥਾਂ ਨਾਕੇ ਲੱਗਦੇ ਆ ਪਰਮਿੰਦਰ ਉਸ ਵੇਲੇ ਜਿਹੜੇ ਨਸ਼ਾ ਤਸਕਰ ਹੁੰਦੇ ਆ ਜਾਂ ਕਿਸੇ ਕੋਈ ਵੀ ਵਾਰਦਾਤ ਕਰਨ ਵਾਲੇ ਵਿਅਕਤੀ ਆ ਜਿਨ੍ਹਾਂ ਨੂੰ ਸਮਾਜ ਵਿਰੋਧੀ ਕਹਿ ਦੇਣ ਉਹ ਵਿਅਕਤੀ ਵਾਕਿਆ ਰੁਕ ਜਾਂਦੇ ਆ ਉਹ ਕਾਰਵਾਈ ਕੋਈ ਨਹੀਂ ਕਰਦੇ ਉਹਨਾਂ ਹੁੰਦਾ ਥਾਂ ਥਾਂ ਨਾਕੇ ਲੱਗੇ ਆ ਸਾਨੂੰ ਚੈਕਿੰਗ ਹੋਊ ਅਸੀਂ ਫੜੇ ਜਾਵਾਂਗੇ ਪਰ ਪਰਮਿੰਦਰ ਕਿਸੇ ਨਾ ਕਿਸੇ ਕਲੂ ਤੋਂ ਕੋਈ ਬੰਦਾ ਫੜਿਆ ਗਿਆ ਉਤੋਂ ਕੋਈ ਮਾਲ ਪਕੜਿਆ ਗਿਆ ਉਹਨੂੰ ਅਗਲੇ ਨੇ ਸੋਚਿਆ ਕਿ ਹਫ਼ਤਾ 10 ਦਿਨ ਰੋਕ ਲੋ ਜਾਂ 20 ਦਿਨ ਰੋਕ ਲੋ 20 ਦਿਨਾਂ ਬਾਅਦ ਆਪਾਂ ਇਹਨੂੰ 15 ਅਗਸਤ ਦੇ ਜਾਂ 26 ਜਨਵਰੀ ਦੇ ਨੇੜੇ ਜਾ ਕੇ ਸ਼ੋਅ ਕਰਦੇ ਸੋ ਇਹ ਸلسਲੇ ਵੀ ਚੱਲਦੇ ਆ ਸੋ ਜ਼ਿਆਦਾਤਰ ਉਹ ਹੁੰਦਾ ਇਹ ਜ਼ਰੂਰੀ ਨਹੀਂ ਹੈ ਕਿ ਕੱਲੀ ਉਹਨਾਂ ਨੇ ਸਰਚ ਕੀਤੀ ਸਰਚ ਚ ਤਲਾਸ਼ੀ ਅਭਿਆਨ ਚੱਲਿਆ ਉਹਦੇ ਚ ਪਕੜ ਗਿਆ ਪਰਮਿੰਦਰ ਜੇ ਤਲਾਸ਼ੀ ਅਭਿਆਨ ਚ ਫੜਿਆ ਜਾਣਾ ਸੀ ਤਾਂ ਪਹਿਲਾਂ ਤਲਾਸ਼ੀ ਅਭਿਆਨ ਮੰਡ ਦੇ ਏਰੀਆ ਦਾ ਕਿੰਨਾ ਚਲਾਇਆ ਜਿੱਥੇ ਇਹਨਾਂ ਨਸ਼ਾ ਵੇਚਦਾ ਉੱਥੇ ਕਿੰਨਾ ਚਲਾਇਆ ਤੇ ਜਿਹੜੀ ਟਹਿਆਂ ਦੀਆਂ ਬਸਤੀਆਂ ਨੇ ਪਰਮਿੰਦਰ ਉੱਥੇ ਕਿੰਨਾ ਚਲਾਇਆ ਕਿਤੇ 5 ਬੋਤਲਾਂ ਮਿਲੀਆਂ ਕਿਤੇ 7 ਤੇ ਕਿਤੇ 10 ਲੱਭਿਆ ਕੁਝ ਉਦੋਂ ਕਿਹੜਾ ਕੋਈ ਉਦੋਂ ਨਾ ਕੋਈ 15 ਗੈਸ ਸੀ ਨਾ 26 ਜਨਵਰੀ ਸੀ ਚਲਾਈਆਂ ਕਿ ਕਿੰਨੀ ਵਾਰ ਚਲਾਈਆਂ ਇੰਨਾ ਕੋ ਪਕੜਿਆ ਗਿਆ ਮਾਲ ਸੋ ਪਰਮਿੰਦਰ ਕੋਲ ਮਲਾ ਕੇ ਇਹ ਆ ਹੂੰ ਹੂੰ ਕਿ ਜੇ ਸਾਰਾ ਕੁਝ ਖਤਮ ਕਰਨਾ ਤਾਂ ਪੁਲਿਸ ਤੇ ਸਰਕਾਰ ਸਹਿਯੋਗ ਦੇਵੇ ਤੇ ਲੋਕਾਂ ਦਾ ਸਹਿਯੋਗ ਲਵੇ ਤੇ ਖਤਮ ਹੋ ਸਕਦਾ ਫਿਰ ਇਹ 15 ਗੱਲ ਤੇ 26 ਜਨਵਰੀ ਉਡੀਕਣ ਦੀ ਲੋੜ ਨਹੀਂ ਹੈ ਕਿ ਆ ਫੜਿਆ ਗਿਆ ਤੇ ਉਹ ਫੜਿਆ ਗਿਆ ਫਿਰ ਤੇ ਅਖਬਾਰਾਂ ਜਿਹੜੇ ਉਹਦੇ ਪੇਜ ਖਾਲੀ ਆਉਣਗੇ ਕਿ ਕਿਸੇ ਪਿੰਡ 'ਚ ਕੋਈ ਲੜਾਈ ਝਗੜਾ ਨਹੀਂ ਹੋਇਆ ਜੇ ਹੋਇਆ ਸੀ ਤੇ ਪੰਚਾਇਤ ਨਹੀਂ ਹੁੰਦਾ ਸਮਝੌਤਾ ਕਰਾਤਾ ਜਿਹੜਾ ਕਿ ਖਬਰ ਲੱਗਣ ਨਹੀਂ ਥਾਮ ਨਹੀਂ ਬਣੇਗਾ ਤੇ ਪੱਤਰਕਾਰ ਵੀ ਖਬਰ ਲੰਮ ਦੇ ਫਿਰਨਗੇ ਕਿ ਖਬਰ ਕਿਹੜੀ ਲਾਈ ਹੈ ਜੇ ਬਣੀ ਕੋਈ ਨਹੀਂ ਜਿੱਦਾਂ ਨਿਊਜ਼ ਟੈਕਸ ਇਹਨੂੰ ਹੁੰਦਾ ਕੀ ਖਬਰ ਲੱਭਦੇ ਹੁੰਦੇ ਕਈ ਵਾਰੀ ਕਿ ਜਲਦੀ ਦੱਸੋ ਯਾਰ ਅੱਜ ਹੈੱਡਲਾਈਨ ਕੀ ਬਣਾਈਏ ਜਲਦੀ ਕਰੋ ਹੁਣ ਤੇ 9:00 ਵਜ ਗਏ ਹੁਣ 10:00 ਵਜ ਗਏ ਉਥੇ ਕੀ ਸਿਸਟਮ ਸੈੱਟ ਕਰੀਏ ਕਿ ਕਿਹੜੀ ਵੱਡੀ ਖਬਰ ਆ ਰਹੀ ਹੈ ਸੋ ਪ੍ਰਵਿੰਦਰ ਜੇ ਇਤਾਂ ਦਾ ਸਿਲਸਿਲਾ ਬਣ ਜਵੇ ਤੇ ਫਿਰ ਅਖਬਾਰਾਂ ਤੇ ਕਟੋ-ਕਟ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਆਪਣਾ ਜਿਹੜਾ ਸੋਸ਼ਲ ਮੀਡੀਆ ਇਹ ਸਾਰੇ ਦਾ ਬਹੁਤ ਵੱਡੀ ਇਹਨੂੰ ਲਗਾਮ ਲੱਗ ਜੂ ਇਹਨਾਂ ਨੂੰ ਵੀ ਖਬਰਾਂ ਲੱਭਣੀਆਂ ਜਿਹੜੀਆਂ ਉਹ ਆਪ ਹੀ ਹੋ ਜਾਣਗੀਆਂ ਤੇ ਉਧਰ सुरेंद्र ਜੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਫਿਰ ਸ਼ਨੀਵਾਰ ਦੇਰ ਰਾਤ ਉਥੋਂ ਦੇ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਤੋੜ-ਫੋੜ ਦੀ ਖਬਰ ਹੈ ਤੇ ਉਸਦੇ ਮੁੱਖ ਦਰਵਾਜ਼ੇ ਤੇ ਪੋਸਟਰ ਚਪਕਾਏ ਗਏ ਨੇ ਜਿਨ੍ਹਾਂ ਦਾ ਦੋਸ਼ ਖਾਲਸਤਾਨੀਆਂ ਤੇ ਲੱਗਿਆ ਉਹ ਨਕਾਬਪੋਸ਼ਣ ਉਹਨਾਂ ਨੇ ਮੂਹੱਤਿਆ ਕਿਸਨ ਕੈਮਰੇ ਦੇ ਵਿੱਚ ਉਹਨਾਂ ਦੀ ਫੁਟੇਜ ਰਿਕਾਰਡ ਹੋਈ ਹੈ ਸੋ ਇਸ ਬੰਦੀ ਇਸ ਮੰਦਰ ਦੇ ਵਿੱਚ ਅਪ੍ਰੈਲ 215 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ મોદી ਨੇ ਪ੍ਰਾਰਥਨਾ ਕੀਤੀ ਸੀ ਇਹ ਪੋਸਟਰ ਤੇ ਜਿਹੜੇ ਲੱਗੇ ਹੋਏ ਨੇ ਉਹਨਾਂ ਪੋਸਟਰਾਂ ਤੇ ਮਰਹੂਮ ਖਾਲਸਤਾਨੀ ਨੇਤਾ ਹਰਦੀਪ ਸਿੰਘ ਨਿਜਰ ਦੀ ਤਸਵੀਰ ਲੱਗੀ ਹੈ ਪੋਸਟਰ ਦੇ ذریعے ਦੱਸਿਆ ਗਿਆ ਕਿ ਨਿਜਰ ਦੀ ਕੈਨੇਡਾ ਦੇ ਵਿੱਚ ਉਹ ਹੀ ਹੱਤਿਆ ਦੇ ਲਈ ਭਾਰਤ ਸਰਕਾਰ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਬੰਦੀ ਨਿਜਰ ਤੇ ਸਰਕਾਰ ਨੇ 10 ਲੱਖ ਨਾਮ ਵੀ ਰੱਖਿਆ ਹੋਆ ਦਰਅਸਲ ਹਰਦੀਪ ਸਿੰਘ ਨਜਰ ਜਿਹੜਾ ਖਾਲਸਾ ਨੇ ਸੰਗਠਨ ਖਾਲਸਤਾਨ ਟਾਈਗਰ ਫੋਰਸ ਦਾ ਪ੍ਰਮੁੱਖ ਦੱਸਿਆ ਗਿਆ ਤੇ ਕੈਨੇਡਾ ਦੇ ਇੱਕ ਗੁਰਦੁਆਰੇ ਦੇ ਵਿੱਚ 18 ਜੂਨ ਨੂੰ ਦੋ ਅਣਜਾਣ ਲੋਗਾਂ ਨੇ ਉਸਦੀ ਹੱਤਿਆ ਕੀਤੀ ਸੀ ਤੇ ਖਾਲਸਤਾਨੀਆਂ ਨੇ ਦਾਅਵਾ ਕੀਤਾ ਕਿ ਹਰਦੀਪ ਸਿੰਘ ਨਜਰ ਦੀ ਹੱਤਿਆ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ ਸਿਮਰਜੀਤ ਮਾਨ ਹੋਰਾਂ ਨੇ ਵੀ ਬਤੌਰ ਮੈਂਬਰ ਪਾਰਲੀਮੈਂਟ ਇਹ ਮੁੱਦਾ ਪਾਰਲੀਮੈਂਟ ਸੈਸ਼ਨ 'ਚ ਇਸ ਸੈਸ਼ਨ 'ਚ ਉਠਾਇਆ ਸੀ ਸੋ ਇਸ ਹਾਲ ਦੇ ਵਿੱਚ ਇਹ ਕੈਨੇਡਾ ਦੇ ਵਿੱਚ ਖਾਲਸਤਾਨੀਆਂ ਦੀ ਤਰਫੋਂ ਮੰਦਿਰ ਦੇ ਵਿੱਚ ਇਹ ਤੋੜ-ਫੋੜ ਦੀ ਤੀਸਰੀ ਘਟਨਾ ਹੈ ਹਾਲਾਂਕਿ ਤੋੜ-ਫੋੜ ਦੇ ਵਿੱਚ ਕੋਈ ਬਹੁਤਾ ਇਸ ਤਰ੍ਹਾਂ ਦਾ ਨਹੀਂ ਹੈ ਕਿਉਂਕਿ 2015 ਦੇ ਵਿੱਚ ਕੈਨੇਡਾ ਸਥਿਤ ਲక్ష్ਮੀਨਾਰਣ ਮੰਦਿਰ ਦੇ ਵਿੱਚ ਪ੍ਰਧਾਨ ਮੰਤਰੀ મોદી ਸਾਹਿਬ ਪਹੁੰਚੇ ਸਨ ਉਸ ਵੰਦੀ ਇਹ ਵੀ ਸ਼ਾਇਦ ਉਸ ਦਾ ਟਾਰਗੇਟ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਮੰਦਿਰ ਦੇ ਫਿਰ ਪ੍ਰਬੰਧ ਕਿਤੇ ਨਾ ਕਿਤੇ ਜ਼ਰੂਰ ਭਾਜਪਾ ਦੇ ਬਹੁਤ ਨੇੜਲੇ ਨੇ ਜਾਇ ਮੰਦਿਰ ਸੁਰੱਖਿਆ ਵਿੱਚ ਸੀ ਸੋ ਇਹੋ ਜਿ ਮੌਕੇ ਤੇ ਜੋ 15 ਅਗਸਤ ਦੇ ਦਿਨ ਚੱਲ ਰਹੇ ਨੇ ਤੇ ਉਹਦਾ ਜਿਹੜਾ ਉਥੇ ਕੁਝ ਸ਼ੱਕੀ ਵਿਅਕਤੀ ਹੁੰਦੇ ਨੇ ਜਿਨ੍ਹਾਂ ਦਾ ਮੂੰਹ ਸਿਰ ਲਪੇਟਿਆ ਹੋਇਆ ਪਰ ਉਹਨਾਂ ਦੇ ਜਿਹੜੇ ਪੋਸਟਰ ਜਸਟਿਸ ਦੇ ਵਿੱਚ ਉਹਨਾਂ ਨੇ ਹਰਦੀਪ ਸਿੰਘ ਨੇਜਰ ਦੀ ਤਸਵੀਰ ਲਾਈ ਹੈ ਔਸ ਮੰਦਰ ਦੇ ਗੇਟ ਤੇ ਉਹਨਾਂ ਨੇ ਅਸੈਸੀਨੇਸ਼ਨ ਦੱਸਿਆ ਇਸੋ ਇਸ ਮਾਮਲੇ ਤੇ ਜਿਹੜੇ ਵਾਂਟਡ ਲੋਕ ਨੇ ਭਾਰਤੀ ਹਾਈ ਕਮਿਸ਼ਨਰ ਇੱਕ ਮਹਿਲਾ ਹੈ ਜਾਂ ਹੋਰ ਹੈ ਉਹਨਾਂ ਦੀ ਵੀ ਦੋ ਦੀਆਂ ਤਸਵੀਰਾਂ ਲਾਈਆਂ ਨੇ ਇਸ ਤਰ੍ਹਾਂ ਦੇ ਪੋਸਟਰ ਪਹਿਲਾਂ ਵੀ ਚਿਪਕਦੇ ਰਹੇ ਨੇ 6 for justice ਦੇ ਨਾਂ ਤੇ ਅਮਰੀਕਾ ਦੇ ਵਸ਼ਿੰਗਟਨ ਤੋਂ ਜਾਰੀ ਇਸ ਪੋਸਟਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰਦੀਪ ਸਿੰਘ ਨਿਜਰ ਦੇ ਹਤਿਆਰਿਆਂ ਨੇ ਕੈਨੇਡਾ ਦੇ ਆਟਵਾ ਵੈਂਕੂਵਰ ਤੇ ਟੋਰਾਂਟੋ ਦੇ ਘਰਾਂ ਦੇ ਪਤੇ ਤੇ ਇਹ ਜਿਹੜਾ ਉਹਨਾਂ ਨੂੰ ਪਤਾ ਦੱਸਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ ਜਿਹੜੇ ਨਿਜਰ ਦੇ ਕਾਤਲ ਨੇ ਸੋ ਇਸ ਕਰਕੇ ਇਸ ਨਿਜਰ ਦੀ ਹਤਿਆ ਦਾ ਕ੍ਰਿਮੀਨਲ ਪ੍ਰੋਸੀਜਰ ਦੇ ਤਹਿਤ ਅਪਰਾਧਿਕ ਮਾਮਲਾ ਚਲਾਇਆ ਜਾਣਾ ਚਾਹੀਦਾ ਇਸ ਪੋਸਟਰ ਦੇ ਵਿੱਚ ਮੰਗ ਕੀਤੀ ਗਿਆ ਸੋ ਪੋਸਟਰ ਦੇ ਵਿੱਚ ਕੈਨੇਡਾ ਦੇ ਭਾਰਤ ਦੇ ਜਿਹੜੇ ਕਈ ਉੱਥੇ ਹਾਈ ਕਮਿਸ਼ਨਰ ਨੇ ਜਿਸ ਤਰ੍ਹਾਂ ਹਾਈ ਕਮਿਸ਼ਨਰ ਸੰਜੇ ਵਰਮਾ ਆ ਕਾਉਂਸਲ ਹੈ ਅਪੂਰਵਾ ਸ਼੍ਰੀਵਾਸਤ ਹੈ ਤੇ ਮਨੀਸ਼ ਹੈ ਉਸ ਦੀਆਂ ਫੋਟੋਆਂ ਵੀ ਇਸ ਪੋਸਟਰ ਚ ਲਾਈਆਂ ਨੇ ਕਿ ਨਜਰ ਦੀ ਹੱਤਿਆ ਸਬੰਧੀ ਇਹ ਲੋਕ ਵੀ ਜ਼ਿੰਮੇਵਾਰ ਨੇ ਸੋ ਇਸ ਸਬੰਧੀ ਹਾਲਾਂਕਿ ਜਿਸ ਤਰ੍ਹਾਂ ਬਰਟਨ ਨੇ ਪਿਛਲੇ ਦਿਨੀ ਐਲਾਨ ਕੀਤਾ ਕਿ ਖਾਲਸਤਾਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਉਹ 1 ਕਰੋੜ ਰੁਪਇਆ ਸਰਕਾਰ ਦੀ ਤਰਫੋਂ ਨਵਾਂ ਫੰਡ ਜਾਰੀ ਕਰਨਗੇ ਇਹ ਜਿਹੜੇ ਬ੍ਰਿਟਿਸ਼ ਜਿਹੜੇ ਨੇ ਅਧਿਕਾਰੀ ਇੰਡੀਆ ਆਏ ਹੋਏ ਨੇ ਉਹਨਾਂ ਨੇ ਬਿਆਨ ਦਿੱਤਾ ਸੀ ਸੋ ਇਸ ਮੌਕੇ ਤੇ ਇਸ ਤਰ੍ਹਾਂ ਮੰਦਰ ਦੇ ਉੱਤੇ ਮਤਲਬ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਮੁੜ ਕੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਪੋਸਟਰ ਲੱਗਣਾ ਜਿਹੜੇ ਇੱਕ ਸਿੱਖ ਜਥੇਬੰਦੀ ਨਾਲ ਸਬੰਧਤ ਨੇ ਤੇ ਇਹਦਾ ਐਕਸ਼ਨ ਕੀ ਜਾਂਦਾ ਕਿਉਂਕਿ ਇਸ ਨੂੰ ਰਿਜੈਕਟ ਵੀ ਨਹੀਂ ਕੀਤਾ ਜਾਂਦਾ ਇਹਨਾਂ ਸੰਸਥਾਵਾਂ ਵੱਲੋਂ ਜਿਨ੍ਹਾਂ ਦੇ ਨਾਂ ਤੇ ਪੋਸਟਰ ਲੱਗਦੇ ਨੇ ਤੇ ਚੁੱਪ ਨੂੰ ਅੱਧੀ ਹਾਂ ਸਮਝ ਲੈ ਜਾਂਦਾ ਇਹ ਯੂਨੀਵਰਸਲ ਟਰੁਥ ਵੀ ਹੈ ਕੀ ਵੇਖਦੇ ਹੋ ਇਸ ਵਰਤਾਰੇ ਨੂੰ ਜੀ ਭਰਮੰਦਰ ਦੇਖੋ ਪਹਿਲਾਂ ਆਸਟ੍ਰੇਲੀਆ 'ਚ ਕੜੀ ਘੋਲੀ ਫਿਰ ਜੋ ਕੁਝ ਇੰਗਲੈਂਡ 'ਚ ਕੀਤਾ ਕਿ ਹੁਣ ਕੈਨੇਡਾ ਵੱਲ ਨੂੰ ਹੋਏ ਆ। ਇੱਕ ਦਿਨ ਇਹ ਵੀ ਪਛਤਾਉਣਗੇ ਤੇ ਬਾਕੀ ਬਹੁਤਿਆਂ ਦੇ ਰਸਤੇ ਇਹ ਬੰਦ ਕਰਨਗੇ। ਪਰਮਿੰਦਰ ਕੋਈ ਸਮਾਂ ਸੀ। ਪੀਆਰ ਬੜੀ ਆਸਾਨ ਆਸਟ੍ਰੇਲੀਆ 'ਚ ਮਿਲਦੀ ਸੀ ਤੇ ਬੜੀ ਵਧੀਆ ਲੋਕਾਂ ਨੂੰ ਥਾਂ ਸੀ ਉੱਥੇ। ਅੱਜ ਹਾਲਾਤ ਇਹ 8 ਸਾਲ ਤੱਕ ਦੀ ਵੇਟ ਕਰਨੀ ਪੈ ਰਹੀ ਹੈ। ਉਹ ਵੀ ਪਤਾ ਨਹੀਂ ਦਾ ਲੱਗੇ ਕਿ ਨਾ ਲੱਗੇ। ਸਿਰਫ ਇਹਨਾਂ ਦੀਆਂ ਗਲਤੀਆਂ ਕਰਕੇ ਕਿ ਉੱਥੇ ਟੈਕਸੀਆਂ ਵਾਲਿਆਂ ਨੇ ਹੰਗਾਮਾ ਕਰ ਦਿੱਤਾ ਟੈਕਸੀਆਂ ਚਲਾਉਣ ਵਾਲਿਆਂ ਨੇ ਨਾ ਕਰਦੇ ਬੜਾ ਵਧੀਆ ਸਿਸਟਮ ਚੱਲ ਰਿਹਾ ਸੀ ਤੁਸੀਂ ਜਿਸ ਕੰਟਰੀ 'ਚ ਗਏ ਹੋ ਤੁਸੀਂ ਉੱਥੋਂ ਦੇ ਕਾਨੂੰਨ ਨੂੰ ਫਾਲੋ ਕੀਤਾ ਉੱਥੋਂ ਦੇ ਸੰਵਿਧਾਨ ਨੂੰ ਮੰਨਿਆ ਤੇ ਤਾਂ ਹੀ ਤੁਹਾਨੂੰ ਉੱਥੇ ਪੀਆਰ ਮਿਲੀ ਹੈ ਨਾ ਆਦਰਵਾਇਜ਼ ਕੋਈ ਰਹਿਣ ਦਿੰਦਾ ਜੇ ਤੁਸੀਂ ਉਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਤੁਹਾਨੂੰ ਕੌਣ ਰਹਿਣ ਦਊਗਾ ਫਿਰ ਤੁਸੀਂ ਉੱਥੇ ਉੱਠ ਕੇ ਹੰਗਾਮਾ ਹੀ ਕਰਦੇ ਹੋ ਉਹੀ ਕੁਝ ਪਰਮਿੰਦਰ ਇੱਥੇ ਆ ਹੁਣ ਬ੍ਰਿਟਿਸ਼ ਸਰਕਾਰ ਜਿਹੜੀ ਆ ਉਹ ਕੁਝ ਸਖਤ ਹੋ ਜੂਗੀ ਨੁਕਸਾਨ ਜਿਹੜੇ ਪੱਕੇ ਬੈਠੇ ਉਹਨਾਂ ਦਾ ਕੋਈ ਨਹੀਂ ਪਰ ਨਵੇਂਆਂ ਦਾ ਨਵੇਂਆਂ ਦੇ ਰਾਹ ਬੰਦ ਹੋ ਜਾਣਗੇ ਇਹੀ ਕੁਝ ਪਰਮਿੰਦਰ ਹੁਣ ਕੈਨੇਡਾ 'ਚ ਹੋ ਰਿਹਾ ਫਿਰ ਕੈਨੇਡਾ ਵਾਲੇ ਵੀ ਕਿੰਨੀ ਕੁ ਦੇਰ ਦੇਖਣਗੇ ਇੱਕ ਦਿਨ ਇਹ ਆ ਵੀ ਆਊਗਾ ਠੀਕ ਆ ਉੱਥੇ ਡੈਮੋਕ੍ਰੇਸੀ ਆ ਉਹ ਕਹਿੰਦੇ ਗੱਲ ਕਰਨ ਦੀ ਆਜ਼ਾਦੀ ਆ ਪਰ ਨਾਰੇ ਲਿਖਣ ਦੀ ਆਜ਼ਾਦੀ ਤਾਂ ਨਹੀਂਗੀ ਇਹ ਕਿਹਨੇ ਦੇਤੀ ਆ ਕਿ ਤੁਸੀਂ ਉੱਥੇ ਜਾ ਕੇ ਕਿਸੇ ਦੇ ਧਾਰਮਿਕ ਸਥਾਨ ਦੇ ਬਾਹਰ ਇਹ ਕੁਝ ਕਰਿਆ ਉਹ ਉੱਥੇ ਪੋਸਟਰ ਲਾਓ ਸੋ ਪਰਮਿੰਦਰ ਜਿਹੜਾ ਕੁਝ ਕੀਤਾ ਜਾ ਰਿਹਾ ਜਾਣ ਬੁੱਝ ਕੇ ਬੇਕੂਫੀ ਨਾਲ ਕੀਤਾ ਜਾ ਰਿਹਾ ਤੇ ਬੇਕੂਫੀ ਨਾਲ ਕੀਤਾ ਹੋਏ ਦਾ ਖਮਿਆਜਾ ਜਿਹੜਾ ਉਹ ਅਗਲੇ ਵਿਅਕਤੀ ਭੁਗਤਣਗੇ ਪਿਛਲਿਆਂ ਚਲੇ ਜਾਣਾ ਪਿਛਲਿਆਂ ਚ ਬਹੁਤੇ ਚਲੇ ਵੀ ਗਏ ਆ ਤੇ ਪਿਛਲੇ ਤਾਂ ਫਿਰ ਇਹ ਕਹਿੰਦੇ ਹੁੰਦੇ ਆ ਕਿ ਮੈਨੂੰ ਆਖਰੀ ਸਮਾਂ ਮੈਨੂੰ ਆਪਣੀ ਧਰਤੀ ਤੇ ਜਾ ਕੇ ਜਿਹੜਾ ਉਹ ਕੱਟਣ ਦੀ ਇਜਾਜ਼ਤ ਦਿੱਤੀ ਜਾਵੇ ਉਹ ਫਿਰ ਜਗਜੀਤ ਸਿੰਘ ਝੋਣ ਵਰਗ ਇੱਥੇ ਵੀ ਆਏ ਸੀ ਉਥੇ ਕਰੰਸੀ ਵੀ ਚਲਾਈ ਸੀ ਕਾਲਾਸਤਾਨ ਦਾ ਰਾਸ਼ਟਰਪਤੀ ਵੀ ਬਣਿਆ ਸੀ ਬੜਾ ਕੁਝ ਕੀਤਾ ਸੀ ਪਰ ਆਗਰੀ ਸਮਾ ਜਿਹੜਾ ਸੀ ਉਹ ਫਿਰ ਕਹਿੰਦਾ ਸੀ ਮੈਨੂੰ ਹੁਣ ਇੰਡੀਆ ਚ ਕੱਟਣ ਦਿਓ ਸੋ ਪਰਮੰਦਰ ਇਸ ਕਰਕੇ ਕਿਤੇ ਨਾ ਕਿਤੇ ਸਮਝਣਾ ਬਣਦਾ ਇਹਨਾਂ ਗੱਲਾਂ ਤੋਂ ਖਾਸ ਕਰਕੇ ਉੱਥੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਿਹੜਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਉਹਨਾਂ ਨੂੰ ਮਤਾ ਪਾ ਕੇ ਇਹ ਹੋ ਜਾਏ ਜਿਹੜੇ ਕੰਮ ਹੋ ਰਿਹਾ ਇਹਦੀ ਨਿੰਦਿਆ ਜਿਹੜੀ ਉਹ ਕਰਨੀ ਬਣਦੀ ਆ ਨਹੀਂ ਆ ਤੇ ਪੂਰੀ ਕੌਮ ਦੇ ਉੱਪਰ ਸਵਾਲ ਖੜੇ ਹੋਣਗੇ ਆਉਣ ਵਾਲੇ ਸਮੇਂ 'ਚ ਤੇ ਫਿਰ ਆਪਣੇ ਆਪ ਦੇ ਪੈਰ ਲਾਉਣੇ ਪਰਮੇਂਦਰ ਉਥੇ ਔਕੇ ਹੋ ਜਾਣਗੇ ਖੜਨਾ ਔਕਾ ਹੋ ਜੂਗਾ ਜਵਾਬ ਦੇਣਾ ਔਕਾ ਹੋ ਜੂਗਾ ਹੂੰ ਵੈਸੇ ਜ਼ਰੂਰੀ ਨਹੀਂ ਇਸ ਤਰ੍ਹਾਂ ਦੀ ਜਿਹੜੀ ਹਰਕਤ ਹੁੰਦੀ ਹੈ ਕਿ ਉਹ ਖਾਲਸਤਾਨੀਆਂ ਨੇ ਹੀ ਕੀਤੀ ਹੋਵੇ ਪਰ ਉਹਨਾਂ ਵੱਲੋਂ ਜਦੋਂ ਇਸ ਨੂੰ ਡਨਾਇ ਨਹੀਂ ਕੀਤਾ ਜਾਂਦਾ ਚੁੱਪ ਵੱਟ ਲਈ ਜਾਂਦੀ ਹੈ ਤੇ ਸਵਾਲ ਖੜੇ ਹੋ ਜਾਂਦੇ ਨੇ ਹਾਲਾਂਕਿ ਮਤਲਬ ਸਿੱਖ ਧਰਮ ਤਾਂ ਇਸ ਗੱਲ ਦੀ ਹਰਗਿਜ਼ ਆਗਿਆ ਨਹੀਂ ਦਿੰਦਾ ਕਿ ਕਿਸੇ ਦੇ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਕੁਛ ਕੀਤਾ ਜਾਵੇ ਤੇ ਹਾਲਾਂਕਿ ਉਹਦੇ ਵਿੱਚ ਤੋੜ-ਫੋੜ ਕੋਈ ਬਹੁਤੀ ਨਹੀਂ ਆ ਸਿਰਫ ਕੋਈ ਗੇਟ-ਗੂਟ ਤੇ ਥੋੜਾ-ਬਹੁਤਾ ਕੁਛ ਕੀਤਾ ਉਸ ਨੂੰ ਮੰਦਰ ਤੇ ਹਮਲਾ ਕਹਿ ਦਿੱਤਾ ਜਾਂਦਾ ਇਸੇ ਤਰ੍ਹਾਂ ਗੁਰਦੁਆਰੇ ਤੇ ਹਮਲਾ ਕਹਿ ਦਿੱਤਾ ਜਾਂਦਾ ਜਦੋਂ ਸੀ ਹਮਲਾ ਲਿਖਦੇ ਆ ਤੇ ਉਹਦੇ ਮਾਨੇ ਹੋਰ ਹੋ ਜਾਂਦੇ ਨੇ ਤੇ ਇਸ ਦੌਰਾਨ ਇੱਕ ਜਿਹੜੀ ਰਿਪੋਰਟ ਹੈ ਸੁਰਿੰਦਰ ਜੀ ਵਾਸ਼ਿੰਗਟਨ ਤੋਂ ਇੱਕ ਰਿਪੋਰਟ ਹੈ ਜਿਸ ਦੇ ਵਿੱਚ ਰੋਹਿਤ ਸ਼ਰਮਾ ਦੀ ਰਿਪੋਰਟ ਹੈ ਇੱਕ ਅਖਬਾਰ ਦੇ ਵਿੱਚ ਕਿ ਅਮਰੀਕਾ ਦੇ ਵਿੱਚ ਹਿੰਦੂਆਂ ਦੇ ਖਿਲਾਫ ਨਫ਼ਰਤ ਬਹੁਤ ਵਧ ਰਹੀ ਹੈ 2020 ਦੇ ਵਿੱਚ ਸੌਰੀ 2022 ਦੇ ਵਿੱਚ ਸੋਸ਼ਲ ਮੀਡੀਆ ਤੇ ਹਿੰਦੂ ਧਰਮ ਹਿੰਦੂ ਮਾਨਤਾਵਾਂ ਹਿੰਦੂ ਰੀਤ ਰਿਵਾਜ ਤੇ ਉਹਨਾਂ ਦੇ ਚਿੰਨਾ ਦੇ ਖਿਲਾਫ 40% ਦੀ ਟਵੀਟ ਨੇ ਜਿਹੜੇ ਉਹ ਵਧੇ ਨੇ ਯਾਨੀ ਉਹਨਾਂ ਦੇ ਖਿਲਾਫ ਹਿੰਦੂਆਂ ਦੇ ਖਿਲਾਫ ਜਿਹੜੇ ਟਵੀਟ ਨੇ ਆਖੇ ਉਹਨਾਂ 'ਚ 40% ਦੀ ਵਾਧਾ ਹੋਇਆ ਹੁਣ ਤੁਸੀਂ ਵੇਖੋ ਕਿ ਮੁਸਲਮਾਨਾਂ ਦੇ ਖਿਲਾਫ ਟਵੀਟਾਂ 'ਚ ਵੀ ਵਾਧਾ ਹੋਇਆ ਸਿੱਖਾਂ ਦੇ ਖਿਲਾਫ ਵੀ ਟਵੀਟਾਂ 'ਚ ਵਾਧਾ ਹੋ ਰਿਹਾ ਹੈ ਪਰ ਡਾਟਾ ਸਿਰਫ ਹਿੰਦੂਆਂ ਦਾ ਆਇਆ ਇਸ ਕਰਕੇ ਉਹ ਚਰਚਾ ਦੇ ਵਿੱਚ ਹੈ ਤੇ ਮੁਸਲਮਾਨਾਂ ਦੇ ਖਿਲਾਫ ਕਿੰਨੇ ਟਵੀਟ ਚੱਲ ਰਹੇ ਨੇ ਇਵਨ ਮਨਿਸਟਰ ਤੱਕ ਕਰਦੇ ਨੇ ਇੰਡੀਆ ਤੇ ਜਿਹੜੇ ਧਾਰਮਿਕ ਸੰਤ ਨੇ ਹਿੰਦੂ ਉਹ ਵੀ ਕਰਦੇ ਨੇ ਸੋ ਇਹ ਸਾਰਿਆਂ ਦੇ ਖਿਲਾਫ ਕਰਦੇ ਨੇ ਪਰ ਉਹ ਹਿੰਦੂ ਡਾਟਾ ਉਨ ਦੇ ਨਾਲ ਹਿੰਦੂ ਭਾਚਾਰਨ ਲੱਗਦਾ ਕਿ ਸ਼ਾਇਦ ਅਸੀਂ ਡਾਰਕ ਟਾਰਗੇਟ ਤੇ ਆ ਇਸ ਵੰਦੀ ਹੁਣ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇਹਨਾਂ ਟਵੀਟਾਂ ਨੂੰ ਛਾਂਟਿਆ ਗਿਆ 2022 ਦੇ ਵਿੱਚ ਜਿਹੜੇ ਟਵੀਟ ਹੋਏ ਇੱਕ ਅਮਰੀਕਾ ਦੇ ਵਿੱਚੋਂ ਇੱਕ ਸਾਲ ਦੇ ਵਿੱਚ ਉਸ ਦੇ ਵਿੱਚ 40% ਉਹਨਾਂ ਵਿੱਚ ਇਜ਼ਾਫਾ ਹੋਇਆ ਪਰ ਬਹੁਤੇ ਜਿਹੜੇ ਟਵੀਟ ਨੇ ਉਹ Hindu ਮਾਨਤਾਵਾਂ Hindu ਧਰਮ ਤੇ Hindu ਰੀਤੂ ਰਵਾਜਾਂ ਦੇ ਖਿਲਾਫ ਨੇ ਇਹਦੇ ਵਿੱਚ ਇਹ ਵੀ ਮਤਲਬ ਚੈਕਿੰਗ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਕਿ ਬਹੁਤੇ ਟਵੀਟ ਇਰਾਨ ਤੋਂ ਕੀਤੇ ਗਏ ਨੇ ਹੁਣ ਤੁਸੀਂ ਵੇਖੋ ਕਿ ਇਰਾਨ ਤੋਂ ਕੀਤੇ ਗਏ ਨੇ ਉਹ ਇਸਲਾਮ ਨਾਲ ਸੰਬੰਧਤ ਹੋ ਉਹ ਉਹਨਾਂ ਨੂੰ ਕਰਦੇ ਨੇ ਉਹਨਾਂ ਨੂੰ ਕਰਦੇ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਸਿੱਖ ਵੀ ਟਿਹੜੇ ਤਰੀਕੇ ਨਾਲ ਘਸੋੜ ਦਿੱਤੇ ਜਾਂਦੇ ਨੇ ਟਾਰਗੇਟ ਕਰ ਦਿੱਤੇ ਜਾਂਦੇ ਨੇ ਹਾਲਾਂਕਿ ਸਿੱਖੀ ਇਸ ਗੱਲ ਦੀ ਹਰਗਿਜ਼ ਆਗਿਆ ਨਹੀਂ ਦਿੰਦੀ ਜੇ ਪਹਿਲੀ ਪਾਸ਼ਾਹੀ ਨੇ ਜਨਊ ਦੇ ਬਾਰੇ ਤਰਕ ਪੁੱਛਿਆ ਤੇ ਨੌਵੀਂ ਪਾਸ਼ਾਹੀ ਫਿਰ ਜਨਊ ਵਾਲਿਆਂ ਦੀ ਹਿਫਾਜ਼ਤ ਵਾਸਤੇ ਜਾਂ ਉਹਨਾਂ ਦੇ ਰਾਈਟਸ ਵਾਸਤੇ ਮਤਲਬ ਕੁਰਬਾਨ ਵੀ ਹੁੰਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਪੰਜਾਬ ਦੇ ਵਿੱਚ ਖੜਕੂਵਾਦ ਦਾ ਦੌਰ ਰਿਹਾ ਕਿਸੇ ਵੀ ਮੰਦਰ ਤੇ ਇਸਰਾਂ ਦਾ ਹਮਲਾ ਨਹੀਂ ਕੀਤਾ ਗਿਆ ਹੁਣ ਵੈਸੇ ਕੁਝ ਮਿਆਰ ਵੀ ਇਦਾਂ ਦੇ ਹੋ ਗਏ ਨੇ ਹੁਣ ਮਤਲਬ ਕੁਝ ਲੋਕਾਂ ਦੇ ਵਰਤਾਰਿਆਂ 'ਚ ਵੀ ਫਰਕ ਪੈ ਗਿਆ ਸੋ ਇਸ ਸੈਂਸ ਦੇ ਵਿੱਚ ਪਰ ਇਹ ਜਿਹੜੀ ਸਟੱਡੀ ਦਰਸਾਉਂਦੀ ਹੈ ਨਾ ਇਹ ਕਈ ਸਾਰੇ ਸਵਾਲ ਖੜੇ ਕਰਦੀ ਹੈ ਦੂਸਰਾ ਜੇ ਮਾਨਤਾ ਮਾਨਤਾਵਾਂ ਦੀ ਗੱਲ ਕਰੀਏ ਸਿੱਖਾਂ 'ਚ ਵੀ ਮਾਨਤਾਵਾਂ ਇਹ ਸੀ ਕਿ ਉਹ ਅਕਾਲ ਪੁਰਖ ਦੇ ਫੌਜ ਹੈ ਅਕਾਲ ਪੁਰਖ ਦੇ ਹੁਕਮ ਨੇ ਪਰ ਹੁਣ ਤੁਸੀਂ ਵੇਖੋ ਕਿ ਹੁਣ ਅਕਾਲ ਪੁਰਖ ਦੀ ਜਿਹੜੀ ਫੌਜ ਹੈ ਉਹ ਵੀ ਕਿਤੇ ਨਾ ਕਿਤੇ ਉਸ ਜੋ ਗੁਰੂ ਸਾਹਿਬ ਦੇ ਵਕਤ ਦੇ ਨਾਮ ਸੀ ਉਹਨਾਂ ਨਾਮਾਂ ਤੋਂ ਪਿੱਛੇ ਹਟਦੀ ਹੈ ਉਹ ਹੁਣ ਜਿਹੜਾ ਇੱਕ ਨਹਾंग ਸਿੰਘ ਆਪਣੀ ਧੀ ਦਾ ਕਤਲ ਕਰ ਦਿੰਦਾ ਉਸ ਦੇ ਹੱਕ ਦੇ ਵਿੱਚ ਜਿਹੜੀ ਬਹੁਤ ਹੀ ਪੰਜਾਬੀ ਇਤਿਹਾਸ ਜਾਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੀ ਸੋਚ ਤੇ ਸਵਾਲ ਖੜੇ ਹੁੰਦੇ ਨੇ ਡਾਕਟਰ ਧਰਮਵੀਰ ਗਾਂਧੀ ਨੇ ਪੋਸਟ ਵੀ ਪਾਈ ਹੈ ਪਰ ਆਮ ਲੋਕ ਬੋਲਦਾ ਕੋਈ ਨਹੀਂ ਹੈ ਦੂਸਰਾ ਤੁਸੀਂ ਵੇਖੋ ਕਿ ਪਹਿਲਾਂ ਹੁਣ ਤੁਸੀਂ ਸਿੱਖ ਮਾਨਤਾ ਦੀ ਵੀ ਗੱਲ ਕਰੋ ਤੇ ਮੈਂ ਸਮਝਦਾ ਕਿ ਜਿਹੜੀਆਂ ਸਾਡੀਆਂ ਬਹੁਤੀਆਂ ਧਾਰਨਾਵਾਂ ਨੇ ਨਾ ਕੱਚੀਆਂ ਧਾਰਨਾਵਾਂ ਨੇ ਉਹ ਸਾਡੇ ਗੁਰਮਤ ਫਲਸਫੇ ਤੇ ਟੇਡਾ ਵਾਰ ਕਰਦੀਆਂ ਨੇ ਹੁਣ ਆਪਾਂ ਅਕਸਰ ਇੱਕ ਜ਼ਿਕਰ ਕਰਦੇ ਆ ਇੱਕ ਲੋਕ ਧਾਰਨਾ ਸੀ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਜਿਹਾ ਸਾਡੇ ਗੁਰੂ ਨੇ ਜਹਾਜ਼ ਬਣਾਇਆ ਆਜੋ ਸਿੰਘੋ ਪਾਰ ਲੰਗੀ ਹਾਲਾਂਕਿ ਜਹਾਜ਼ ਦਾ ਕਨਸੈਪਟ ਕਦੋਂ ਆਉਂਦਾ ਗੁਰੂ ਫਲਸਫਾ ਤਾਂ ਉਸ ਤੋਂ ਕਈ ਸਦੀਆਂ ਪਹਿਲਾਂ ਦਾ ਪਰ ਹੁਣ ਜਿਹੜਾ ਜਹਾਜ਼ ਦਾ ਕਨਸੈਪਟ ਹੈ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆਜੋ ਸਿੰਘੋ ਪਾਰ ਲੰਗੀ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਫਿਲਮ ਵੀ ਬਣੀ ਪਰ ਹੁਣ ਜਹਾਜ਼ ਗੁਰੂ ਦਾ ਨਹੀਂ ਚੜਨਾ ਜਹਾਜ਼ ਆਪਣਾ ਲੈਣਾ ਕਿ ਗੁਰੂ ਕਿਰਪਾ ਕਰਨ ਮੈਂ ਜਹਾਜ਼ ਤੇ ਚੜ ਕੇ ਕੈਨੇਡਾ ਮਰ ਕੇ ਚਲਿਆ ਜਾਵਾਂ ਇਹ ਜਿਹੜੀ ਸلسਲਾ ਸੀ ਇਸ ਤਰ੍ਹਾਂ ਦੀਆਂ ਕੱਚੀਆਂ ਬਾਣੀਆਂ ਦਾ ਵੀ ਸلسਲਾ ਸੀ ਇਸੇ ਕਰਕੇ ਸਿੱਖ ਦੀ ਟੇਕ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਤੇ ਹੋਣੀ ਚਾਹੀਦੀ ਹੈ ਜਿਹੜੀਆਂ ਕੱਚੀਆਂ ਧਾਰਨਾਵਾਂ ਨੇ ਉਹ ਸਾਡੀ ਮਾਨਸਿਕਤਾ ਨੂੰ ਕਿੱਧਰ ਨੂੰ ਲੈ ਜਾਂਦੀਆਂ ਨੇ ਆ ਹੁਣ ਜਿਹੜਾ ਜਹਾਜ਼ਾਂ ਵਾਲਾ ਸੀ ਤੱਲਨ ਗੁਰੂ ਘਰ ਜਹਾਜ਼ ਚੜਦੇ ਸੀ ਉਸ ਤੋਂ ਬਾਅਦ ਆ ਮਾਲਵੇ ਚ ਬਰਨਾਲੇ ਦੇ ਲਾਗੇ ਅੜੀਸਰ ਸ਼ੁਰੂ ਹੋ ਗਿਆ ਉੱਥੇ ਬਹੁਤ ਇਕੱਠ ਹੁੰਦਾ ਹਰ ਵੀਰਵਾਰ ਨੂੰ ਕਿ ਜੇ ਕਿਸੇ ਦਾ ਵੀਜ਼ਾ ਅੜਿਆ ਹੋਇਆ ਤਾਂ ਉੱਥੇ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਤੁਹਾਡਾ ਅੜਿਆ ਹੋਇਆ ਵੀਜ਼ਾ ਜਿਹੜਾ ਉਹ ਚੱਲ ਪੂਗਾ ਉੱਥੇ ਵੱਡੀ ਤਦਾਦ ਚ ਮੰਨਤਾਵਾਂ ਏਦਾਂ ਦੀਆਂ ਹੋਗੀਆਂ ਨੇ ਹਾਲਾਂਕਿ ਗੁਰਦੁਆਰਾ ਉਹ ਵੀ ਐਸਪੀਸੀ ਨਾਲ ਸੰਬੰਧਿਤ ਆ ਸ਼ਾਇਦ ਸੋ ਇਸ ਸਿਲਸਲੇ ਚ ਹਾਲਾਂਕਿ ਉੱਥੇ ਗੁਰੂ ਸਾਹਿਬ ਦਾ ਘੋੜਾ ਤਮਾਕੂ ਦੇ ਖੇਤ ਚ ਨਹੀਂ ਸੀ ਵੜਿਆ ਅੜੀ ਕਰ ਗਿਆ ਸੀ ਕਿਰ ਤਮਾਕੂ ਦੇ ਖੇਤ ਚ ਘੋੜਾ ਨਹੀਂ ਵੜਿਆ ਤੇ ਤੁਸੀਂ ਉਹਨਾਂ ਮੁਲਕਾਂ ਨੂੰ ਭੱਜੇ ਜਾਂਦੇ ਹੋ ਜਿੱਥੇ ਤੁਹਾਨੂੰ ਤਮਾਕੂ ਵੀ ਵੇਚਣਾ ਪੈ ਸਕਦਾ ਸਟੋਰ ਤੇ ਭਾਵੇਂ ਤੁਸੀਂ ਗੁਰਸਿੱਖ ਵੀ ਹੋ ਸੋ ਇਸ ਕਰਕੇ ਉਸ ਤੋਂ ਬਾਅਦ ਹੁਣ ਦਰਬਾਰ ਸਾਹਿਬ ਦੇ ਵਿੱਚ ਇੱਕ ਜਹਾਜ਼ ਦਾ ਚੜਾ ਦੇਣਾ ਖੜਾਉਣੇ ਦੇ ਰੂਪ ਚ ਹਾਲਾਂਕਿ ਐਸ.ਯੂ.ਪੀ.ਸੀ ਨੇ ਬੜਾ ਵਾਜਬ ਫੈਸਲਾ ਲਿਆ ਕਿ ਇਹਨਾਂ ਚੀਜ਼ਾਂ ਤੇ ਅਸੀਂ ਰੋਕ ਲਾਵਾਂਗੇ ਪਰ ਹੁਣ ਜਹਾਜ਼ ਗੁਰੂ ਦਾ ਚੜਨ ਦੀ ਬਜਾਏ ਤੇ ਕਿਹੜਾ ਜਹਾਜ਼ ਤੇ ਚੜਨ ਲੱਗੀ ਐ ਸਿੱਖੀ ਐਸ.ਯੂ.ਪੀ.ਸੀ ਦਾ ਵਧੀਆ ਡਿਸੀਜਨ ਐ ਇਹਨਾਂ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਹੈ ਹੁਣ ਜੇ ਹਨੂਮਾਨ ਦੀ ਜਗ੍ਹਾ ਬੀਜਾਰਤੀ ਹੁੰਦੀ ਹੈ ਹਨੂਮਾਨ ਮੰਦਿਰ 'ਚ ਤੇ ਫਿਰ ਸਵਾਲ ਤਾਂ ਖੜੇ ਹੋਣਗੇ ਨਾ ਫਿਰ ਵੀਜ਼ਾ ਅਫਸਰ ਵੱਡਾ ਤੇ ਸਾਡਾ ਰੱਬ ਛੋਟਾ ਹੋ ਗਿਆ ਜੀ ਸੁਰਿੰਦਰ ਪਰਮਿੰਦਰ ਦੇਖੋ ਪਹਿਲੀ ਗੱਲ ਤੇ ਆ ਇਹ ਹੈ ਮਨਮਤ ਜੋ ਦਿਲ 'ਚ ਆਇਆ ਚੱਕ ਦਿੱਤਾ ਜਿੱਧਰ ਨੂੰ ਮੂੰਹ ਕੀਤਾ ਤੁਰ ਪਏ ਥੋੜ੍ਹੀ ਗੱਲ ਤਾਂ ਇਹ ਆ ਹਾਥੀ ਕੰਮ ਕਰਨਾ ਨਹੀਂ ਗੁਰਦੁਆਰਾ ਸਾਹਿਬ 'ਚ ਚੜਾਉਣਾ ਜਹਾਜ਼ ਵੀ ਸਾਨੂੰ ਸਾਡਾ ਵੀਜ਼ਾ ਲੱਗ ਜਵੇ ਪਰਮਿੰਦਰ ਆਪਾ ਬਹੁਤ ਵਾਰੀ ਗੱਲ ਕੀਤੀ ਹੈ ਤੇ ਫਿਰ ਬਹੁਤ ਡੇਰੇਦਾਰ ਤੇ ਬੜੇ ਸਾਧ ਤੇ ਪਖੰਡੀ ਜਿਹੜੇ ਉਹ ਬੜੇ ਪਿੱਟਦੇ ਆ ਉਹਨਾਂ ਨੂੰ ਰੋਣੇ ਪੈ ਜਾਂਦੇ ਆ ਪਿੱਟਣੇ ਪੈ ਜਾਂਦੇ ਆ ਕਿ ਇਹ ਸਾਨੂੰ ਬਖਸ਼ ਦੇਣੀ ਹੁਣ ਸਮੱਸਿਆ ਕਿੱਥੇ ਆ ਕਿ ਬਹੁਤ ਸਾਰੇ ਸੁਧਾਰ ਜਿਹੜੇ ਆ ਕੌਮ ਦੇ ਅੰਦਰ ਕਰਨ ਦੀ ਜ਼ਰੂਰਤ ਆ ਅੱਜ ਤੱਕ ਕਦੀ ਵੀ ਪੰਜ ਸਿੰਘ ਸੁਬਾਨ ਨੇ ਬੈਠ ਕੇ ਜਿਹੜੇ ਉਹ ਵਾਅਦਤ ਮਸਲੇ ਆ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਕਹਿੰਦਾ ਜਿੱਦਾਂ ਕੰਮ ਚੱਲਦਾ ਚੱਲੀ ਜਾਂਦਾ। ਜਦੋਂ ਜਿਹੜੇ ਸਾਡੇ ਉੱਪਰ ਬੈਠੇ ਆ ਉਹ ਨਹੀਂ ਕਿਸੇ ਮਸਲੇ ਨੂੰ ਸੁਲਝਾਉਣ ਦੇ ਲਈ ਸਹਿਮ ਤਿਆਰ ਤੇ ਆਪਾਂ ਕੋ ਸੁਲਝਾਈ ਜੇ। ਸੋ ਪਰਮਿੰਦਰ ਉਹ ਸਿਲਸਿਲਾ ਚੱਲੀ ਜਾਂਦਾ। ਹੁਣ ਰਹਿ ਗਈ ਗੱਲ ਜਹਾਜ਼ ਚੜਾਉਣ ਦੀ। ਜੀ। ਉਹ ਜਿਹੜਾ ਪਰਮਿੰਦਰ ਚੜਾਇਆ ਗਿਆ ਦੇਖੋ ਸੇਵਾਦਾਰ ਬੈਠਾ ਗ੍ਰੰਥੀ ਸਿੰਘ ਦੇ ਨਾਲ। ਹਮ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ। ਜੀ। ਉਹਦੇ ਨਾਲ ਬੈਠਾ ਉਹਦੇ ਹੱਥ 'ਚ ਆ ਉਹ ਕਿੰਨੀ ਫੋਟੋ ਵਾਇਰਲ ਹੋ ਗਈ ਤੇ ਕੁਦਰਤੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਹਮਣੇ ਆਉਣਾ ਪਿਆ ਤੇ ਐ ਜੀ ਪੀ ਸੀ ਨੂੰ ਆਉਣਾ ਪਿਆ ਹੁਣ ਚਾਹੀਦਾ ਤੇ ਜੀ ਇੱਕ ਗੱਲ ਹੋਰ ਦੱਸੋ ਮੈਂ ਤਾਂ ਚਲੋ ਕਾਫੀ ਦਿਨ ਹੋ ਗਈ ਗਿਆ ਨਹੀਂ ਹੋਣਾ ਤੇ ਤੁਸੀਂ ਸ਼ਾਇਦ ਜਾਣਦੇ ਰਹੇ ਹੋ ਕਿ ਜਿਵੇਂ ਹੁਣ ਪਹਿਲਾਂ ਉਸ ਬੀਬੀ ਦਾ ਜਿਹਨੇ ਝੰਡਾ ਛਾਪਿਆ ਹੋਇਆ ਸੀਗਾ ਉਸ ਦਾ ਰੋਲਾ ਪਿਆ ਸੀ ਉਸ ਤੋਂ ਬਾਅਦ ਕੁਝ ਇਕੁਪਮੈਂਟ ਲਾਏ ਗਏ ਕਿ ਬਕਾਇਦਗੀ ਨਾਲ ਜਾਂਚ ਹੋਵੇ ਹੁਣ ਤੁਸੀਂ ਇੱਕ ਜਹਾਜ਼ ਇਸ ਤਰ੍ਹਾਂ ਲੈ ਕੇ ਜਾਂਦੇ ਹੋ ਹੋ ਸਕਦਾ ਉਹਦੇ ਵਿੱਚ ਕੀ ਚੀਜ਼ ਹੋਵੇ ਵਿੱਚੋਂ ਤਾਂ ਖੋਖਲਾ ਨਹੀਂ ਹੈ ਤੇ ਦੂਸਰਾ ਤੁਸੀਂ ਵੇਖੋ ਕਿ ਆਮ ਗੁਰੂ ਘਰਾਂ 'ਚ ਸ਼ੇਰ ਰੱਖੇ ਜਾਣ ਲੱਗੇ ਨੇ ਕਿੰਨੀ ਦੇਰ ਤੋਂ ਹਾਲਾਂਕਿ ਸ਼ੇਰ ਕਿਸ ਤਰ੍ਹਾਂ ਦਾ ਜਾਨਵਰ ਹੈ ਹੈਨਾ ਤੇ ਕਿਉਂ ਇਸ ਤਰ੍ਹਾਂ ਦੀ માનਤਾ ਤੁਸੀਂ ਵੇਖੋ ਕਿ ਹਰ ਗੁਰੂ ਘਰ ਸ਼ੇਰ ਹੋਣਾ ਤਾਂ ਇਹ ਵੀ ਚਾਹੀਦਾ ਹੈ ਕਿ ਉੱਥੇ ਜਿਹੜੇ ਪਲਾਸਟਿਕ ਦੇ ਫੁੱਲ ਨੇ ਉਹਨਾਂ ਤੋਂ ਵੀ ਗਰੇਜ਼ ਕੀਤਾ ਜਾਵੇ ਕਿਉਂਕਿ ਸਾਡਾ ਤਾਂ ਜੋ ਸਿਧਾਂਤ ਹੈ ਨਾ ਸਿੱਖਾਂ ਦਾ ਰੱਬ ਉਹ ਕੁਦਰਤ ਦੇ ਵਿੱਚ ਹੈ ਸਿੱਖਾਂ ਦਾ ਕਾਦਰ ਕੁਦਰਤ 'ਚ ਵੱਸਦਾ ਹੈ ਤੇ ਸਿੱਖ ਵਾਤਾਵਰਨ ਦੇ ਮੁਤਲਕ ਬਹੁਤ ਐਡਵਾਂਸ ਨੇ ਇਸ ਮਾਮਲੇ 'ਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਸੀ ਚੀਜ਼ਾਂ ਸਾਡੇ ਗੁਰੂ ਸਾਡਾ ਜਿਹੜੀ ਹੈ ਮਾਂ ਤੇ ਸਾਡਾ ਪਿਓ ਨੇ ਤੇ ਅਸੀਂ ਮਤਲਬ ਉਹ ਪਲਾਸਟਿਕ ਜਿਹੜਾ ਇੰਨਾ ਖਤਰਨਾਕ ਹੈ ਉਹ ਪਲਾਸਟਿਕ ਦੇ ਛੇਰ ਬਘੇਲੇ ਪਤਾ ਨਹੀਂ ਕੀ ਕੀ ਚੜਾਈ ਜਾਂਦੇ ਆ ਸੋ ਇਹਨਾਂ ਚੀਜ਼ਾਂ ਦਾ ਫਾਇਦਾ ਕੀ ਹੈ ਤੁਸੀਂ ਜੇ ਚੜਾਉਣਾ ਹੀ ਆ ਕੋਈ ਇਸ ਤਰ੍ਹਾਂ ਦੀ ਚੀਜ਼ ਚੜਾ ਦਿਓ ਜਿਹੜੀ ਗੁਰੂ ਘਰ ਕੰਮ ਆਵੇ ਹੁਣ ਛੇਰ ਉੱਥੇ ਚੜਾਇਆ ਉਹਦਾ ਤੁਹਾਨੂੰ ਕੀ ਫਾਇਦਾ ਤੇ ਸ਼ੇਰ ਉੱਥੇ ਰੱਖੇ ਦਾ ਫਾਇਦਾ ਕੀ ਹੈ ਜਿਹੜਾ ਇੱਕ ਦਹਿਸ਼ਤ ਦਾ ਪ੍ਰਛਾਵਾਂ ਆ ਤੇ ਕੀ ਲੌਜੀਕ ਹੈ ਨਾ ਚੀਜ਼ਾਂ ਦਾ ਸ਼ੇਰਾਂ ਤੋਂ ਬਾਅਦ ਹੁਣ ਤੇ ਜਹਾਜ ਚੜਨ ਲੱਗੇ ਨੇ ਜੇ ਤੱਲਣ ਦੇ ਸਿਲਸਿਲੇ ਨੂੰ ਰੋਕਿਆ ਹੁੰਦਾ ਲੋਕਾਂ ਨੂੰ ਸਮਝਾਇਆ ਹੁੰਦਾ ਅੜੀਸਰ ਜਿਹੜੇ ਲੋਕ ਅੜੀ ਕਰਕੇ ਇਸ ਤਰ੍ਹਾਂ ਦਾ ਕੰਮ ਕਰਨ ਲੱਪੇ ਨੇ ਉਹਨਾਂ ਨੂੰ ਰੋਕਿਆ ਹੁੰਦਾ ਤੇ ਦਰਬਾਰ ਸਾਹਿਬ ਦੇ ਵਿੱਚ ਇਹ ਚੀਜ਼ਾਂ ਫਿਰ ਨਾ ਹੁੰਦੀਆਂ ਸਾਡਾ ਤਾਂ ਸਿਧਾਂਤ ਕਿਸ ਤਰ੍ਹਾਂ ਦਾ ਤੇ ਅਸੀਂ ਮੰਗੇ ਦੁਨਿਆਵੀ ਚੀਜ਼ਾਂ ਰਹਿ ਉੱਥੇ ਵੀ ਮਜ਼ਾਕ ਬਣ ਰਹੇ ਆ ਜੀ ਸੁਰਿੰਦਰ ਪਰਮਿੰਦਰ ਸਭ ਤੋਂ ਵੱਡੀ ਗੱਲ ਇਹ ਆ ਜਿਹੜੇ ਇਤਿਹਾਸਕ ਗੁਰਦੁਆਰਾ ਸਬਾਨ ਨੇ ਉਹਦੇ ਵਿੱਚ ਸ਼ਸਤਰ ਰੱਖੇ ਜਾਂਦੇ ਬਾਕੀਆਂ 'ਚ ਨਹੀਂ ਪਰ ਹੁਣ ਸਾਡੀ ਸਮੱਸਿਆ ਕੀ ਉਹ ਵੀ ਜਿਹੜੀ ਮਰਜ਼ੀ ਕਲੋਨੀ 'ਚ ਗੁਰਦੁਆਰਾ ਬਣਿਆ ਜਿਹੜੇ ਮਰਜ਼ੀ ਪਿੰਡ 'ਚ ਬਣਿਆ ਸਭ ਦੇ ਮੋਰੇ ਨਾਲ ਵੱਡੇ ਬੈਂਚ ਲਾ ਕੇ ਸਪੈਸ਼ਲ ਬਣਾ ਕੇ ਉਹਦੀਆਂ ਚਾਦਰਾਂ ਅਲੱਗ ਤਿਆਰ ਕਰਵਾ ਕੇ ਕਢਾਈ ਵਾਲੀਆਂ ਉੱਤੇ ਸ਼ਸਤਰ ਰੱਖੇ ਜਾਂਦੇ ਤੇ ਦੋ ਦੇ ਤੇ ਛੇ ਸਾਰੀ ਜਗ੍ਹਾ ਤੇ ਜਿਹੜੇ ਮਰਜ਼ੀ ਗੁਰਦੁਆਰਾ ਸਭ ਤੇ ਚਲਜੋ ਤਿਆਨੂੰ ਦੋ ਸ਼ੇਰ ਮਿਲਣੇ ਹੀ ਮਿਲਣੇ ਆ ਹੋਰ ਕੁਝ ਮਿਲੇ ਨਾ ਮਿਲੇ ਹਾਂ ਸ਼ੇਰ ਰੱਖਣ ਵਾਲੇ ਜਿਹੜੇ ਆ ਉਹਨਾਂ ਦੇ ਮੂੰਹ ਤੇ ਤੇ ਸਿਰ ਤੇ ਕੇਸ ਮਿਲਣ ਨਾ ਮਿਲਣ ਪਰ ਸ਼ੇਰ ਜ਼ਰੂਰ ਉਹ ਦੋ ਚੱਕੀ ਹੁੰਦੇ ਮਿਲਣਗੇ ਇਹ ਸਾਡੀ ਤਰਾਸ ਦੀ ਆ ਦੂਜੀ ਗੱਲ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਉਥੇ ਸੇਵਾਦਾਰ ਕਿੱਥੇ ਸੀ ਪਰਮਿੰਦਰ ਦੋਨੋਂ ਬੰਨੇ ਸੇਵਾਦਾਰ ਹੁੰਦੇ ਜਦੋਂ ਅੰਦਰ ਜਾ ਰਹੇ ਵਿਅਕਤੀ ਆ ਜਿਹਦੇ ਹੱਥ 'ਚ ਸੀ ਉਹ 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 ਜਹਾਜ਼ ਅੰਦਰ ਤੱਕ ਪਹੁੰਚਿਆ ਤੇ ਕਿੱਦਾਂ ਪਹੁੰਚੇ ਜੋ ਦਰਛਨੀ ਡਿਊੜੀ ਤੋਂ ਐਂਟਰੀ ਹੁੰਦੀ ਆ ਉੱਥੇ ਜਿਹੜਾ ਸੇਵਾਦਾਰ ਆ ਉਹਦੀ ਉਹਦੀ ਡਿਊਟੀ ਆ ਉਦੋਂ ਰਖਾਉਂਦੇ ਉੱਥੇ ਉਹਦੀ ਡਿਊਟੀ ਬਣਦੀ ਆ ਕਿ ਅੰਦਰੇ ਨਹੀਂ ਜਾਣਾ ਚਾਹੀਦਾ ਹਮ ਸ਼ਕਤੀ ਨਾਲ ਰੋਕਣਾ ਬਣਦਾ ਦੂਜੀ ਗੱਲ ਪਰਮਿੰਦਰ ਬੈਰੀਕੇਟਿੰਗ ਕੀਤੀ ਹੁੰਦੀ ਆ ਤਿੰਨ ਜਗ੍ਹਾ ਤੇ ਜਾਂ ਚਾਰ ਤਿੰਨ ਜਗ੍ਹਾ ਤੇ ਘੱਟੋ-ਘੱਟ ਦਰਛਨੀ ਡਿਊੜੀ ਤੋਂ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਤੱਕ ਉਹ ਜਿਹੜੀ ਬੈਰੀਕੇਟਿੰਗ ਹੁੰਦੀ ਆ ਜਦੋਂ ਚੱਕਦੇ ਉਹਦੇ ਚੋਂ ਲੰਘਦੇ ਆ ਉਦੋਂ ਉਹਨੇ ਚ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਭਾਵੇਂ ਉਹ ਸੇਵਾਦਾਰ ਨਹੀਂ ਹੁੰਦੇ ਉਹ ਆਮ ਸੇਵਾ ਲਈ ਆਏ ਹੁੰਦੇ ਵਿਅਕਤੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿਹੜਾ ਵਿਅਕਤੀ ਕੀ ਲ ਜਾ ਰਿਹਾ ਕੋ ਕੱਲਾ ਕੱਲਾ ਲੰਘਦਾ ਉੱਥੇ ਉਹਨੂੰ ਰੋਕੇ ਜਾ ਸਕਦਾ ਸੀ ਗੁਪਤ ਸੀਸੀਟੀਵੀ ਗੁਪਤ ਸੀਸੀਟੀਵੀ ਵੀ ਮਾਨੀਟਰ ਹੁੰਦਾ ਜੀ ਉਹ ਦਰਬਾਰ ਸਾਹਿਬ ਦੀ ਘਟਨਾਵਾਂ ਤੋਂ ਬਾਅਦ ਉਹ ਪੂਰੇ ਜਿਹੜਾ ਕੰਪਲੈਕਸ ਹੈ ਦਰਬਾਰ ਸਾਹਿਬ ਹਦੂਦ ਸਾਰੇ ਦਾ ਇੱਕ ਜਗ੍ਹਾ ਕੰਟਰੋਲ ਹੈ ਕੱਲੇ-ਕੱਲੇ ਬੰਦੇ ਨੂੰ ਇਹਨੂੰ ਯੂਮ ਕਰਕੇ ਵੀ ਦੇਖਿਆ ਜਾਂਦਾ ਕਿ ਕੋਈ ਇਸ ਤਰ੍ਹਾਂ ਦਾ ਅਨਸਰ ਨਾ ਆਵੇ ਪਰ ਮਤਲਬ ਲਜਾਣ ਵਾਲਿਆਂ ਦੀ ਸੋਚ ਵੀ ਇੱਥੇ ਹੀ ਹੈ ਨਾ ਉਹ ਆਪਣੇ ਆਪ ਨੂੰ ਤਾਂ ਜਸਟੀਫਾਈ ਕਰ ਰਿਹਾ ਕਿਉਂਕਿ ਅਸੀਂ ਦੋ ਗੁਰੂ ਘਰਾਂ 'ਚ ਇਸ ਚੀਜ਼ ਨੂੰ ਮੰਨਤਾ ਦੇ ਦਿੱਤੀ ਹੈ ਇੱਕ ਰਵਿਢ ਚੱਲ ਪਈ ਹੈ ਜਿਹਦਾ ਕੋਈ ਲੌਜੀਕ ਹੀ ਨਹੀਂ ਹੈ ਕੁਕੋ ਕਿ ਸਿੱਖੀ ਦਾ ਤਾਂ ਇਸ ਤਰੀ ਸਿੱਖਾ ਜੀ ਤਾਂ ਮਾਫ ਕਰਨਾ ਬਹੁਤ ਸਾਰੇ ਮਾਮਲੇ ਚ ਸੁੱਖ ਮੰਗਣ ਨੂੰ ਪਿੱਤੇ ਵੀ ਹੈ ਕਿ ਤੁਸੀਂ ਸੁੱਖ ਨਹੀਂ ਮੰਗਣੇ ਕੁਕੋ ਤਾਂ ਗੁਰੂ ਸਾਹਿਬ ਆਪ ਉਹਨਾਂ ਨੇ ਬਖਸ਼ਿਸ਼ ਕਰਨੀ ਹੈ ਜੋ ਚੀਜ਼ ਤੁਹਾਨੂੰ ਚਾਹੀਦੀ ਤੇ ਤੁਸੀਂ ਉੱਥੇ ਸੁੱਖਾ ਮੰਗਣ ਲੱਗਦੇ ਕਿ ਮੈਨੂੰ ਟਰੈਕਟਰ ਮਿਲ ਜਾਵੇ ਮੈਨੂੰ ਮੋਟਰਸਾਈਕਲ ਮਿਲੇ ਹਾਂ ਚੜ੍ਹਦੀ ਕਲਾ ਦੀ ਅਰਦਾਸ ਕਰੋ ਹੈਨਾ ਪਰ ਕਮਾਲ ਹੀ ਹੋਈ ਜਾਂਦੀ ਸਰੰਦਰ ਜੀ ਹੁਣ ਤਾਂ ਪਰਮੇਂਦਰ ਸੁੱਖ ਕੱਲੀ ਸੁੱਖ ਨਹੀਂ ਸੁਖੀ ਜਾਂਦੀ ਮੰਗਾ ਹੋਰ ਵੀ ਬੜੀਆਂ ਵਾ ਜੇ ਕਹਿ ਦਿਆਂ ਫਿਰ ਕਈ ਵਾਰੀ ਔਨ 에ਅਰ ਨਹੀਂ ਕਹਿ ਸਕਦੇ ਫਲਾਨੇ ਦੀ ਜਨਾਨੀ ਜਿਹੜੀ ਉਹ ਵੀ ਮੈਨੂੰ ਮਿਲ ਜਵੇ ਹਾਂ ਉਹ ਵੀ ਦਰਵਾਜ਼ਾ ਉਹ ਵੀ ਹੁਣ ਕਵਾਂ ਨਾ ਭਾਵਨਾਵਾਂ ਪੜਕ ਜਾਣਗੀਆਂ ਕੀ ਕੋਈ ਕੁਝ ਹੁੰਦਾ ਰਹਿਣ ਦੋ ਟੱਕਿਆ ਬੜਾ ਕੁਝ ਹੁੰਦਾ ਕਿਹੜੇ ਕਿਹੜੇ ਭਾਈ ਤੋਂ ਕਿਹੜੀ ਕਿਹੜੀ ਅਰਦਾਸ ਕਰਾਈ ਜਾਂਦੀ ਹੈ ਨਾ ਕਹੀਏ ਤੇ ਚੰਗੀ ਕਰਦਾ ਪਰ ਅੱਛਾ ਫੈਸਲਾ ਐਸ.ਪੀ.ਐਸ ਨੇ ਆਖਿਆ ਕਿ ਰੋਕਣਾ ਚਾਹੀਦਾ ਇਹਨਾਂ ਨੂੰ ਤੇ ਐਕਸ਼ਨ ਹੋਣਾ ਚਾਹੀਦਾ ਕੋਈ ਮਤਲਬ ਤੁਸੀਂ ਇੱਕ ਮਜ਼ਾਕ ਬਣਾਈ ਜਾਂਦੇ ਹੋ ਧਰਮ ਨੂੰ ਹਨਾ ਜੀ ਪਰਮਿੰਦਰ ਚਾਹੇ ਇਤਿਹਾਸ ਗੁਰਦੁਆਰਾ ਸਬਾਨ ਭਾਵੇਂ ਕਿਸੇ ਦਾ ਨਿੱਜੀ ਆ ਕਿਸੇ ਵੀ ਜਗ੍ਹਾ ਤੇ ਇਹ ਕੁਛ ਨਹੀਂ ਚੜਨਾ ਚਾਹੀਦਾ ਠੀਕ ਆ ਤੁਸੀਂ ਜਾਓ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਘਰ ਨੂੰ ਆ ਜਾਓ ਗੱਲ ਖਤਮ ਬਹਿ ਕੇ ਪਾਠ ਸੁਣਨਾ ਸੁਣੋ ਨਹੀਂ ਸੁਣਨਾ ਨਾ ਸੁਣੋ ਬਹਿ ਕੇ ਪਾਠ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤੁਹਾਡੇ ਤੇ ਕੋਈ ਬੰਦਸ਼ ਤਾਂ ਨਹੀਂ ਨਾ ਤੁਸੀਂ ਘਰੇ ਆ ਸਕਦੇ ਹੋ ਕਿਸੇ ਨਾਲ ਕੋ ਤੁਹਾਡਾ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਨਾ ਤੁਹਾਨੂੰ ਕਿਸੇ ਨੇ ਰੋਕਿਆ ਆਉਣ ਤੋਂ ਨਾ ਕਿਸੇ ਨੇ ਜਾਣ ਤੋਂ ਰੋਕਿਆ ਸੋ ਇਸ ਕਰਕੇ ਪਰਮਿੰਦਰ ਇਹ ਐਸਜੀਪੀਸੀ ਨੂੰ ਪਹਿਲਾਂ ਰੋਕਣਾ ਚਾਹੀਦਾ ਜੇ ਉਹ ਤੱਲਣ ਵਾਲੇ ਗੁਰਦੁਆਰਾ ਸਾਹਿਬ 'ਚ ਹੋਇਆ ਇਹ ਤਾਂ ਕੰਮ ਉਹ ਹੋਇਆ ਕਿ ਬਾਪੂ ਦੀਆਂ ਆਤਾਂ ਗਲਤ ਸੀ ਬਾਪੂ ਦੇ ਨਾਲ ਪੁੱਤ ਦੀਆਂ ਹੋ ਗਈਆਂ ਪੁੱਤ ਦੇ ਨਾਲ ਪੋਤੇ ਦੀਆਂ ਹੋ ਗਈਆਂ ਤੇ ਫਿਰ ਬਾਪੂ ਦੇ ਮਗਰ ਬੇਬੇ ਦੀਆਂ ਵੀ ਆਤਾਂ ਵਿਗੜ ਗਈਆਂ ਉਹ ਦੇਖੋ ਕਈ ਥਾਵਾਂ ਤੇ ਹੁਣ ਇਦਾਂ ਹੀ ਮੰਨਤਾ ਨੇ ਹੁਣ ਉੱਥੇ ਕਮਰਸਰ ਦਾ ਗੁਰੂ ਘਰ ਹੈ ਉੱਥੇ ਪਾਥੀਆਂ ਚੜ੍ਹਦੀਆਂ ਨੇ ਮੁੰਡਿਆਂ ਦੇ ਵਾਸਤੇ ਹਨਾ ਤੇ ਹੁਣ ਜਹਾਜ਼ ਚੜ੍ਹਨਾ ਅਗਲੇ ਨੇ ਹੁਣ ਅਗਲਾ ਕਹਿੰਦਾ ਉਹ ਸ਼ੇਰ ਲੈਂਦਾ ਜਹਾਜ਼ ਚੜਾਓ ਸੋ ਹਾਲਾਂਕਿ ਪਤਾ ਨਹੀਂ ਕਿਤੇ ਇਸ ਤਰ੍ਹਾਂ ਦੀ ਚਲੋ ਇੱਕ ਥਾਂ ਤੇ ਕੋਈ ਚਲਦੀ ਆਈ ਹੋਵੇ ਪਰ ਜਗਾ ਜਗਾ ਜੇ ਇਹ ਚੀਜ਼ਾਂ ਹੋਣ ਲੱਗ ਪਈਆਂ ਤੇ ਫਿਰ ਬੜਾ ਅਜੀਬ ਹੈ ਖੈਰ ਸਾਨੂੰ ਸਪੋਰਟ ਕੀਤਾ ਐਸ ਸਟਕਿੰਗ ਤੋਂ ਸੁਖਜੀਤ ਸਿੰਘ ਸੰਧੂ ਰੁੜਕਾ ਕਲਾਂ ਵਾਲਿਆਂ ਨੇ ਜਿਨ੍ਹਾਂ ਨੂੰ ਆਨਰ ਰੇਟਰਾਂ ਦੀ ਜ਼ਰੂਰਤ ਹੈ ਇਹਨਾਂ ਦਾ ਸ਼ਿਪਿੰਗ ਕੰਟੇਨਰ ਦਾ ਕਾਰੋਬਾਰ ਹੈ ਆਕਲੈਂਡ ਕੈਲੀਫੋਰਨੀਆ ਦੇ ਵਿੱਚ ਤੇ ਉਹਨਾਂ ਦਾ ਨੰਬਰ ਹੈ 510 750 3598 510 750 3598 ਨੰਬਰ ਹੈ ਸੁਖਜੀਤ ਸਿੰਘ ਸੰਧੂ ਰੁੜਕਾ ਕਲਾਂ ਵਾਲਿਆਂ ਦਾ ਤੇ ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਹੈ ਸੁਖੀ ਘੁਮਨ ਹੋਰਾ ਨੇ ਬੇਕਰਸਫੀਲਡ ਇਲਾਕੇ ਚ ਵੇਚ ਰਹੇ ਹਾਂ ਤੇ ਮਾਰੂ ਟਰੈਕਟਰ ਆਲਿਆਂ ਨੂੰ ਬ੍ਰੇਕ ਯੂਨੀਅਨ ਵਲੇਸ ਟਰੱਕ ਸ਼ਾਪ ਤੇ ਨਾਲ ਇੰਡੀਆ ਰੈਸਿਡੈਂਟ ਹੈ ਦੇਸੀ ਕਿਉ ਉਹਦੇ ਪਰੌਂਟੇ ਚ ਕੋਈ ਸ਼ਕੋ ਟਰੱਕ ਤੋਂ ਡੀਜ਼ਲ ਪਾਉ ਜਿੱਥੇ ਟਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਲੇਸ ਟਰੱਕ ਸ਼ਾਪ ਤੇ ਇੰਡੀਆ ਅਡਰੈਸ 2201 ਸਾਊਥ ਯੂਨੀਅਨ ਐਵਨੂ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307 ਰੋਡਵੇਜ਼ ਟ੍ਰਾਂਸਪੋਰਟ ਵਾਲੇ ਸੁਖੀ ਘੁਮਣ ਹੋਰਾਂ ਦਾ ਕਾਰੋਬਾਰ ਜਿਹਨਾਂ ਦਾ ਨੰਬਰ 664 304 7500 ਤੇ ਜੈ ਘੁਮਣ ਹੋਰਾਂ ਦਾ ਨੰਬਰ 664 885 8852 ਬੇਕਰਸਫੀਲਡ ਦੇ ਵਿੱਚ ਜਿਹਨੇ ਇਨਫ੍ਰਾਸਟ੍ਰਕਚਰ ਸ਼ਾਪ ਤੇ ਨੇ ਰੈਸਟੋਰੈਂਟ ਸਾਨੂੰ ਸਪੋਰਟ ਕੀਤਾ ਹੈ ਵਿਸ਼ਿੰਗਟਨ ਫੀਲਡ ਸਰਵਿਸ ਨੇ ਸ਼ਾਰਟਲ ਦੇ ਲੋਡ ਅਤੇ ਡਰਾਈਵਰ ਦੀ ਜੌਬ ਲਈ ਹਮੇਸ਼ਾ ਯਾਦ ਰੱਖੋ ਵਿਸ਼ਿੰਗਟਨ ਫੀਲਡ ਸਰਵਿਸ ਤੋਂ ਜਗਦੇਵ ਸਿੰਘ ਸੰਧੂ ਦਾ ਨੰਬਰ 253 26669242532666924 ਗੈਰੀ ਢਾਲੀਵਾਲ ਦਾ ਨੰਬਰ 2063544060 ਛੇਡ ਲੋਡ ਡਰਾਈਵਿੰਗ ਦੀ ਜੌਬ ਲਈ ਵਿਸ਼ਿੰਗਟਨ ਫੀਲਡ ਸਰਵਿਸ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ ਹਮੇਸ਼ਾ ਯਾਦ ਰੱਖੋ ਵਿਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨੂੰ ਸਰੇਂਦਰ ਜੀ 14 15 16 ਤਿੰਨ ਦਿਨ ਹੜਤਾਲ ਐਲਾਨੀ ਸੀ ਪੰਜਾਬ ਰੋਡਵੇਜ ਨੇ ਪੰਨ ਬੱਸ ਨੇ ਪੀਆਰਟੀਸੀ ਨੇ ਆਖਰ ਮੁਲਤਵੀ ਕਰ ਦਿੱਤੀ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਇਸ ਵੰਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਵੇਗਾ ਤੇ ਇਸ ਕਰਕੇ ਇਹ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਇਹ ਫਿਲਹਾਲ ਮੁਲਤਵੀ ਕੀਤਾ ਗਿਆ ਇਹ ਜਿਹੜਾ ਅੱਜ ਤੋਂ 3 ਦਿਨਾਂ ਜਾਮ ਫੇਰ ਲਾਉਣਾ ਸੀ ਮਸਲਾ ਇਹਨਾਂ ਦਾ ਲਟਕਿਆ ਹੀ ਹੋਇਆ ਸੋ ਉਧਰ ਕਈ ਸਾਰੇ ਹੋਰ 15 ਅਗਸਤ ਤੇ ਵੱਡੇ ਵੱਡੇ ਐਲਾਨ ਹੋ ਰਹੇ ਨੇ ਜੀ ਝੰਡੇ ਝੁਲ ਰਹੇ ਨੇ ਐਲਾਨ ਕਾਫੀ ਹੋ ਰਹੇ ਨੇ ਕਿਵੇਂ ਹੈ ਫਿਰ 15 ਅਗਸਤ ਦਾ ਮਾਹੌਲ ਜੀ ਸੁਰਿੰਦਰ ਜੀ ਤੇ ਕਟਾਰੂ ਚੱਕ ਜਾਂ ਹੋਰਾਂ ਦੇ ਮਾਮਲੇ 'ਚ ਦੂਸਰਿਆਂ ਨੇ ਪੂਰਾ ਝੰਡਾ ਚੱਕਿਆ ਹੋਇਆ ਝੰਡੋ ਝੰਡੀ ਹੋਇਆ ਪਿਆ ਕੰਮ ਪੰਜਾਬ ਦੇ ਵਿੱਚ ਜੀ ਸਰਨਰ ਦੇਖੋ ਉਹਦੇ ਚੱਕਣਗੇ ਰਹਿ ਗਈ ਗੱਲ ਮੁੱਖ ਮੰਤਰੀ ਬਣ ਕੇ ਭਗਵੰਤ ਮਾਨ 15 ਅਗਸਤ ਨੂੰ ਪਟਿਆਲੇ 'ਚ ਝੰਡਾ ਚੜਾਉਣ ਆ ਰਹੇ ਆ ਯਾਨੀ ਕਿ ਹੁਣ ਕਹਿਦਾ ਝੰਡਾ ਝੰਡਾ ਚੜਾਉਣ ਆ ਰਹੇ ਆ ਨਾਲ ਡਾਕਟਰ ਗੁਰਪ੍ਰੀਤ ਵੀ ਆ ਰਹੀ ਆ ਹੁਣ ਰਹਿ ਗਈ ਗੱਲ ਇਸ ਤੋਂ ਅੱਗੇ ਧੰਤਨ ਤਾਂ ਹੋਈ ਪਈ ਪਟਿਆਲੇ ਦੀ ਫੁਹਾਰਾ ਚੌਂਕ ਲਚਕਾਇਆ ਪਿਆ ਤੇ ਮਾਰ ਉਹ ਤੋਂ ਬਹਾਦਰਗੜ੍ਹ ਤੋਂ ਲੈ ਕੇ ਲੈਟਾਂ ਜਗਾਤੀਆਂ ਜਿਹੜੀਆਂ ਪਿਛਲੇ ਡੇਢ ਸਾਲ ਚ ਤੇ ਜਗੀਆਂ ਨਹੀਂ ਸੀ ਤੇ ਭੋਲ ਚੁਮਕਾਤੇ ਮਾਰ ਧੰਤਨ ਕਰ ਦਿੱਤੀ ਤੇ 76 ਆਮ ਆਦਮੀ ਕਲੀਨਿਕ ਹੋਰ ਨਵੇਂ ਜਿਹੜੇ ਆ ਉਹ ਲੋਕਾਂ ਨੂੰ ਲੋਕਾਂ ਦੇ ਇਲਾਜ ਲਈ ਖੋਲ ਦਿੱਤੇ ਆ ਯਾਨੀ ਕਿ 15 ਅਗਸਤ ਨੂੰ ਖੋਲ ਦੇਣੀ ਆ ਹੁਣ ਸਵਾਲ ਇਹ ਆ ਕਿ ਆਮ ਆਦਮੀ ਕਲੀਨਿਕ ਤਾਂ ਖੋਲ ਦਿੱਤੇ ਉਹ ਵਿਚਾਰਾ ਸਿਹਤ ਮੰਤਰੀ ਆ ਉਹਦੀ ਮਾਂ ਤਾਂ ਤੁਹਾਨੂੰ ਪੀਜੀਐਲ ਜਾਣੀ ਪੈਗੀ ਯਾਰ ਹੂੰ ਤੇ ਮੁੱਖ ਮੰਤਰੀ ਬਿਮਾਰ ਹੋੰਦਾ ਚਾਕੇ ਦਿੱਲੀ ਲਜਾਣਾ ਪੈਂਦਾ ਚਲੋ ਪੀਜੀਐਲ ਤਾਂ ਮੰਨਿਆ ਸਰਕਾਰੀ ਹੈ ਦੇਸ਼ ਦੀ ਪ੍ਰੋਮਿਨੈਂਟ ਸੰਸਥਾ ਆ ਫਿਰ ਵੀ ਸਰਕਾਰੀ ਹੈ ਮਨਮੋਹਨ ਸਿੰਘ ਨੇ ਵੀ ਉੱਸੀ ਕਰਾਇਆ ਕੰਪਲਿਕੇਟਿਡ ਕੇਸ ਹੋਏਗਾ ਮੇਰੇ ਖਿਆਲ ਆ ਕੋਈ ਜਸਟੀਫਾਈ ਨਹੀਂ ਆਪਾਂ ਕਰਦੇ ਪਰ ਇਹਦੇ ਚ ਇਹ ਜਿਹੜੀ ਅ ਪ੍ਰਾਈਵੇਟ ਤੇ ਜ਼ਰੂਰ ਸਵਾਲ ਖੜੇ ਹੁੰਦੇ ਨੇ ਹਨਾ ਜੇ ਕੋਈ ਪ੍ਰਾਈਵੇਟ ਚ ਜਾਂਦਾ ਹੈਮਸ ਬੈਟਰ ਹੈ ਡਾਕਟਰ ਮਰਮੋਦ ਸਿੰਘ ਨੇ ਹੋ ਰਾ ਨਹੀਂ ਐਮਐਸ ਕਿਰਾਏ ਸੀਗਾ ਸੋ ਇਸ ਸلسਲੇ ਚ ਇਹ ਜਿਹੜੇ ਹੁਣ 15 ਕਲੀਨਿਕ ਨੇ ਕਿਸ 75 ਕਲੀਨਿਕ ਹੋਰ ਖੋਲਣੇ ਨੇ ਜਾਂ ਹੋਰ ਕੀ ਕੀ ਪ੍ਰਾਪਤੀਆਂ ਹੋ ਰਹੀਆਂ ਨੇ ਫਿਰ ਇਸ ਮੌਕੇ ਜੀ ਦੇਖੋ ਪਹਿਲੀ ਗੱਲ ਤੇ ਇਹ ਆ ਜੀ ਇਹ ਇਹ ਮਹੱਲਾ ਕਲੀਨਿਕਾਂ ਦਾ ਜਿਹੜਾ ਸੀ ਇਹ ਮਾਡਲ ਤਾਂ ਅਮਰੀਕਾ ਲੈ ਕੇ ਚੱਲਿਆ ਸੀਗਾ ਆਪਣੇ ਤੋਂ ਆਮ ਆਦਮੀ ਪਾਰਟੀ ਤੋਂ ਹੂੰ ਜੇ ਅਮਰੀਕਾ 'ਚ ਚੱਲ ਰਿਹਾ ਸੀ ਇਹਦਾ ਮਤਲਬ ਸੀ ਇਹ ਪੀਜੀਆਈ ਤੋਂ ਵਧੀਆ ਨਾ ਇਹਨਾਂ ਤੋਂ ਵੀ ਵਧੀਆ ਤਾਂ ਚੱਲ ਰਿਹਾ ਸੀ ਹੂੰ ਵੈਸੇ ਥੋੜੀ ਲੈ ਕੇ ਚੱਲਿਆ ਸੀਗਾ ਹੂੰ ਜਦੋਂ ਉਹਨਾਂ ਤੋਂ ਵਧੀਆ ਚੀਜ਼ ਹੋਏਗੀ ਤਾਂ ਹੀ ਅਗਲੇ ਲ ਜਾਂਦੇ ਆ ਨਾ ਐਵੇਂ ਥੋੜੀ ਆ ਕੋਈ ਚੱਕ ਕੇ ਲੈ ਜੂਗਾ ਸੋ ਪਰਮਿੰਦਰ ਕੁੱਲ ਮਿਲਾ ਕੇ ਆ ਜੇ ਏਡੀ ਵਧੀਆ ਚੀਜ਼ ਸੀਗੀ ਉਹਨਾਂ ਨੇ ਲਿਜਾਣੀ ਸੀ ਤਾਂ ਫਿਰ ਇਹਨਾਂ ਨੂੰ ਪੀਜੀਆਈ ਜਾਣ ਦੀ ਜ਼ਰੂਰਤ ਕਿਉਂ ਪਾਕੀ ਸਵਾਲ ਸਭ ਤੋਂ ਵੱਡਾ ਇਹ ਆ ਹੂੰ ਠੀਕ ਆ ਹੁਣ ਗੱਲ ਇਹ ਆ ਇਹ ਕਹਿੰਦੇ 76 ਅਸੀਂ ਹੋਰਾ ਆਮ ਆਦਮੀ ਕਲੀਨਿਕ ਜਿਹੜੇ ਆ ਉਹ ਸਰਕਾਰ ਖੋਲ ਦੂਗੀ ਭਗਵਾਨਤ ਮਾਨਵੀ ਆਪਣੇ ਜਾਊਗਾ ਉੱਥੇ ਧੂਰੀ ਜਾਊਗਾ ਉੱਥੇ ਵੀ ਇੱਕ ਪਿੰਡ 'ਚ ਇੱਕ ਦਾਦ ਘਾਟਨ ਜਿਹੜਾ ਉਹ ਕਰਨਾ ਜੀ ਕਹਿੰਦੇ ਜੀ ਅੰਕੜਿਆਂ ਮੁਤਾਬਕ ਸਾਲ 'ਚੋਂ 583 ਕਲੀਨਿਕਾਂ 'ਚੋਂ 44 ਲੱਖ ਤੋਂ ਵੱਧ ਲੋਕਾਂ ਨੇ ਇਲਾਜ ਕਰਵਾਇਆ 20 ਲੱਖ ਮੌਤ ਜਿਹੜੇ ਆ ਟੈਸਟ ਕੀਤੇ ਆ ਭਲੇ ਮਾਨਸਾ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਰਗੜ ਕੇ ਰੱਖ ਦਿੱਤਾ ਹਸਪਤਾਲਾਂ ਨੇ ਹਾਂ ਅਸੀਂ ਤਾਂ ਠੱਕੇ ਖਾ ਖਾ ਕੇ ਅੱਕ ਗਏ ਤੁਸੀਂ ਕਹਿੰਦੇ ਆ ਹੈ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿੰਨਾ ਕੁ ਮੌਸਮ ਕਿੰਨਾ ਕੁ ਰਗੜ ਰਿਹਾ ਪੰਜਾਬ ਦੇ ਵਿੱਚ येलो ਅਲਰਟ ਚੱਲ ਰਿਹਾ ਭਾਖੜਾ ਡੈਮ ਦਾ ਜਲ ਸਤਰ ਸਿਰਫ 9 ਫੁੱਟ ਤੱਲੇ ਰਹਿ ਗਿਆ ਖਤਰੇ ਦੇ ਨਿਸ਼ਾਨ ਤੋਂ ਹਾਲਾਂਕਿ ਮੀਂਹ ਨਹੀਂ ਆ ਇੰਨਾ ਤਾਂ ਹੜਾਂ ਵੇਲੇ ਜਮਾਂ ਨਹੀਂ ਸੋਇਆ ਸੋ ਟੈਸਟਿੰਗ ਦੇ ਲਈ ਫਲੱਡ ਗੇਟ ਵੀ ਖੋਲੇ ਗਏ ਨੇ ਸੋ ਪੰਜਾਬ ਦੇ ਵਿੱਚ ਬਾਰਿਸ਼ ਨਾ ਹੋਣ ਕਰਕੇ ਤਾਪਮਾਨ ਦੇ ਵਿੱਚ ਵਾਧੇ ਨੂੰ ਦੇਖਦੇ ਆ ਇਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਤੇ ਪੰਜਾਬ ਦਾ ਤਾਪਮਾਨ ਦੇ ਵਿੱਚ ਭਾਵੇਂ ਥੋੜਾ ਜਿਹਾ ਵਾਧਾ ਹੋ ਰਿਹਾ ਗਰਮੈਸ਼ ਹੈ ਕਈ ਇਲਾਕਿਆਂ 'ਚ ਪਰ yellow alert ਤਾਂ ਜਾਰੀ ਹੈ ਸੋ ਇਸ ਸਬੰਧੀ ਜਿਹੜਾ ਭਾਖੜਾ ਡੈਮ ਦਾ ਜਲ ਸતર ਹੈ ਉਹ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਥੱਲੇ ਰਹਿ ਗਿਆ 1671 ਫੁੱਟ ਤੇ ਸੀਗਾ ਤੇ ਇਸ ਸਬੰਧੀ ਭਾਖੜਾ ਡੈਮ ਦੇ ਵਿੱਚ ਪਾਣੀ ਦੀ ਆਮਦ ਜਿਹੜੀ ਹੈ ਉਹ 76429 ਕਿਊਸਕ ਦਰਜ ਕੀਤੀ ਗਈ ਹੈ ਹਾਲਾਂਕਿ 1680 ਤੇ ਖਤਰਾ ਆਇਆ ਸਿਰਫ 9 ਫੁੱਟ ਥੱਲੇ ਆ ਬਹੁਤ ਨੇੜੇ ਗਿਆ ਸੋ ਨੰਗਲ ਡੈਮ ਦੇ ਵਿੱਚ ਨੰਗਲ ਹਾਈਡਲ ਨਹਿਰ ਦੇ ਵਿੱਚ 12350 ਆਨੰਦਪੁਰ ਸਾਹਿਬ ਹਾਈਡਲ ਦੇ ਵਿੱਚ 10150 ਕਿਊਸਿਕ ਤੇ ਸਤਲੁਜ ਦਰਿਆ ਦੇ ਵਿੱਚ 19400 ਕਿਊਸਿਕ ਪਾਣੀ ਛੱਡਿਆ ਗਿਆ ਸੋ ਇਸ ਵੰਦੀ ਭਾਖੜਾ ਦੇ ਵਿੱਚ ਜਲ ਸતર 9 ਫੁੱਟ ਥੱਲੇ ਰਹਿਣ ਕਰਕੇ ਐਤਵਾਰ ਨੂੰ ਦੁਪਹਿਰੇ ਫਲੱਡ ਗੇਟ ਖੋਲੇ ਗਏ ਨੇ ਇਹ ਫਲੱਡ ਗੇਟ ਸਿਰਫ ਟੈਸਟਿੰਗ ਲਈ ਖੋਲੇ ਗਏ ਨੇ ਤੇ ਕੁਝ ਸਮੇਂ ਬਾਅਦ ਇਹਨਾਂ ਨੂੰ ਦੁਬਾਰਾ ਬੰਦ ਕੀਤਾ ਗਿਆ ਲੇਕਿਨ ਜਿਉਂ-ਜਿਉਂ ਇਹਨਾਂ ਨੂੰ ਬੰਦ ਕੀਤਾ ਗਿਆ ਤਿਉਂ-ਤਿਉਂ ਪਾਣੀ ਦਾ ਮਿਆਰ ਜਿਹੜਾ ਵਧ ਰਿਹਾ ਤੇ ਖਤਰੇ ਦੇ ਨੇੜੇ ਜਾ ਰਿਹਾ ਸੋ ਹੜ ਦੇ ਵਿੱਚ ਉੱਭਰ ਰਿਹਾ ਪੰਜਾਬ ਦੇ ਲਈ ਇਹ ਅਲਰਮ ਬੜਾ ਖਤਰਨਾਕ ਹੈ ਇਸ ਸੰਬੰਧੀ ਤਾਮਾਨ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਪੱਛੋਂ ਵੀ ਰੋਮਕ ਰਹੀ ਹੈ ਤੇ ਕਿਵੇਂ ਦਾ ਮਾਹੌਲ ਹੈ ਬਾਰਿਸ਼ ਨੂੰ ਲੈ ਕੇ ਕੋਈ ਚਾਈਨਾ ਦੇ ਵਿੱਚ ਵੀ ਬਾਰਿਸ਼ ਨੇ ਕਾਫੀ ਕੋ ਰੋਮ ਪਾਕਿਸਤਾਨ ਚ ਵੀ ਮਨਾਇਆ ਮਚਾਇਆ ਹੋਇਆ ਜਿਸ ਰਿਦਰਨ ਪਰਮਿੰਦਰ ਦੇਖੋ ਜਿਹੜੀ ਹਾਲਾਤ ਆ ਮੌਸਮ ਜਿਹੜਾ ਉਹ ਬੜਾ ਟੇਡਾ ਜਾਇਜ਼ ਕੀ ਆ ਜੇ ਜੂਨ ਦਾ ਮਹੀਨਾ ਸੀ ਤੇ ਪੂਰਾ ਟੇਡਾ ਚੱਲਿਆ ਜੁਲਾਈ ਦਾ ਆਇਆ ਤੇ ਉਹ ਉਸ ਤੋਂ ਵੀ ਬਹੁਤਾ ਟੇਡਾ ਚੱਲਿਆ ਯਾਨੀ ਕਿ ਬਰਸਾਤ ਨੇ ਅਤ ਕਰਾਤੀ ਤੇ ਅਗਸਤ ਦਾ ਆਇਆ ਤੇ ਉਹ ਉਹਦੇ ਤੋਂ ਵੀ ਟੇਡਾ ਆ ਟੈਂਪਰੇਚਰ ਕੈਲ ਨੂੰ 32 ਕਹੀ ਜਾਣ ਪਰ ਪਰਮਿੰਦਰ 20 ਜੋੜ ਲਓ ਜਿਹੜੇ ਜਿਹੜਾ ਜਿੰਨਾ ਵੀ ਆਉਂਦਾ ਚਾਹੇ 29 ਆਵੇ ਤੇ ਚਾਹੇ 32 ਆਵੇ ਤੇ ਚਾਹੇ 34 ਆਵੇ ਮੌਸਮ ਜਿਹੜਾ ਉਹ ਬਹੁਤ ਟੇਢਾ ਐਦ ਕੀ ਹੋਇਆ ਪਿਆ ਇਦ ਇਦਾਂ ਦਾ ਮਤਲਬ ਚੀਕਾਂ ਘਟਾਉਣ ਵਾਲਾ ਆਪਾਂ ਭਾਦੋਂ ਦੇ ਅੱਧ 'ਚ ਜਾ ਕੇ ਦੇਖਦੇ ਹੁੰਦੇ ਸੀਗੇ ਉਸ ਵੇਲੇ ਹੁੰਦਾ ਸੀਗਾ ਜਦੋਂ ਕਹਿੰਦੇ ਹੁੰਦੇ ਸੀਗੇ ਭਾਦੋਂ ਦੇ ਚਮਾਸਿਆਂ ਦਾ ਮਾਰਿਆ ਜੱਟ ਸਾਧ ਹੋ ਗਿਆ ਸੀ ਉਹ ਉਦੋਂ ਦੇਖੀਦੇ ਸੀ ਪਰ ਐਦ ਕੀ ਤਾਂ ਜੇੜ ਦੇ ਮਹੀਨੇ 'ਚ ਵੀ ਤੁਸੀਂ ਦੇਖ ਲਿਆ ਹਾਰੜ 'ਚ ਵੀ ਦੇਖ ਲਿਆ ਸੌਣ 'ਚ ਵੀ ਦੇਖ ਲਿਆ ਤੇ ਪਾਦੋਂ ਚ ਵੀ ਉਹੀ ਕੁਝ ਦੇਖੋਗੇ ਮਤਲਬ ਸਾਰੇ ਜਿਹੜੇ ਸੀ ਉਹ ਇੱਕੋ ਜਿਹਾ ਹੀ ਹੋ ਗਿਆ ਪਤਾ ਹੀ ਨਹੀਂ ਲੱਗਿਆ ਕਿ ਕੀ ਕੁਝ ਹੋਇਆ ਯਾਨੀ ਕਿ ਜਦੋਂ ਬਹੁਤਾ ਪਾਣੀ ਆ ਜਾਵੇ ਨਾ ਉੱਚੇ ਨੀਵੇਂ ਖੇਤ ਦਾ ਨਹੀਂ ਪਤਾ ਲੱਗਦਾ ਹੁੰਦਾ ਇੱਕੋ ਲੈਵਲ ਤੇ ਭੱਜ ਜਾਂਦਾ ਹੁੰਦਾ ਉਹ ਹਾਲਤ ਬਣ ਗਈ ਹੈ ਰਹਿ ਗਈ ਗੱਲ ਬਰਸਾਤ ਦੀ ਦੇਖੋ ਜੇ ਬਾਰਿਸ਼ ਹੁੰਦੀ ਆ ਤੇ ਘੰਟੇ ਬਾਅਦ ਗਰਮੀ ਉਹ ਪਹਿਲੇ ਨਾਲੋਂ ਵੀ ਵੱਧ ਜਾਂਦੀ ਹੈ ਨਹੀਂ ਤੇ ਪਹਿਲਾਂ ਕੀ ਸੀ ਬਰਸਾਤ ਹੋ ਕੇ ਹਟਿਆ ਘਟੋ ਘਟ 2 3 ਜਾਂ 4 ਦਿਨ ਤੈਨੂੰ ਬੜੇ ਆਰਾਮ ਨਾਲ ਜਿਹੜੇ ਸੀਗੇ ਉਹ ਮਤਲਬ ਬਹੁਤ ਵਧੀਆ ਮਿਲਦੇ ਹੁੰਦੇ ਸੀਗੇ ਕਿ ਬਹੁਤਾ ਤੁਹਾਨੂੰ ਹਵਾ ਦੀ ਜ਼ਰੂਰਤ ਨਹੀਂ ਨਾ ਏਸੀ ਨਹੀਂ ਚਲਾਉਣਾ ਪਿਆ ਪੱਖੇ ਥੱਲੇ ਆਰਾਮ ਨਾਲ ਤੁਸੀਂ ਮਤਲਬ ਤਕਰੀਬਨ ਪੱਖੇ ਥੱਲੇ ਵੀ ਤੁਹਾਨੂੰ ਠੰਡ ਜਿਹੜੀ ਸੀ ਉਹ ਲੱਗ ਜਾਂਦੀ ਸੀ ਪਰ ਹੁਣ ਤਾਂ ਏਸੀ ਵੀ ਕੱਖ ਨਹੀਂ ਕਰ ਰਿਹਾ ਏਸੀ ਵੀ ਲੱਗਦਾ ਕਿ ਸਰਕਾਰਾਂ ਨਾਲ ਰਲ ਗਿਆ ਸੋ ਇਹ ਹਾਲਾਤ ਜਿਹੜੇ ਨੇ ਪਰਮਿੰਦਰ ਪੁੱਲ ਮਲਾ ਕੇ ਪਾਣੀ ਵੱਲੋਂ ਜੇ ਬਰਸਾਤ ਵੱਧ ਹੁੰਦੀ ਆ ਤਾਂ ਔਖਾ ਜੇ ਨਹੀਂ ਹੁੰਦੀ ਤੇ ਤਦ ਵੀ ਔਖਾ ਯਾਨੀ ਕਿ ਦੋਨੋਂ ਬੰਨੇ ਤੋਂ ਹਾਲਾਤ ਐਡੇ ਮੰਦੇ ਹੋ ਚੁੱਕੇ ਨੇ ਜੀ ਦਾ ਕੋਈ ਅੰਤ ਨਹੀਂ ਹੈ ਗਰਮੀ ਇੰਨੀ ਹੈ ਕਿ ਬੰਦਾ ਜਿਹੜਾ ਜੇ ਉਹ ਕਵੇ ਮੈਂ ਸੈਰ ਸੂਰ ਕਰ ਲਵਾਂ ਤੇ ਪਰਮੇਂਦਰ ਕਰਕੇ ਆ ਕੇ ਨਾ ਡਿੱਗਣ ਵਾਲੀ ਹਾਲਤ ਆ ਬੰਦੇ ਦੀ ਜੇ ਕਿਤੇ ਅੱਧਾ ਘੰਟਾ ਲਾ ਆ ਤੇ ਅੱਧੇ ਘੰਟੇ ਬਾਅਦ ਡਿੱਗਣ ਵਾਲੀ ਹਾਲਤ ਬਣੀ ਮਤਲਬ ਮੌਸਮ ਇਦਾਂ ਦਾ ਟੇਡਾ ਜਿਹੜਾ ਉਹ ਹੋ ਚੁੱਕਿਆ ਹ ਹ ਬਿਲਕੁਲ ਸੋ ਨਹਾਂਕ ਸਿੰਘ ਦਲਵੀਰ ਸਿੰਘ ਬਾਉ ਜੀ ਨੇ ਆਪਣੀ ਧੀ ਦੀ ਹੱਤਿਆ ਕੀਤੀ ਸੀ ਪਣ ਮੋਛਲ ਦੇ ਵਿੱਚ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਇੱਕ ਦਿਨ ਪੁਲਿਸ ਰਿਮਾਂਡ ਤੋਂ ਬਾਅਦ ਤੇ ਇਸ ਕੇਸ ਦਾ ਕੀ ਹੈ ਸਰਵੇਖ ਦੇ ਉਤੇ ਦੂਸਰਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਵੀ ਕਿਉਂਕਿ ਤੀਆਂ ਤੀਜ ਵੀ ਕਈ ਜਗ੍ਹਾ ਹੋਏ ਨੇ ਤੇ ਇਸ ਬੰਦੀ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਜਿਹੜੀ ਆਪਣੀ ਥੈਰੇਪੀ ਵੀ ਕਰਾ ਰਹੀ ਨੇ ਕੈਂਸਰ ਪੀੜਿਤ ਨੇ ਉਹਨਾਂ ਨੇ ਵੀ ਗਿੱਦਾ ਪਾਇਆ ਆਪਣੇ ਜਿਹੜੀ ਕਾਂਗਰਸ ਮਹਿਲਾ ਵਰਕਰਾਂ ਦੇ ਨਾਲ ਤੇ ਵਿਮਨ ਫਰੈਂਡਲੀ ਠੇਕੇ ਦੇ ਮਾਮਲੇ 'ਚ ਉਹਨਾਂ ਭਗਵੰਤ ਮਾਨ ਨੂੰ ਬਹੁਤ ਘੇਰਿਆ ਕਹਿੰਦੇ ਭਗਵੰਤ ਮਾਨ ਦਰੂ ਦੀ ਫੇਵਰ ਕਰਦੇ ਨੇ ਸੋ ਡਾਕਟਰ ਨਵਜੋਤ ਕੌਰ ਸਿੱਧੂ ਨੇ ਮਹਿਲਾਵਾਂ ਦੇ ਨਾਲ ਮਿਲ ਕੇ ਜਿਹੜਾ ਤੀਜ ਮਨਾਇਆ ਤੇ ਹੋਰ ਪੰਜਾਬ ਦੇ ਵਿੱਚ ਕੀ ਖਬਰਾਂ ਨੇ ਜਾਂਦੇ ਜਾਂਦੇ ਜੀ ਸਰेंद्र ਜੀ ਪਰਮਿੰਦਰ ਮੈਂ ਪੰਜਾਬ ਤੋਂ ਬਾਹਰ ਲਿਆ ਦੋ ਲੈਣਾ ਫਿਰ ਇੱਧਰ ਆਉਣਾ ਉੱਤਰਾਖੰਡ ਦਾ ਨਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਆ ਉਹਨਾਂ ਦਾ ਸਾਫ ਕਾ ਨੀਜੀ ਸਕੱਤਰ ਸੀ ਪ੍ਰਕਾਸ਼ ਚੰਦ ਉਪਾਧਿਆਏ ਉਹ ਤੇ 6 ਹੋਰਾਂ ਤੇ ਨਾ ਧੋਖਾ ਧੜੀ ਦਾ ਇੱਕ ਕੇਸ ਦਰਜ ਹੋ ਗਿਆ ਕੋਈ ਪਟਿਆਲੇ ਦਾ ਸੰਜੀਵ ਆ ਉਹਨੇ ਦੋ ਚਲਾਇਆ ਕਹਿੰਦਾ ਜਿਹੜਾ ਉਪਾਧਿਆਏ ਸੀ ਏਨੇ ਤੇ ਉਹਦੇ 6 ਹੋਰ ਮੇਤਰਾ ਨੇ ਮਿਲ ਕੇ ਉੱਤਰਾਖੰਡ ਚ ਸਰਕਾਰੀ ਟੈਂਡਰ ਦਿਵਾਉਣ ਦੇ ਨਾਂ ਤੇ ਇਹ ਕਹਿੰਦਾ ਮੇਰੇ ਨਾਲ 3 ਕਰੋੜ ਦੀ ਠੱਗੀ ਮਾਰੀ ਆ ਹੁਣ ਇਸ ਕੇਸ ਚ ਉਪਧਾਇਏ ਤੋਂ ਇਲਾਵਾ ਸੌਰਵ ਸ਼ਰਮਾ ਸੌਰਵ ਸ਼ਰਮਾ ਦੀ ਪਤਨੀ ਨੰਦਨੀ ਮਹੇਸ਼ ਮਹਾਰੀਆ ਰੌਣਕ ਮਹਾਰੀਆ ਤੇ ਸਾਰੋਖਾਨ ਤੇ ਅਮਿਤ ਲਾਂਬਾ ਇਹਨਾਂ ਨੂੰ ਕੇਸ 'ਚ ਨਾਮਜ਼ਦ ਕਰ ਲਿਆ ਗਿਆ ਯਾਨੀ ਕਿ 3 ਕਰੋੜ ਦੀ ਠੱਗੀ ਜਿਹੜੀ ਆ ਉਹ ਮਾਰ ਗਏ ਨੇ ਵੀ ਅਸੀਂ ਮੁੱਖ ਮੰਤਰੀ ਨੂੰ ਕਹਿ ਕੇ ਤੁਹਾਡਾ ਕੰਮ ਕਰਾ ਦੇਾਂਗੇ ਪਰ ਕੰਮ ਸਿਰੇ ਜਿਹੜਾ ਉਹ ਨਹੀਂ ਚੜਿਆ ਹੁਣ ਦੂਜੀ ਪਰਮਿੰਦਰ ਲੈ ਲਈਏ ਅਮੇਤ ਸ਼ਾਹ ਤੇ ਨਰਿੰਦਰ ਮੋਦੀ ਕੋਈ ਮੌਕਾ ਨਹੀਂ ਛੱਡਦੇ ਜਦੋਂ ਜੀ ਮੈਂ ਕਿਹਾ ਉੱਤਰਾਖੰਡ ਦੀ ਥੋੜਾ ਕੰਪਲੀਟ ਕਰਦੀ ਗੱਲ ਚੱਲੀ ਹੈ ਇਹ 10ਵਾਂ ਸੂਬਾ ਬਣ ਗਿਆ ਜਿੱਥੇ ਆਨੰਦ ਮੈਰਿਜ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸੋ ਕੈਬਨਿਟ ਬੈਠਕ ਦੇ ਵਿੱਚ ਫੈਸਲਾ ਪੁਸ਼ਕਰ ਸਿੰਘ ਧਾਮੇ ਦੀ ਸਰਕਾਰ ਨੇ ਲਿਆ ਐਸਟਪੀਸੀ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਹੈ ਸਪੈਸ਼ਲਿਸਟ ਸੋ ਉੱਤਰਾਖੰਡ ਦੇ ਵਿੱਚ ਅ ਆਨੰਦ ਮੈਰਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋ ਇੰਡੀਆ ਦਾ 10ਵਾਂ ਸੂਬਾ ਬਣ ਗਿਆ ਜਿਹੜੇ ਆਨੰਦ ਮੈਰਜੈਕਟ ਦੇ ਵਿੱਚ ਆਉਂਦੇ ਨੇ ਤੇ ਇਸ ਮੁਤਲਕ ਉਤਰਾਖੰਡ ਦੀ ਕੈਬਨਿਟ ਦੇ ਵਿੱਚ ਇਸ ਨੂੰ ਮਨਜ਼ੂਰ ਕਰ ਲਿਆ ਗਿਆ ਪਰ ਪੰਜਾਬ ਦੇ ਵਿੱਚ ਇਹ ਅਜੇ ਕਿਉਂ ਨਹੀਂ ਹੈ ਇਸ ਤੇ ਥੋੜਾ ਜਿਹਾ ਕਮੈਂਟ ਲੈ ਲਓ ਤੇ ਇਸੋ ਦੀ ਗੁਰਦੁਆਰਾ ਹੇਮਕੋਟ ਸਾਹਿਬ ٹرسٹ ਨੇ ਬੜਾ ਇਸ ਦੀ ਸਲਾਹਤਾ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਫੈਸਲੇ ਨੂੰ ਚੰਗਾ ਦੱਸਿਆ ਹਿੰਦੂ ਮੈਰਜੈਕਟ ਦਾ ਜੋ ਫੈਸਲਾ ਲਿਆ ਗਿਆ ਆ ਇਸ ਮੁਤਲਕ ਇਹ ਇੰਡੀਆ ਦਾ 10ਵਾਂ ਸੂਬਾ ਆ ਜੀ ਸਰੇਂਦਰ ਜੀ ਹਮਤਿਸ਼ਾ ਵਾਲੀ ਵੀ ਲਾ ਲਓ ਪਲੀਜ਼ ਜੀ ਰਮਿੰਦਰ ਮੈਂ ਪਹਿਲਾਂ ਇਹਦੇ ਤੇ ਆਨੰਦ ਮੈਰਿਜ ਐਕਟ ਤੇ ਲੈ ਲਵਾਂ ਹੂੰ ਪੰਜਾਬ 'ਚ ਲਾਗੂ ਨਹੀਂ ਹੋਇਆ ਤੇ ਉਹ ਤਰਾਂਚਲ 'ਚ ਲਾਗੂ ਹੋ ਗਿਆ ਪੰਜਾਬ 'ਚ ਜਦੋਂ ਇਹ ਕਾਨੂੰਨ ਬਣਿਆ ਸੀ 4 ਸਾਲ ਸਰਕਾਰ ਉਹ ਤੋਂ ਬਾਅਦ ਰਹੀ ਆ ਪੰਥ ਦੀ ਤੇ ਬੀਜੇਪੀ ਦੀ ਸਾਂਝੀ ਲੇਕਿਨ ਉਹਦੇ 'ਚ ਇਹ ਲਾਗੂ ਨਹੀਂ ਕੀਤਾ 5 ਸਾਲ ਕੈਪਟਨ ਦੀ ਅਗਵਾਈ ਚ ਤੇ ਚਰਨਜੀਤ ਚੰਨੀ ਦੀ ਅਗਵਾਈ ਚ ਕਾਂਗਰਸ ਦੀ ਸਰਕਾਰ ਰਹੀ ਆ ਉਹ ਵੀ ਬੜੇ ਦਮਗੇ ਜੇ ਮਾਰਦੇ ਸੀ ਲੇਕਿਨ ਲਾਗੂ ਉਹਨਾਂ ਨੇ ਵੀ ਕੀਤਾ ਤੇ ਹੁਣ ਤਕਰੀਬਨ ਡੇਢ ਸਾਲ ਇਹਨਾਂ ਨੂੰ ਵੀ ਹੋਣ ਨੂੰ ਆ ਗਿਆ ਤੇ ਕੀਤਾ ਇਹਨਾਂ ਨੇ ਵੀ ਕੋਈ ਨਹੀਂ ਔਰ ਆ ਗਈ ਗੱਲ ਇਸ ਤੋਂ ਅੱਗੇ ਪਰਮਿੰਦਰ ਚਲੋ ਲਾਗੂ ਕਰ ਦਿੱਤਾ ਜਿੱਦਾਂ ਦਾ ਕਾਨੂੰਨ ਬਣਿਆ ਕਾਨੂੰਨ ਤਾਂ ਪਹਿਲਾਂ ਹੀ ਸੀਗਾ ਇਹ ਤਾਂ 1900 6 7 ਦਾ ਚੱਲਿਆ ਆਉਂਦਾ ਉਹੀ ਕਾਨੂੰਨ ਸੀਗਾ ਉਹੀ ਸਾਰਾ ਕੁਝ ਸੀਗਾ ਉਹ ਤਾਂ ਸਿਰਫ ਇੱਕ ਅੱਖਾਂ ਪੁੰਜੀਆਂ ਨੇ ਦਿੱਤਾ ਇਹਦੇ ਚ ਕੀ ਆ ਚਲੋ ਜੋ ਕੁਝ ਵੀ ਆਇਆ ਉਹਨਾਂ ਹੀ ਬਹੁਤ ਆ ਇਸ ਤੋਂ ਬਾਅਦ ਮਿਲਣਾ ਵੀ ਨਹੀਂ ਤੇ ਨਾ ਬਹੁਤੇ ਦੀ ਉਮੀਦ ਜਿਹੜੀ ਉਹ ਕਰ ਨਹੀਂ ਬੰਦਦੀ ਹੁਣ ਆ ਗਈ ਅਮਿਤ ਸ਼ਾਹ ਦੀ ਗੱਲ ਪਰ ਮਨਿੰਦਰ ਚਾਹੇ ਅਮਿਤ ਸ਼ਾਹ ਹੋਵੇ ਤੇ ਚਾਹੇ ਨਰਿੰਦਰ ਮੋਦੀ ਹੋਵੇ ਉਹ ਕਦੀ ਵੀ ਵਿਰੋਧੀ ਧਿਰ ਨੂੰ ਪੰਡਰ ਤੋਂ ਕੋਈ ਮੌਕਾ ਨਹੀਂ ਛੱਡਦੇ ਹਮ ਹਮ ਅਮਿਤ ਸ਼ਾਹ ਕਹਿੰਦਾ ਜਿਹੜਾ ਸਾਡਾ ਵਿਰੋਧੀ ਗੱਠ ਜੋੜ ਹੈ ਨਾ ਇਹ ਕਹਿੰਦਾ ਪ੍ਰਾਣੀ ਬੋਤਲ ਚੋਂ ਪ੍ਰਾਣੀ ਸ਼ਰਾਬ ਮਤਲਬ ਉਹ ਦਿਨ ਉਹਨੇ ਤੁਲਨਾ ਕਰਤੀ ਕਹਿੰਦਾ ਇਹਦੇ ਚ 12 ਲੱਖ ਕਰੋੜ ਦੇ ਭ੍ਰਿਸ਼ਟਾਚਾਰੀ ਇਹਦੇ ਚ ਸ਼ਾਮਲ ਆ ਜਿਹੜੇ ਨੇਤਾ ਉਹ ਇਹਦੇ ਚ ਸ਼ਾਮਲ ਆ ਇਹ ਉਹਨਾਂ ਦਾ ਇੱਕ ਗਰੁੱਪ ਆ ਯਾਨੀ ਕਿ ਉਹ ਅੱਜ ਗਾਂਧੀ ਨਗਰ ਚ ਗਏ ਸੀਗੇ ਤੇ ਐਨਸੀਜੀ ਦੇ ਖੇਤਰੀ ਕੇਂਦਰ ਦਾ ਨੀ ਪੱਤਰ ਰੱਖਣ ਗਏ ਸੀ ਉੱਥੇ ਕੱਟ ਨੂੰ ਸੰਬੋਧਨ ਕਰਦੇ ਸੀਗੇ ਇਹ ਸੰਬੋਧਨ ਕਰਦਿਆਂ ਨੇ ਉਹਨਾਂ ਨੇ ਕਹਿਤਾ ਕਹਿੰਦਾ ਦੇਖੋ ਜੀ 2024 ਦੀਆਂ ਆਮ ਚੋਣਾਂ 'ਚ ਭਾਜਪਾ ਦੇ ਟੱਕਰੇ ਲਈ 26 ਪਾਰਟੀਆਂ ਨੇ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਯਾਨੀ ਕਿ ਇੰਡੀਆ ਗੱਠਜੋੜ ਬਣਾਇਆ ਤੇ ਕਹਿੰਦੇ ਇਹ ਜਿਹੜਾ ਸੀਗਾ ਕਹਿੰਦਾ ਸਾਂਝਾ ਪ੍ਰਤੀਗੀਤ ਪ੍ਰਤੀਸ਼ੀਲ ਗੱਠਜੋੜ ਯੂਪੀਏ ਤੇ ਕਾਂਗਰਸ ਇਹ ਜਿਹੜੇ ਸੀ ਇਹਦੇ 'ਚ 12 ਲੱਖ ਕਰੋੜ ਦੇ ਪ੍ਰਸ਼ਟਾਚਾਰ 'ਚ ਸ਼ਾਮਲ ਦਿੱਤਾਵਾਂ ਦਾ ਕਹਿੰਦਾ ਇਹ ਗੱਠਜੋੜ ਤੇ ਕਹਿੰਦਾ ਹੁਣ ਇਹਨਾਂ ਨੇ ਆਪਣਾ ਨਾਮ ਬਦਲ ਲਿਆ ਤੇ ਪਰ ਕਹਿੰਦਾ ਤੁਸੀਂ ਉਹਨਾਂ ਨੂੰ ਯੂਪੀਓ ਵਜੋਂ ਜਾਣੋਗੇ ਕਿ 12 ਲੱਖ ਰੋੜ ਦੇ ਘਟਾਲਾ ਕਰਨ ਵਾਲਿਆਂ ਨੂੰ ਵੋਟ ਕੌਣ ਪਾਵੇਗਾ ਯਾਨੀ ਕਿ ਉਹਨਾਂ ਕਹਿੰਦਾ ਵੀ ਪਹਿਲਾਂ ਤਾਂ ਕਹਿੰਦੇ ਹੁੰਦੇ ਸੀਗੇ ਵੀ ਸ਼ਰਾਬ ਪੁਰਾਣੀ ਆ ਬੋਤਲ ਨਵੀਂ ਆ ਉਹ ਕਹਿੰਦਾ ਇਹ ਬੋਤਲ ਵੀ ਨਾ ਪੁਰਾਣੀ ਆ ਤੇ ਸ਼ਰਾਬ ਵੀ ਪੁਰਾਣੀ ਆ ਕਹਿੰਦਾ ਦੋਨੋਂ ਕੁਝ ਪੁਰਾਣਾ ਆ ਇਹ ਤਾਂ ਨਵਾਂ ਕੁਝ ਵੀ ਨਹੀਂ ਆ ਸੋ ਪਰਮਿੰਦਰ ਭੰਡੜ ਤੋਂ ਕੋਈ ਮੌਕਾ ਜਿਹੜਾ ਉਹ ਵੀ ਨਹੀਂ ਛੱਡਦੇ ਨਾਲ ਦੀ ਨਾਲ ਜਿਹੜਾ ਹਸਾ ਪਤਾਵਾ ਉਹ ਬਰਾਬਰ ਕਰਦੇ ਤੁਰੇ ਜਾ ਰਹੇ ਤੇ ਪ੍ਰਮਿੰਦਰ ਰੇ ਦੇ ਨਾਲ ਇੱਕ ਖਬਰ ਜਿਹੜੀ ਆ ਉਹ ਹੋਰ ਲੈ ਲਈ ਹੋਆ ਨੈਸ਼ਨਲ ਜਾਂਚ ਅਜਾਸੀ ਯਾਨੀ ਕਿ ਐਨ ਆਈ ਨੇ ਅੱਜ ਪਪੂਲਰ ਫਰੰਟ ਆਫ ਇੰਡੀਆ ਜਿਹੜਾ ਕਿ ਮੁਸਲਮਾਨਾਂ ਦੇ ਨਾਲ ਸੰਬੰਧਿਤ ਆ ਹੂੰ ਉਹਨਾਂ ਦੇ ਪੀ ਐਫ ਆਈ ਸਾਜ਼ਿਸ਼ ਕੇਸ 'ਚ ਅੱਜ 5 ਰਾਜਾਂ ਕੇਰਲ ਕਰਨਾਟਕ ਮਹਾਰਾਸ਼ਟਰ ਪੱਛਮੀ ਬਾਂਗਾਲ ਵਿਹਾਰ ਚ ਕੁੱਲ ਮਲਾ ਕੇ 14 ਟਿਕਾਣਿਆਂ ਤੇ ਜਿਹੜਾ ਇੱਕੋ ਵੇਲੇ ਛਾਪੇ ਜਿਹੜੇ ਉਹ ਮਾਰੇ ਆ। ਮਤਲਬ ਉਹਨਾਂ ਕਿਹਾ ਕਿ ਇਹਨਾਂ ਛਾਪਿਆਂ ਦੌਰਾਨ ਡਿਜੀਟਲ ਯੰਤਰਾਂ ਤੋਂ ਇਲਾਵਾ ਭੜਕਾਉ ਸਮੱਗਰੀ ਵੀ ਕਬੀ ਚ ਇਹ ਕਹਿੰਦੇ ਲਈ ਗਈ ਆ। ਯਾਨੀ ਕਿ ਮੌਕਾ ਉਹ ਵੀ ਕੋਈ ਨਹੀਂ ਛੱਡਦੇ ਜਿੱਥੇ ਵੀ ਦਾ ਲੱਗਦਾ ਯਾਨੀ ਕਿ ਨਾਲ ਦੀ ਨਾਲ ਕੰਮ ਕਰਦੇ ਜਿਹੜੇ ਆ ਉਹ ਤੁਰੇ ਜਾ ਰਹੇ ਆ ਕਿ ਕੋਈ ਵੀ ਟਿਕਾਣਾ ਜਿਹੜਾ ਉਹ ਬਚੇ ਨਾ ਕਿਉਂਕਿ ਉਹ ਕੁਦਰਤੀ ਪਰਮੇਂਦਰ ਜਿਹੜੀ ਵਿਰੋਧੀ ਧਿਰ ਆ ਸਕੰਜਾ ਉਹਨਾਂ ਤੇ ਵੀ ਕਸ ਹੋਣਾ ਤੇ ਸਕੰਜਾ ਜਿਹੜੇ ਆ ਉਹ ਆਪਣਾ ਕੀ ਨਾਮ ਆ ਜਿਹੜੇ ਵਿਰੋਧੀ ਧਰਮ ਨੇ ਇੱਕ ਨੂੰ ਛੱਡ ਕੇ ਉਹ ਕੁਦਰਤੀਆਂ ਕ ਸਕੰਜਾ ਉਹਨਾਂ ਤੇ ਵੀ ਕਸ ਹੋਣਾ ਸਕੰਜਾ ਤੇ ਸਾਰਿਆਂ ਤੇ ਇੱਕ ਵੱਡੇ ਤੇ ਕੱਸਿਆ ਤੁਰਿਆ ਜਾਣਾ ਛੱਡਣਾ ਕੋਈ ਨਹੀਂ ਹੈ ਤੇ ਪਰਮੇਂਦਰ ਨਾਲ ਦੀ ਨਾਲ ਜਿਹੜਾ ਪੰਚਾਇਤਾਂ ਵਾਲਾ ਮਸਲਾ ਆ ਰਿਹਾ ਪਰਮੇਂਦਰ ਉਹ ਬੜਾ ਔਖਾ ਹੋਇਆ ਹੋਇਆ ਜਿਹੜੇ ਸਰਪੰਚ ਜੂਨੀਅਨ ਦੇ ਜੂਨੀਅਰ ਆ ਪੰਜਾਬ ਦੀ ਉਹ ਕਹਿੰਦੇ ਅਸੀਂ ਤੇ ਕੋਰਟ ਚ ਜਾਵਾਂਗੇ ਇਸ ਫੈਸਲੇ ਦੇ ਵਿੱਚ ਕੋਰਟ 'ਚ ਇਹਦਾ ਕਿੰਨਾ ਕੁ ਅਸਰ ਸੁਰਿੰਦਰ ਜੀ ਰਹਿ ਸਕਦਾ ਡਲੇ ਹੋ ਸਕਦਾ ਅਗਰ ਪੇਚ ਫਸ ਗਿਆ ਅਦਾਲਤ ਦਾ ਕੋਈ ਪਰਮਿੰਦਰ ਇਦਾਂ ਹੁੰਦੀ ਆ ਚੋਣ ਕਿਹੜੀ ਡੇਟ ਨੂੰ ਹੋਈ ਹੂੰ ਜਿਹੜੀ ਚੋਣ ਹੋਈ ਉਸ ਡੇਟ ਤੋਂ ਪਹਿਲਾਂ ਯਾਨੀ ਕਿ ਜਿੱਦਣ ਚੋਣ ਹੋਗੀ ਚਾਰਜ ਭਾਵੇਂ ਤੁਸੀਂ 4 ਦਿਨ 5 ਦਿਨ 7 ਦਿਨ ਬਾਅਦ ਚ ਦੇ ਦਿਓ 10 ਦਿਨ ਬਾਅਦ ਚ ਦੇ ਦਿਓ ਉਹ ਮੈਟਰ ਨਹੀਂ ਕਰਦਾ ਜਿੱਦਣ ਚੋਣ ਹੋਗੀ ਉਸ ਚੋਣ ਤੋਂ ਲੈ ਕੇ ਤੁਹਾਨੂੰ 5 ਸਾਲ ਉਸ ਪੰਚਾਇਤ ਨੂੰ ਕੰਮ ਕਰਨ ਦਾ ਮੌਕਾ ਦੇਣਾ ਪਏਗਾ ਹਾਂ ਹਾਂ ਜਾਂ ਤਾਂ ਤੁਸੀਂ ਭਾਵੇਂ ਕਰਕੇ ਤੁਰੰਤ ਚੋਣਾਂ ਦਾ ਐਲਾਨ ਕਰ ਦਿੰਦੇ ਕੋਡ ਆਫ ਕੰਟੈਕਟ ਲਾ ਦਿੰਦੇ ਫੇਰ ਤਾਂ ਹੁੰਦਾ ਕਿ ਠੀਕ ਹੈ ਜੀ ਵੀ ਕੋਡ ਆਫ ਕੰਟੈਕਟ ਲਾਤਾ ਕੋਰਟ ਵੀ ਕਹਿੰਦੀ ਅਸੀਂ ਦਖਲ ਅੰਦਾਜ਼ੀ ਨਹੀਂ ਕਰਨੀ ਹੁਣ ਇੱਥੇ ਉਹ ਕਹਿੰਦੇ ਕੋਡ ਆਫ ਕੰਡੈਕਟ ਉਦੋਂ ਲੱਗੂਗਾ ਜਦੋਂ ਪੰਜਾਬ ਦਾ ਜਿਹੜਾ ਇਲੈਕਸ਼ਨ ਅਫਸਰ ਉਹ ਐਲਾਨ ਕਰੂਗਾ। ਓਨੀ ਦੇਰ ਤੱਕ ਨਹੀਂ ਪਰ ਇਹਦੇ ਨਾਲ ਕੀ ਹੋਇਆ ਜਿਹੜੇ ਕੰਮ ਕਾ ਚੱਲਦੇ ਸੀ ਆਪਾਂ ਨੂੰ ਪਤਾ ਕੰਮ ਕਾ ਕਿੱਦਾਂ ਚੱਲਦਾ ਕਿ ਅਗਲੇ ਨੇ ਬੰਦਿਆਂ ਦੀ ਡਿਊਟੀ ਲਈ ਇੱਟਾਂ ਭੱਠੇ ਤੋਂ ਇੱਟਾਂ ਚੱਕ ਲਈਆਂ ਜੇ ਟੈਲਾਂ ਲਾਉਣੀਆਂ ਉਹ ਚੱਕ ਲਈਆਂ ਸੀਮੈਂਟ ਚੱਕ ਲਿਆ ਸਰੀਆ ਚੱਕ ਲਿਆ ਰੇਤਾ ਚੱਕ ਲਈ ਬੱਜਰੀ ਚੱਕ ਲਈ ਉਹ ਕੰਮ ਚੱਲ ਰਿਹਾ ਕੰਮ ਚੱਲ ਰਿਹਾ ਉਹ ਬਾਅਦ ਦੇ ਵਿੱਚ ਉਹਨਾਂ ਨੇ ਕਢਾ ਕੇ ਪੇਮੈਂਟ ਜਿਹੜੀ ਉਹ ਸਾਰਿਆਂ ਨੂੰ ਕਰ ਦੇਣੀ ਹੁੰਦੀ ਆ ਹੁਣ ਇਹਦੇ ਤੇ ਕੀ ਹੋ ਗਿਆ ਉਹਨਾਂ ਰੋਕ ਲਾਤੀ ਜੱਕ ਲਖਤ ਕਿ ਇਮੀਡੀਏਟਲੀ ਹੁਣ ਜਦੋਂ ਉਹਨਾਂ ਨੇ ਜੱਕ ਲਖਤ ਰੋਕ ਲਾਤੀ ਉਸ ਸਮੇਂ ਤੋਂ ਜਦੋਂ ਇਹ ਲਾਈਗੀ ਰੋਕ ਉਸ ਤੋਂ ਬਾਅਦ ਕੋਈ ਵੀ ਉਹਨੂੰ ਪੈਸੇ ਜਿਹੜੇ ਉਹਨੂੰ ਕੈਸ਼ ਕਰਵਾ ਨਹੀਂ ਸਕਦਾ ਜਿਹੜਾ ਕਰਵਾਊਗਾ ਉਹ ਚ ਪੰਚਾਇਤ ਅਫਸਰ ਪੰਚਾਇਤ ਸੈਕਟਰੀ ਤੇ ਵੀਡੀਓ ਉਹ ਸਾਰਿਆਂ ਤੇ ਜਿਹੜਾ ਉਹ ਐਕਸ਼ਨ ਹੋਏਗਾ ਕਿ ਕਿਵੇਂ ਕਢਵਾ ਗਿਆ ਜਦੋਂ ਤੁਹਾਨੂੰ ਕਿਹਾ ਸੀ ਤੁਰੰਤ ਜਿਹੜਾ ਰਿਪੋਰਟ ਆ ਉਹ ਆਪਣੇ ਕਬਜ਼ੇ 'ਚ ਲੈ ਲਓ ਸੋ ਕਿਤੇ ਨਾ ਕਿਤੇ ਪੰਚਾਇਤਾਂ 'ਚ ਕੁ ਸੁੱਤੀਆਂ ਫਸ ਗਈਆਂ ਹੁਣ ਠੀਕ ਆ ਜਿਹੜੀਆਂ ਪੰਚਾਇਤਾਂ ਨੇ ਅੱਗੇ ਕੰਮ ਨਹੀਂ ਚਲਾਇਆ ਪਹਿਲਾ ਰਿਕਾਰਡ ਕੰਪਲੀਟ ਕੀਤਾ ਉਹ ਤਾਂ ਕਹਿਣਗੇ ਸੈਕਟਰੀ ਨੂੰ ਵੀ ਆ ਚੱਕ ਲੈ ਜਾ ਭਾਈ ਸਾਡੇ ਵੱਲੋਂ ਕੰਪਲੀਟ ਪਿਆ ਆ ਸਾਨੂੰ ਕੋਈ ਚਿੰਤਾ ਨਹੀਂ ਹੁਣ ਜਿਨ੍ਹਾਂ ਦਾ ਅਜੇ ਕੰਪਲੀਟ ਨਹੀਂ ਆ ਅਧੂਰਾ ਵਾ ਅਧੂਰਾ ਇਦਾਂ ਹੁੰਦਾ ਜਿੰਨੀ ਦੇਰ ਕੰਮ ਨਹੀਂ ਪੂਰਾ ਹੋਇਆ ਓਨੀ ਦੇਰ ਤੱਕ ਉਹਨੂੰ ਰਜਿਸਟਰ ਨੂੰ ਕਿਦਾਂ ਪੂਰਾ ਕਰ ਦੇਣਗੇ ਔਰ ਜੇ ਜਸਟਰ ਤੇ ਪਹਿਲਾਂ ਥੋੜੀ ਪੂਰਾ ਕਰਕੇ ਰੱਖ ਦੇਣਗੇ ਕੰਮ ਹੋ ਗਿਆ ਕੰਮ ਤਾਂ ਜਿਹੜੀ ਡੇਟ ਨੂੰ ਪੂਰਾ ਹੋਊਗਾ ਪੂਰਾ ਹੋਣ ਤੋਂ ਬਾਅਦ ਹੀ ਉਹਦਾ ਪੂਰੀ ਵਿਆਖਿਆ ਜਿਹੜੀ ਕੀਤੀ ਜਾਏਗੀ ਠੀਕ ਹੈ ਨਾ ਮਤਾ ਪਾਤ ਆ ਮਤਾ ਪਾਉਣ ਦਾ ਇਹ ਹੁੰਦਾ ਕਿ ਆਹ ਕੰਮ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਆਹ ਸਾਡਾ ਪੰਚਾਇਤ ਦਾ ਜਨਾਨੀ ਮਸਲੀ ਕੀ ਕਹਿੰਦੇ ਹੁੰਦੇ ਆ ਫੈਸਲਾ ਵਾ ਜੇ ਨਹੀਂ ਹੈ ਤੇ ਬਹੁਮਤ ਦਾ ਫੈਸਲਾ ਹੋਏਗਾ ਜੇ ਬਹੁਮਤ ਨਹੀਂ ਹੈ ਤੇ ਫਿਰ ਫੈਸਲਾ ਇੰਪਲੀਮੈਂਟ ਨਹੀਂ ਹੁੰਦਾ ਸੋ ਕਿਤੇ ਨਾ ਕਿਤੇ ਮੈਂਬਰਾਂ ਦਾ ਪੰਚਾਇਤ ਸਰਪੰਚ ਦੇ ਨਾਲ ਹੋਣਾ ਜ਼ਰੂਰੀ ਹੁੰਦਾ ਉਹ ਹੋ ਗਿਆ ਤੇ ਫਿਰ ਉਹ ਅੱਗੇ ਕੰਮਕਾਜ ਜਿਹੜਾ ਉਹ ਚੱਲਦਾ ਪਰ ਹੁਣ ਇੱਥੇ ਇਸ ਮਸਲੇ ਫਸ ਗਿਆ ਕਿ ਜਿਹੜੀਆਂ ਦੇਣਦਾਰੀਆਂ ਨੇ ਉਹ ਕੌਣ ਦੇਵੇਗਾ ਦੇਣ ਦੇ ਰਹੀਆਂ ਤਾਂ ਜਵਾਬ ਦੇ ਕੌਣ ਮੈਨੂੰ ਲੱਗਦਾ ਕੋ ਉਹਦੇ ਚ ਸਭ ਤੋਂ ਪਹਿਲਾਂ ਡੇਟ ਦੇਖਣੀ ਪਾਏਗੀ ਕਿ ਸਰਪੰਚਾਂ ਦੀ ਚੋਣ ਦੀ ਡੇਟ ਕਿਹੜੀ ਆ ਉਸ ਡੇਟ ਦੇ ਮੁਤਾਬਕ ਜੇ 5 ਸਾਲ ਪੂਰੇ ਨਹੀਂ ਹੋਏ ਤੇ ਤੁਸੀਂ ਉਸ ਤੋਂ ਪਹਿਲਾਂ ਚੋਣਾਂ ਨਹੀਂ ਕਰਾ ਸਕਦੇ ਇਹ ਕੁਝ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਵੀ ਹੋਇਆ ਸੀ 2002 ਚ ਜਦੋਂ ਰਜਿੰਦਰ ਕੌਰ ਭੱਟਲ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਹੜੀਆਂ ਉਹ 6 ਜਾਂ 7 ਮਹੀਨੇ ਐਡਵਾਂਸ ਕਰਾਉਣ ਲੱਗੀ ਸੀ ਕੋਰਟ ਨੇ ਸਟੇ ਕਰਤਾ ਸੀ ਕੋਰਟ ਕਹਿੰਦੀ ਤੁਸੀਂ ਕਰਾ ਨਹੀਂ ਸਕਦੇ ਇਹਨਾਂ ਨੂੰ 5 ਸਾਲ ਦਾ ਪੂਰਾ ਟਾਈਮ ਦੇਣਾ ਪਊਗਾ ਸੋ ਇੱਥੇ ਮੈਨੂੰ ਲੱਗਦਾ ਕਿ ਉਹਨਾਂ ਸਰਪੰਚਾਂ ਨੇ ਸਟੇ ਲੈ ਜਾਣਾ ਤੇ ਸਟੇ ਤੇ ਚਲੋ ਚੋਣਾਂ ਤਾਂ ਫੇਰ ਵੀ ਦਸੰਬਰ ਚ ਹੋਣੀਆਂ ਕਿਉਂਕਿ ਉਦੋਂ ਤੱਕ ਇਹਦੀ ਮਿਆਦ ਪੂਰੀ ਹੋ ਜਾਣੀ ਹੈ ਪਰ ਗੱਲ ਤੇ ਇਹ ਆ ਕਿ ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਕੰਮ ਕਾਜ ਸੀ ਉਹ ਪੂਰਾ ਕਰਨ ਦਾ ਟਾਈਮ ਦੇਣਾ ਬਣਦਾ ਸੀ ਸਰਕਾਰ ਸਿੱਧਾ ਹੁਕਮ ਨਹੀਂ ਕਰਦੀ ਇਲੈਕਸ਼ਨ ਅਫਸਰ ਨੇ ਐਲਾਨ ਕਰਨਾ ਸੀ ਨਾ ਕਿ ਸਰਕਾਰ ਨੇ ਚੋਣਾਂ ਦਾ ਕਰਨਾ ਸੀ ਕਿਤੇ ਨਾ ਕਿਤੇ ਇੱਥੇ ਮੁੱਖ ਮੰਤਰੀ ਜਿਹੜਾ ਉਹ ਗਲਤੀ ਕਰ ਗਿਆ ਜੀ ਸਰਿੰਦਰ ਜੀ ਜਾਂਦੇ ਜਾਂਦੇ ਜਿਵੇਂ ਆਪਣਾ ਪਟਿਆਲਾ ਦੇ ਵਿੱਚ ਸੀਐਮ ਸਾਹਿਬ ਆ ਰਹੇ ਨੇ ਪਟਿਆਲਾ ਦੇ ਵਿੱਚ ਜਿਹੜਾ ਰਸੂਲਪੁਰ ਕਾਂਡ ਵਾਪਰਿਆ ਸੀ ਉਸ ਨੂੰ ਲੈ ਕੇ ਪੋਸਟਰ ਲਾਏ ਗਏ ਨੇ ਉਹ ਕਹਿੰਦੇ ਜੇ ਇਸ ਮਾਮਲੇ 'ਚ ਜਿਹੜਾ ਵਿਧਾਇਕ ਹੈ ਉਹਦਾ ਭਰਾ ਨਾ ਫੜਿਆ ਗਿਆ ਭੂਆ ਦਾ ਪੁੱਤ ਗੁਰਲਾਲ ਖਨੌਰ ਦਾ ਤਾਂ ਅਸੀਂ ਸੰਘਰਸ਼ ਵੜਾਂਗੇ ਤੇ ਉਧਰ ਰਾਜਪੁਰਾ ਦੀ ਟੈਂਕੀ ਤੇ ਪੈਟਰੋਲ ਜਾਂ ਹੋਰ ਲੋਕ ਲੈ ਕੇ ਵੀ ਜਿਹੜੇ ਸੀ ਕੁਝ ਜਿਹੜੇ ਸਰੀਰਕ ਤੌਰ ਤੇ ਪੰਖ ਸੰਗ ਲੋਕਮੰਚ ਵਾਲੇ ਲੋਕ ਨੇ ਤੇ ਇਸ ਤਰ੍ਹਾਂ ਦੇ ਧਰਨੇ ਅਜੇ ਵੀ ਪੰਜਾਬ ਦੇ ਵਿੱਚ ਚੱਲ ਰਹੇ ਨੇ ਖਾਸ ਕਰਕੇ ਪਟਿਆਲੇ ਦੇ ਵਿੱਚ ਜਿਸ ਤਰ੍ਹਾਂ ਪੋਸਟਰ ਲੱਗੇ ਨੇ ਇੱਕ ਪਾਸੇ ਇਨਾ ਤਾਮਚਾ ਮੈਂ ਦੂਸਰੇ ਪਾਸੇ ਪਟਿਆਲਾ ਦੇ ਵਿੱਚ ਹੀ ਰਸੂਲਪੁਰ ਦੇ ਵਿੱਚ ਜੋ ਪਿਛਲੇ ਦਿਨੀ ਫਾਇਰਿੰਗ ਹੋਈ ਸੀ ਉਸ ਮਾਮਲੇ 'ਚ ਇੱਕ ਜਿਹੜਾ ਕਿਤੇ ਦੋਸ਼ੀ ਹੈ ਐ ਜੋ ਕਿ ਐਮਐਲਏ ਆਮ ਆਦਮੀ ਪਾਰਟੀ ਦੇ ਗੁਰਲਾਲ ਘਣੌਰ ਦਾ ਭੂਆ ਦਾ ਪੁੱਤ ਹੈ ਰਣਜੋਤ ਸਿੰਘ ਘਣੌਰ ਉਹ ਮੁੱਖ ਮਲਜ਼ਮ ਹੈ ਉਸ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਇਹ ਲੜਾਈ ਜਿਹੜੀ ਹੈ ਕਾਫੀ ਪੁਰਾਣੀ 27 ਜੁਲਾਈ ਦੀ ਘਟਨਾ ਹੈ ਜਿਹੜੀ ਘਟਨਾ ਸਿਗੀ ਤੇ ਦੋਨੋਂ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਹੀ ਸਬੰਧਤ ਨੇ ਤੇ ਹੁਣ ਜਿਹੜੀ ਪੀੜਤ ਤੇ ਰਹਾ ਉਹ ਐਡਵੋਕੇਟ ਪ੍ਰਿਵਜੀਤ ਪ੍ਰਭਜੀਤ ਸਿੰਘ ਪਾਲ ਦੀ ਗਵਾਹੀ ਦੇ ਚ ਪਟਿਆਲਾ ਚ ਰੋਸ਼ ਪ੍ਰਦਰਸ਼ਨ ਕਰ ਰਹੇ ਨੇ ਤੇ ਉਹ ਵੀ ਕਹਿੰਦੇ ਅਸੀਂ ਫਿਰ ਮੁੱਖ ਮੰਤਰੀ ਨੂੰ ਮਿਲਾਂਗੇ ਲੋਕਲ ਮਸਲਾ ਵੈਸੇ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦੀ ਖਿੱਚੋ ਤਾਣ ਪੜੀ ਹੈ ਤੇ ਖਾਸ ਕਰਕੇ ਜਿਹੜਾ ਦੋ ਕੈਬਨਿਟ ਵਜ਼ੀਰ ਸੀ ਜਿਨ੍ਹਾਂ ਦੀ ਛੁੱਟੀ ਦਾ ਸਿਲਸਲਾ ਸੀ ਉਹ ਮੇਰੇ ਖਿਆਲ ਨਾਲ ਸ਼ਾਇਦ 15 ਅਗਸਤ ਦੀਆਂ ਝੰਡੀਆਂ ਤੋਂ ਬਾਅਦ ਝੰਡੀ ਉਤਰੂ ਕਿਸੇ ਦੀ ਕਿ ਨਹੀਂ ਜੀ ਪਰਮਿੰਦਰ ਕਹਿ ਨਹੀਂ ਸਕਦੇ ਚੰਡੀ ਉਤਾਰਨ ਦੀ ਪਾਵਰ ਜਿਹੜੀ ਉਹ ਭਗਵੰਤ ਮਾਨ ਚੇਤੇ ਹੈ ਨਹੀਂ ਜਦੋਂ ਉਤਾਰੂਗਾ ਰਾਗਵ ਚੱਡਾ ਤੇ ਅਰਵਿੰਦ ਕੇਜਰੀਵਾਲ ਉਤਾਰਨਗੇ ਜੇ ਲਾਉਣਗੇ ਤੇ ਉਹੀ ਕਿਸੇ ਦੇ ਲਾਉਣਗੇ ਉਹ ਕੀਤੇ ਲੱਗਦੀ ਆ ਉਹ ਸਮਾਂ ਤੈਅ ਕਰੂਗਾ ਜਿੱਤੋਂ ਰਾਗਵ ਚੱਡਾ ਤਾਂ ਆਪ ਸਭ ਦਾ ਐਮਪੀ ਹੋ ਗਿਆ ਐਕਸ ਐਮਪੀ ਲਿਖਤਾ ਉਹਨੇ ਕਿ ਜੀ ਨਹੀਂ ਚਲੋ ਲਿਖਣਾ ਹੀ ਪੈਣਾ ਸੀਗਾ ਥੋੜਾ ਜਿਹਾ ਸੰਜਮ ਨਾਲ ਚੱਲਣਾ ਬਣਦਾ ਸੀ ਪਰ ਨਹੀਂ ਚੱਲਿਆ ਕੋਈ ਗੱਲ ਨਹੀਂ ਇਹ ਸਾਰਾ ਕੁਝ ਚੱਲ ਜਾਂਦਾ ਕੁਛ ਦੇਰ ਲਈ ਭਗਵੰਤ ਮਾਨ ਵੀ ਹੋਇਆ ਸੀਗਾ ਪਰ ਇਹ ਸਿੱਖਿਆ ਹੁੰਦੀ ਹੈ ਜ਼ਿੰਦਗੀ 'ਚ ਪਰਮਿੰਦਰ ਜਿਸ ਵਿਅਕਤੀ ਨੇ ਠੇਡੇ ਨਹੀਂ ਖਾਦੇ ਨਾ ਉਹ ਨੂੰ ਉਹ ਨੂੰ ਸਮਝ ਵੀ ਨਹੀਂ ਆਉਂਦੀ ਪਰ ਖਬਰ ਬਣਾਉਣੀ ਆਉਂਦੀ ਆ ਨਾ ਦੇਖੋ ਐਕਸ ਲਿਖ ਕੇ ਫਿਰ ਹੈਡਲਾਈਨ ਆ ਗਈਆਂ ਕੱਲ ਹਾਂ ਉਹ ਆਉਣੀਆਂ ਹੀ ਆਉਣੀਆਂ ਪਰਮਿੰਦਰ ਇਹ ਕੁਛ ਕੀਤਾ ਜਾਂਦਾ ਉਹਨਾਂ ਨੇ ਐਕਸਲੇਟ ਦਿੱਤਾ ਹੋਰ ਰਹਿ ਗਈ ਗੱਲ ਜਿੱਤੋਂ ਤੱਕ ਰਸੂਲਪੁਰ ਪਿੰਡ ਵਾਲੀ ਆ ਪਰਮਿੰਦਰ ਦੇਖੋ ਉਹਦੇ 'ਚ ਮਸਲਾ ਕੀ ਆ ਰਸੂਲਪੁਰ ਪਿੰਡ ਜਿਹੜਾ ਉਹ ਬੇਸਿਕਲੀ ਉਹ ਸਨੌਰ ਹਲਕੇ 'ਚ ਪੈਂਦਾ ਉਹ ਆਖਰੀ ਪਿੰਡ ਆ ਇਧਰ ਸ਼ਹਿਰ ਦੇ ਵਿੱਚ ਜਿਹੜਾ ਮਤਲਬ ਕਾਰਪੋਰੇਸ਼ਨ ਦੇ ਅੰਦਰ ਹੀ ਤਕਰੀਬਨ ਉਹ ਆਉਂਦਾ ਹੁਣ ਦੂਜੇ ਬੰਨੇ ਕਨੌਰ ਆ ਕਨੌਰ ਵਾਲੇ ਦਾ ਉਹ ਰਿਸ਼ਤੇਦਾਰ ਭੂਆ ਦਾ ਪੁੱਤ ਆ ਇਧਰੋਂ ਜਿਹੜਾ ਸਨੌਰ ਵਾਲਾ ਐਮਐਲਏ ਆ ਉਹ ਲੋਕ ਇਹਦੇ ਗੱਲ ਪੈ ਰਹੇ ਆ ਇਹਦੇ ਸਰਕਾਰੀ ਰਹਿਸ਼ਤੇ ਉੱਤੇ ਧਰਨਾ ਵੀ ਦਿੱਤਾ ਗਿਆ ਉਸ ਪਿੰਡ ਦੇ ਲੋਕਾਂ ਵੱਲੋਂ ਪਰ ਹੁਣ ਪ੍ਰੋਬਲਮ ਕੀ ਆ ਸਨੌਰ ਵਾਲਾ ਐਮਐਲਏ ਜਿਹੜਾ ਉਹੋ ਗੁਰਪ੍ਰੀਤ ਕੌਰ ਜਿਹੜੀ ਭਗਵੰਤ ਮਾਨ ਦੇ ਘਰ ਵਾਲੀ ਆ ਉਹ ਕਹਿੰਦਾ ਮੈਂ ਦਾ ਚਾਚਾ ਐ ਮੇਰੀ ਭਤੀਜੀ ਆ ਹੁਣ ਇਹ ਚਾਰ ਵਿਅਕਤੀ ਇੱਕ ਜਗ੍ਹਾ ਤੇ ਇਕੱਠੇ ਨੇ ਉਹ ਸਾਰੇ ਸਨੌਰ ਵਾਲੇ ਐਮਐਲਏ ਦੇ ਮਗਰ ਘਨੌਰ ਵਾਲਾ ਵੀ ਉਹਦੇ ਮਗਰ ਸਮਾਣੇ ਵਾਲਾ ਵੀ ਐ ਮਨਿਸਟਰੋ ਦੇ ਮਗਰ ਤੇ ਛਤਰਾਣੇ ਵਾਲਾ ਵੀ ਇਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਨੇ ਇਵਨ ਕਿ ਪਟਿਆਲੇ ਸ਼ਹਿਰ ਵਾਲਾ ਵੀ ਉਹਨਾਂ ਦੇ ਮਗਰ ਹੈ ਇਹ ਪੰਜਾਂ ਦਾ ਇੱਕ ਗਰੁੱਪ ਆ ਤੇ ਉਹਨਾਂ ਦੇ ਵਿੱਚ ਉਹਨਾਂ ਦੀ ਲੀਡ ਜਿਹੜੀ ਆ ਹੁਣ ਜਿਸ ਐਮਐਲਏ ਦੇ ਹਲਕੇ 'ਚ ਇੱਕ ਵਾਰਦਾਤ ਹੋਈ ਆ ਹੁਣ ਉਹਦੇ ਮਗਰ ਨੇ ਸਾਰੇ ਹੁਣ ਜੇ ਉਹ ਜਿਹਦੇ ਵਾਰਦਾਤ ਹੋਈ ਆ ਉਹੀ ਰਾਹ ਨਹੀਂ ਦੇ ਰਿਹਾ ਤਾਂ ਹੋਰ ਰਾਹ ਕੌਣ ਲਊਗਾ ਅਰੇਗੀ ਗੱਲ ਪ੍ਰਦਰਸ਼ਨ ਜਿੰਨੇ ਮਰਜ਼ੀ ਕਰ ਲੈਣ ਜਿੰਨੀ ਦੇਰ ਇਹਨਾਂ ਦੀ ਕੋਈ ਬਾਹ ਫੜ ਕੇ ਮੁੱਖ ਮੰਤਰੀ ਤੱਕ ਨਹੀਂ ਲਜਾਊਗਾ ਉਨੀ ਦੇਰ ਤੱਕ ਕਾਰਵਾਈ ਕਿਹੜੀ ਹੋਣੀ ਹੈ ਕੀ ਪਟਿਆਲੇ ਦੀ ਡਿਪਟੀ ਕਮਿਸ਼ਨਰ ਕੋਲੇ ਪਟਿਆਲੇ ਦੇ ਐਸਐਸਪੀ ਕੋਲੇ ਕਿਸੇ ਕੋਲੇ ਪਾਵਰ ਹੈਗੀ ਆ ਕੋਈ ਕੋਈ ਉੱਟ ਕੇ ਉਸ ਵਿਅਕਤੀ ਨੂੰ ਹੱਥ ਪਾ ਜਾਊਗਾ ਕਿਸੇ ਚ ਐਡੀ ਜ਼ਰੂਰਤ ਨਹੀਂ ਕਿਉਂਕਿ ਗਰੁੱਪ ਬਣਿਆ ਹੋਇਆ ਪੰਜਾਂ ਦਾ ਗਰੁੱਪ ਆ ਪਰ ਸਵਾਲ ਇਹ ਹੈ ਕਿ ਜਦੋਂ ਇਹਨਾਂ ਸੱਤਾਧਾਰੀ ਧਿਰਾਂ ਨੂੰ ਆਪਸ ਵਿੱਚ ਇਨਸਾਫ ਨਹੀਂ ਮਿਲਦਾ ਤੇ ਮਾਤੜਾਂ ਨੂੰ ਕਿਹਨੂੰ ਮਿਲਣਾ ਹੈ ਨਾ ਦੋਨੇ ਪਾਵਰਫੁੱਲ ਬੰਦੇ ਨੇ ਤੇ ਆਪਸ ਵਿੱਚ ਗੋਲੀਆਂ ਚੱਲੀਆਂ ਨੇ ਲੜਾਈ ਝਗੜਾ ਹੋਇਆ ਇੰਨੀਆਂ ਵੀਡੀਓ ਵਾਇਰਲ ਨੇ ਤੇ ਫਿਰ ਉਹ ਮਤਲਬ ਰਾਜਨੀਤੀ ਬਦਲਣ ਵਾਲੀ ਤਾਂ ਕੋਈ ਗੱਲ ਨਹੀਂ ਹੈ ਉਹੀ ਹੈ ਜੋ ਪਹਿਲਾਂ ਸਮੇਂ ਹੁੰਦੀ ਸੀ ਨਹੀਂ ਉਹ ਚੱਲਣ ਰਾਜਨੀਤੀ ਬਦਲੀ ਕਿੱਥੇ ਆ ਰਾਜਨੀਤੀ ਤੇ ਵਿਆਹ ਹੋ ਗਏ ਆ ਜਿਹੜਿਆਂ ਦੇ ਨਹੀਂ ਸੀ ਹੋਏ ਕਈਆਂ ਦੇ ਦੂਜੇ-ਦੂਜੇ ਵੀ ਹੋ ਗਏ ਆ ਤੇ ਕਈਆਂ ਨੇ ਸਾਰਾ ਪੰਜਾਬ ਹੀ ਇੱਕ ਵੱਡੇ ਤੇ ਰੰਗ ਕੇ ਰੱਖ ਤਾ ਉਹ ਕਹਿੰਦੇ ਸਾਰਿਆਂ ਨੇ ਦੋ-ਦੋ ਰੱਖੀਆਂ ਹੋਈਆਂ ਉਹਨਾਂ ਤੇ ਆਨੂੰ ਤਾਂ ਮੈਨੂੰ ਵੀ ਨਹੀਂ ਛੱਡਿਆ ਉਹਨਾਂ ਨੇ ਸਾਰੇ ਹੀ ਸਾਰੇ ਇੱਕ ਵੱਡੇ ਤੇ ਰਗੜ ਕੇ ਰੱਖ ਦਿੱਤੇ ਆ ਸੁਪਰਮਿੰਦਰ ਬਦਲਿਆ ਕੁਛ ਨਹੀਂ ਨਾ ਕੁਛ ਬਦਲਣਾ ਹੁੰਦਾ ਹਾਂ ਬਦਲਿਆ ਇਹ ਆ ਕਿ মিডিਏ ਦੀ ਚਾਂਦੀ ਬਣੀ ਹੋਈ ਆ ਪੂਰੀ ਰੱਜ ਕੇ ਐਡਾ ਮਿਲ ਰਹੀਆਂ ਇਹਨੀਆਂ ਐਡਾ ਨਾ ਕਦੀ ਕਿਸੇ ਨੂੰ ਮਿਲੀਆਂ ਤੇ ਨਾ ਸ਼ਾਇਦ ਨਾ ਮਿਲਣਗੀਆਂ ਜਿੰਨੀਆਂ ਇੱਥੇ ਮਿਲ ਗਈਆਂ ਇਹ ਪ੍ਰਿੰਟ মিডিਆ ਜਿਹੜਾ ਉਹ ਤੇ ਇਲੈਕਟ੍ਰੋਨਿਕ মিডিਆ ਇੱਕ ਗੱਲ ਕਹੂਗਾ ਤੇ ਦੇਖੋ ਜੀ ਪੰਜਾਬ 'ਚ ਇੱਕੋ ਹੀ ਸੀਐਮ ਹੋਇਆ ਸੀ ਜਿਨੇ ਰੱਜ ਕੇ ਸਾਨੂੰ ਬਗੈਰ ਮੰਗੇ ਤੋਂ ਸਾਨੂੰ ਜ਼ੁਬਾਨ ਨਹੀਂ ਸੀ ਖੋਲਣ ਦੀ ਲੋੜ ਪੈਂਦੀ ਪਹਿਲੀ ਬੁਰਕੀ ਅੰਦਰ ਨਹੀਂ ਸੀ ਜਾਂਦੀ ਦੂਜੀ ਨਾਲ ਦੀ ਨਾਲ ਠੂਸ ਦਿੰਦਾ ਸੀ ਜਿੱਦਾਂ ਜਵਾਬ ਨਹੀਂ ਉਹ ਜਦੋਂ ਕਿਤੇ ਬੱਚਿਆਂ ਕਹਿਈਦਾ ਸੀ ਮੈਡਮ ਨੂੰ ਜੀ ਇਹ ਰੋਟੀ ਨਹੀਂ ਪੂਰੀ ਖਾਂਦਾ ਤੇ ਇਹਦਾ ਲੰਚ ਬਾਕਸ ਜਿਹੜਾ ਉਹ ਖਾਲੀ ਹੋਣਾ ਚਾਹੀਦਾ ਤੇ ਉਹ ਫਿਰ ਬੱਚੇ ਘਰੇ ਆ ਕੇ ਕਹਿੰਦੇ ਸੀ ਮੈਡਮ ਨੂੰ ਉਂਗਲ ਲਾ ਆਇਆ ਉਹ ਸਾਡੇ ਮੂੰਹ 'ਚ ਠੂਸੀ ਜਾਂਦੀ ਐ ਇੱਕ ਦੇ ਬਾਅਦ ਇੱਕ ਉਹ ਨਹੀਂ ਟਿਕਦੀ ਸੋ ਪਰਮਿੰਦਰ ਇਹ মিডিਆ ਨੂੰ মিডিਆ ਦਾ ਮੂੰਹ 'ਚ ਇਹ ਤਾਂ ਇੱਕ ਬੁਰਕੀ ਦੇ ਮਗਰ ਦੂਜੀ ਜਿਹੜੀ ਉਹ ਠੂਸੀ ਪਈ ਆ ਹੂੰ ਅੱਧਿਆਂ ਨੂੰ ਹੀ ਮਿਲਦੀ ਆ ਚਲੋ ਜਾਇ ਅੱਧੇ ਰੁਪਚਦਿਆਂ ਨੂੰ ਜਿੰਨਿਆਂ ਨੂੰ ਮਿਲਦੀ ਉਹਨਾਂ ਨੂੰ ਮਿਲਦੀ ਹੈ ਨਾ ਉਹ ਤਾਂ ਜਿਹੜੇ ਝੋਲੀ ਚੱਕਣਗੇ ਜਾ ਕੇ ਉਹਨਾਂ ਨੂੰ ਮਿਲੂਗੀ ਸਹੀ ਗੱਲ ਦੂਜਿਆਂ ਨੂੰ ਥੋੜੀ ਮਿਲੂਗੀ ਦੂਜਿਆਂ ਨੂੰ ਕੌਣ ਦਊਗਾ ਦੂਜੇ ਤਾਂ ਆਸ ਮਨਾ ਰੱਖਣ ਤੇ ਦੂਜਿਆਂ ਨੇ ਜਾਣਾ ਵੀ ਨਹੀਂ ਤੇ ਨਾ ਉਹਨਾਂ ਨੂੰ ਕਿਸੇ ਨੇ ਦੇਣੀ ਹੈ ਚਲੋ ਆਪਾਂ ਫਿਰ ਆਪਣੇ ਰੋਟੀ ਟੁਕੜੇ ਦਾ ਸੋਚੀਏ ਤਵਾਧਰੀਏ ਆਪਾਂ ਗੱਲਾਂ ਮਾਰ ਕੇ ਤਾਂ ਸਰਨਾ ਨਹੀਂ ਨਹੀਂ ਆਪਾਂ ਨੂੰ ਤਾਂ ਤਵਾਧਰਨਾ ਹੀ ਪੈਣਾ ਆਪਣਾ ਗੁਜ਼ਾਰਾ ਨਹੀਂ ਹੋਣਾ ਤਾਂ ਫਿਰ ਸੋ ਸਰੇਂਦਰ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ ਸਤਿਕਾਰ ਸਤਕਾਰ ਸ్రోਤਿਆਂ ਨੂੰ ਤੋਂ ਵੀ ਮਾਫੀ ਚਾਹਾਂਗੇ ਕਿ ਅੱਜ ਕਾਲ ਨਹੀਂ ਲਾ ਸਕਾਂਗੇ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਵੀ ਦਿਓ ਆ ਗਿਆ ਹੁੰਦੀ ਹੈ ਸ਼ਾਮੀ ਮੁਲਾਕਾਤ ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰੱਖਾ ਸਤਿ ਸ੍ਰੀ ਅਕਾਲ ਜੁੜੇ ਰੋ ਟਵਾਣਾ ਰੇਡੀਓ ਦੇ ਨਾਲ